ਸਾਡੇ ਬਜ਼ੁਰਗਾਂ ਨੇ ਸਾਡੇ ਵਡੇਰਿਆਂ ਨੇ ਪਹਿਲਾਂ ਮੁਗਲ ਨਾਲ ਲੜਾਈ ਲੜੀ ਫਿਰ ਅੰਗਰੇਜ਼ ਨਾਲ ਲੜਾਈ ਲੜੀ ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਲਿਆਂਦੀ ਤਾਂ ਬੜੇ ਸ਼ਾਤਰ ਤਰੀਕੇ ਨਾਲ ਇਸ ਦੇਸ਼ ਦੇ ਸਾਮਰਾਜ ਲੋਕ ਜਿਹੜੇ ਲੋਕ ਇਸ ਦੇਸ਼ ਦੀ ਪ੍ਰਾਪਤੀ ਦੀ ਲੜਾਈ ਲੜ ਰਹੇ ਸੀ ਬੜੇ ਤਰੀਕੇ ਨਾਲ ਸਾਡੇ ਵਡੇਰਿਆਂ ਨੂੰ ਇਹ ਕਹਿ ਕੇ ਸ਼ਾਬਾਸ਼ ਹੱਲਾ ਸ਼ੇਰੀ ਅਤੇ ਇੱਕ ਖੋਟੀ ਨੀਅਤ ਨਾਲ ਕਿਹਾ ਕਿ ਦੇਸ਼ ਦੀ ਪਹਿਲੀ ਲੜਾਈ ਜਿੱਤ ਲਈ ਪਰ ਉਹਨਾਂ ਦੀ ਅੱਖ ਸੀ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀ ਸ਼ਾਤਰ ਸਾਹਿਬ ਚ ਜੇ ਇਹ ਕੌਮ ਇਕੱਠੀ ਰਹੀ ਤਾਂ ਸਾਡੇ ਤਖਤ ਵੀ ਜ਼ਿਆਦਾ ਸਮਾਂ ਨਹੀਂ ਰਹਿਣੇ ਅਸੀਂ ਵੀ ਜੋ ਹਕੂਮਤਾਂ ਨੇ ਸਾਡੀਆਂ ਹਕੂਮਤਾਂ ਨੇ ਜੋ ਲੋਕਾਂ ਤੇ ਅਤਿਆਚਾਰ ਕਰਨਾ ਉਹਦੇ ਖਿਲਾਫ ਵੀ ਇਹ ਲੜਾਈ ਲੜਨਗੇ ਪਰ ਉਹਨਾਂ ਦੀ ਉਹ ਸੋਚ ਸਹੀ ਹੋਈ ਜਦੋਂ ਵੀ ਇਸ ਦੇਸ਼ ਨੇ ਸਾਡੇ ਤੇ ਅਤਿਆਚਾਰ ਕੀਤਾ ਹੈ ਚਾਹੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਵੱਡਾ ਯੋਗਦਾਨ ਸਾਡੇ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਪਾਇਆ ਪਰ ਜਦੋਂ ਵੀ ਇੱਥੋਂ ਦੇ ਬਾਬਰਾਂ ਨੇ ਜਾਬਰ ਕੀਤਾ ਤਾਂ ਅਸੀਂ ਜਾਬਰ ਕਿਹਾ ਸਾਡੇ ਵਡੇਰਿਆਂ ਨੇ ਕਿਹਾ ਚਾਹੇ ਸੰਤ ਜਰਨੈਲ ਸਿੰਘ ਪਿੰਡਰਾਂ ਦੇ ਰੂਪ ਦੇ ਵਿੱਚ ਆਏ ਚਾਹੇ ਹੋਰ ਸੰਘਰਸ਼ੀ ਯੋਧਿਆਂ ਦੇ ਰੂਪ ਦੇ ਵਿੱਚ ਆਏ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਰੂਪ ਦੇ ਵਿੱਚ ਆਏ ਪਰ ਇਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਚਾਹੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਹੈ ਚਾਹੇ ਤੁਸੀਂ ਟੈਂਕਾਂ ਤੋਪਾਂ ਨਾਲ ਸਾਡੇ ਹਰਿਮੰਦਰ ਸਾਹਿਬ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਹੈ ਚਾਹੇ ਤੁਸੀਂ ਸਾਡੇ ਲੱਖਾਂ ਨੌਜਵਾਨਾਂ ਨੂੰ ਕੋ ਕੋ ਕੇ ਮਾਰਿਆ ਬੇਅੰਤੇ ਬੁੱਚੜ ਹੋ ਰਿਹਾ ਰਾਹੀਂ ਕੇਪੀਐਸ ਗੱਲ ਹੋ ਰਿਹਾ ਰਾਹੀਂ ਚਾਹੇ ਤੁਸੀਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਸਾਡੇ ਸਿੱਖ ਬੀਬੀਆਂ ਦੇ ਗਲਾਂ 'ਚ ਤੈਰ ਪਾ ਕੇ ਸਾੜਿਆ ਚਾਹੇ ਇਹ ਦੇਸ਼ ਦੀ ਮੱਥੇ ਤੇ ਕਲੰਕ ਜੋ ਵਿਧਵਾ ਕਲੋਨੀ ਇਹ ਦੇਸ਼ ਦੀ ਰਾਜਧਾਨੀ ਦੇ ਵਿੱਚ ਤੁਸੀਂ ਇਸ ਦੇਸ਼ ਦੇ ਹਾਕਮਾਂ ਨੇ ਸਥਾਪਿਤ ਕੀਤੀ ਹੈ ਪਰ ਸਾਨੂੰ ਦੁੱਖ ਹੁੰਦਾ ਸਾਨੂੰ ਅਫਸੋਸ ਵੀ ਹੁੰਦਾ ਕਿ ਜਿੱਥੇ ਦੇਸ਼ ਦੀ ਸੁਪਰੀਮ ਕੋਰਟ ਹੈ ਜਿੱਥੇ ਦੇਸ਼ ਦਾ ਰਾਸ਼ਟਰਪਤੀ ਵਹਿੰਦਾ ਜਿੱਥੇ ਦੇਸ਼ ਦੀ ਪਾਰਲੀਮੈਂਟ ਹੈ ਉੱਥੇ ਸਾਡੀ ਸਿੱਖ ਬੀਬੀਆਂ ਦੇ ਗਲਾਂ 'ਚ ਟੈਰ ਪਾ ਕੇ ਸਾਡੇ ਬਜ਼ੁਰਗਾਂ ਦੇ ਗਲਾਂ 'ਚ ਟੈਰ ਪਾ ਕੇ ਤੁਸੀਂ ਸਾੜਿਆ ਪਰ ਇਹ ਕੌਮ ਅੱਜ ਫੇਰ ਪ੍ਰਗਟ ਹੈ ਇਹ ਕੌਮ ਦੁਨੀਆਂ ਦੇ ਵਿੱਚ ਫੇਰ ਉਹ ਸਾਹੇ ਸੰਸਾ ਦੇ ਨਿਸ਼ਾਨ ਸਾਹਿਬ ਚਲਾ ਰਹੀ ਹੈ ਆ ਪਿਛਲੇ ਸਮੇਂ 'ਚ ਤੁਸੀਂ ਵੇਖਿਆ ਕਿ ਜਦੋਂ ਕਰੋਨਾ ਕਾਲ ਆਇਆ ਪੂਰੀ ਦੁਨੀਆ ਅੰਦਰ ਵੜ ਗਈ ਪੂਰੀਆਂ ਦੇਸ਼ਾਂ ਦੀਆਂ ਸਰਕਾਰਾਂ ਅੰਦਰ ਵੜ ਗਈਆਂ ਪੂਰੀਆਂ ਅਦਾਲਤਾਂ ਅੰਦਰ ਵੜ ਗਈਆਂ ਪਰ ਬਾਹਰ ਕੌਣ ਨਿਕਲਿਆ ਉਹ ਸਾਹੇ ਸੈਂਸਾ ਦਾ ਖਾਲਸਾ ਉਸ ਖਾਲਸੇ ਨੇ ਜਾ ਕੇ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਲੰਗਰ ਲਾਏ ਉਸ ਖਾਲਸੇ ਨੇ ਜਾ ਕੇ ਦੁਨੀਆ ਦੇ ਵਿੱਚ ਮਾਨਵਤਾ ਦੇ ਭਲੇ ਦੇ ਕਾਰਜ ਕੀਤੇ ਜਿਸ ਖਾਲਸੇ ਨੂੰ ਖਤਮ ਕਰਨ ਵਾਸਤੇ ਇਹ ਦਿੱਲੀ ਤਖਤ ਨੇ ਟੈਂਕ ਚਾੜੇ ਸੀ ਉਸ ਖਾਲਸੇ ਨੇ ਆਕਸੀਜਨ ਦੇ ਲੰਗਰ ਵਰਤਾਏ ਤਾਈਓ ਭਰਾਵਾ ਜਿਹੜਾ ਤਾਕਤਵਰ ਦੇਸ਼ ਆਪਦੇ ਆਪ ਨੂੰ ਕਹਾਉਂਦਾ ਉਸ ਸਮੇਂ ਦਾ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਕਹਿ ਰਿਹਾ ਕਿ ਪੂਰੀ ਦੁਨੀਆ ਦੇ ਵਿੱਚ ਖਾਲਸਾ ਹੋਣਾ ਚਾਹੀਦਾ ਸਿੱਖ ਕੌਮ ਹੋਣੀ ਚਾਹੀਦੀ ਹੈ ਕਿਉਂ ਕਿਉਂਕਿ ਸਿੱਖ ਕੌਮ ਆਪਣੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਪਰਉਪਕਾਰ ਦੇ ਕਾਰਜ ਕਰਦੀ ਹੈ ਇਹ ਜਿੱਥੇ ਲੰਗਰ ਲਾਉਂਦੀ ਹੈ ਜਿੱਥੇ ਜਬਰ ਹੁੰਦਾ ਜਿੱਥੇ ਅਨਿਆਂ ਹੁੰਦਾ ਜਿੱਥੇ ਧੱਕਾ ਹੁੰਦਾ ਤੇ ਇਹ ਕੌਮ ਬੋਲਦੀ ਹੈ ਇਹ ਖਾਲਸਾ ਬੋਲਦਾ ਭਰਾਵੋ ਤੁਸੀਂ ਵੇਖਿਆ ਜਦੋਂ ਇਸ ਦੇਸ਼ ਦੀ ਜਾਬਰ ਹਕੂਮਤ ਇੰਦਰਾ ਗਾਂਧੀ ਆਈ ਤਾਂ ਐਮਰਜੈਂਸੀ ਲਾਈ ਤਾਂ ਸਿੱਖ ਕੌਮ ਨੇ ਵਿਰੋਧ ਕੀਤਾ ਫਿਰ ਉਸਨੇ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਟੈਂਕ ਧੋਪ ਚਾੜੇ ਉਸ ਤੋਂ ਬਾਅਦ ਸਾਡੇ ਸਿੱਖ ਨੌਜਵਾਨੀ ਦਾ ਕਾਣ ਕੀਤਾ ਪਰ
और फिर ऐसे जवानी ने ऐसे नौजवानी ने जेड़ा आप दे आपनू 55 इंच दी छाती वाला प्रधानमंत्री नरेंद्र मोदी पूरी दुनिया च कहंदा सी के मैं ताकतवर है ओदा जेतू रथ किने रोके है 14 तो लेके 19 तक लगातार अत्याचार कर रहा सी। तुसी वेखे चाहे इस देश दे विच मुसलमान भरावां दी 25 करोड़ आबादी है, चाहे मुसलमान भरावां दे अपने देश ने पर उन्हां नूं कुचलण दी उन्हां नूं रगड़न दी कोई कसर बाकी नहीं छड़ी, पर सिकम ए जबर ए जुल्म वेख रही सी, ए महसूस कर रही सी के दिल्ली ते बैठा हुक्मरान अत्याचार कर रहा है, धक्का कर रहा है। पर जदो भरावो किसानी बड़ा दी आड़ दे विच सिख कौम नू चैलेंज कर दी कोशिश कीती, सिख कौम नू ललकारन दी कोशिश कीती, चाहे खेती चाहे किसानी दुनिया दा किता है पर बहुत गिनती किसान अपना आप दा धंधा मानदे है। क्यों? क्योंकि गुरु नानक देव महाराज ने कहा किरत करो नाम जपो बंड सको। सिख कौम खासकर एक किसानी धंधे नू गुरु साहब वालों दित्ती हुई किरत समझ के करदे है। जदों उस किरत नू इस दिल्ली हुकूमत ने चैलेंज करने की कोशिश की ता इस गुरु दे सिखा ने इस गुरु नानक देव महाराज की फौज ने इस गुरु दे खालसे ने उस मोदी दे कल्ले जेतू रात नू नहीं रोकया है, कल्ले कानून वापस नहीं कराए ता दिल्ली दे लाल किले ते जाके केसरी झंडा चढ़ा के ए दिल्ली नू ओदी अकात याद कराई, एदी अकात जिदाद कराई के जद साडे बजुर्गां ने ए लाल किला पहला भी फतेह कीता ते बाबे बघेल सिंह दे वारस अज भी जिंदा ने, बाबे बघेल सिंह दे वारस अज भी जिउंदे ने। पर फिर उस तो बाद भरावो आपां जंगा जित लैने आ संघर्ष जित लैने आ पर आपां भुल जाने आ। ठीक है किसानी बिल वापस कराते ओ जाबर दा जेतू रस ओ मोदी दा जेतू रथ आपां रोकता पर उन्हूं चकाता, पर फिर आपां गलती कर ली, फिर आपां गलती कर ली उस बीजेपी दा उस दिल्ली दा भेजी हुई आम आदमी बदलाव दे नाते आपां भगवंत मान नूं चुन लिया। चाहे भाई दीप सिद्धू होरां ने आपां नूं समय समय ते पढ़े लिखे नौजवानां ने जगाया के वेखो खालसा जी जागदे रहो आ गलती ना कर लियो, गलती ना कर लियो आ जा दिल्ली वालों भेजा होया झाड़ू आम आदमी ना चुन लियो। दीप सिद्धू कोई अंतरजामी नहीं सी पर वो पढ़िया लिखिया नौजवान सी, वो स्टेट दा रणनीति समझदा सी, वो इतिहास पढ़दा सी, वो इस दिल्ली तख्त दी रणनीति समझदा सी के जो ए आम आदमी जो ए केजरीवाल है ए दिल्ली तख्त वालों भेजा होया। उन्हें प्रभो दीप सिद्धू ने उदो कहा सी के जे बदला दे नाते तुसी ए झाड़ू चुन लिया तुहाडे ते एनएसए लगू तुहाडे ते यूएपीए लगू ते प्रभो आ लग्या अज आपां भुगत रहे हां, अज आपां भुगत रहे हां। पर इस करके बेनती है के जो सानू कुटन वाले कट्ठे है, सानू मारन वाले कट्ठे है, सानू लतड़न वाले कट्ठे है, दिल्ली आम आदमी पंजाब दी बीजे आम आदमी अते सेंटर दी दिल्ली बीजेपी जो ओ एक ने फिर खालसा सिख कौम कट्ठी क्यों नहीं हो रही। सो इस करके बेनती है कि आपां कट्ठे होइए, आपां निके निके बखरे में बड़ी संताली तो लगी सी दिल्ली, संताली तो बढ़िया चालां चल रही सी दिल्ली साडी अकाल तख्त साहिब दी क्रेडिबिलिटी घटाउण वास्ते, साडी श्रोमणी गुरुद्वारा प्रबंधक कमेटी नूं तोड़न वास्ते। पर किते ना किते ए उदों सफल होई, चाहे ठीक है
ਆਪਾਂ ਕਿਸਾਨੀ ਬਿੱਲ ਵਾਪਸ ਕਰਾ ਲਏ ਪਰ ਇਹ ਦਿੱਲੀ ਨੇ ਵੇਖਿਆ ਕਿ ਜੇ ਪੰਜਾਬ ਦੇ ਕਿਸਾਨ ਹਰਿਆਣਾ ਪਾਰ ਕਰਦੇ ਹੋਏ ਦਿੱਲੀ ਪਾਰ ਕਰਦੇ ਹੋਏ ਲਾਲ ਕਿਲੇ ਤੇ ਪਹੁੰਚੇ ਹੈ ਇਹਦੇ ਪਿੱਛੇ ਤਾਕਤ ਹੈ ਸਿੱਖ ਕੌਮ ਦੀ ਇਹਦੇ ਪਿੱਛੇ ਤਾਕਤ ਹੈ ਕਿਹਦੀਆਂ ਸੰਸਥਾਵਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਪਿੱਠ ਤੇ ਖੜੀ ਹੈ ਤਾਂ ਭਰਾਵੋ ਚਾਹੇ ਕਿਸਾਨੀ ਬਿੱਲ ਆਪਾਂ ਵਾਪਸ ਕਰਾ ਲਏ ਪਰ ਸਟੇਟ ਨੇ ਬੜੀ ਰਣਨੀਤੀ ਤਹਿਤ ਸਾਥੋਂ ਦਿੱਲੀ ਕਮੇਟੀ ਖੋਲੀ ਸਾਥੋਂ ਹਰਿਆਣਾ ਕਮੇਟੀ ਖੋਲੀ ਆਪਾਂ ਚੁੱਪ ਰਹੇ ਸਾਡੇ ਨੌਜਵਾਨਾਂ ਨੂੰ ਐਨਐਸਐਲ ਲਾ ਕੇ ਡਿਬਰੂਗੜ੍ਹ ਜੇਲ੍ਹਾਂ ਚ ਬੰਦ ਕਰਤਾ ਹੈ ਆਪਾਂ ਚੁੱਪ ਰਹੇ ਸੋ ਇਸ ਕਰਕੇ ਲੋੜ ਹੈ ਜਾਗਣ ਦੀ ਲੋੜ ਹੈ ਇਕੱਠੇ ਹੋਣ ਦੀ ਆਪਸ ਦੇ ਵਿੱਚ ਬਖਰੇਵੀਆਂ ਫੇਰ ਨਿਬੇੜ ਲਾਂਗੇ ਫੇਰ ਵੰਡ ਲਾਂਗੇ ਪਰ ਜਦੋਂ ਇਹੋ ਜਿਹੇ ਇਸ਼ੂ ਆਉਂਦੇ ਹੈ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਨਿੱਕੀਆਂ ਮੋਟੀਆਂ ਜੋ ਆਪਸ ਦੇ ਵਿੱਚ ਰੰਜਸ ਹੈ ਉਹ ਆਪਾਂ ਬਾਅਦ ਚ ਲੜ ਸਕਦੇ ਹਾਂ ਜਦੋਂ ਵੱਡੀ ਲੜਾਈ ਹੁੰਦੀ ਹੈ ਜਦੋਂ ਸਟੇਟ ਨਾਲ ਲੜਾਈ ਹੁੰਦੀ ਹੈ ਉਦੋਂ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਸੋ ਮੈਂ ਦਾਅ ਦਿੰਦਾ ਪਰਿਵਾਰਾਂ ਦੀ ਪਰਿਵਾਰ ਫੇਰ ਬੜੀ ਅਣਖ ਬੜੀ ਗੈਰਤ ਬੜੀ ਚੜ੍ਹਦੀ ਕਲਾ ਨਾਲ ਕਹਿ ਰਹੇ ਹੈ ਕਿ ਅਸੀਂ ਭੀਖ ਨਹੀਂ ਮੰਗ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡੇ ਨੌਜਵਾਨ ਰਿਹਾ ਕਰੋ ਕਿਉਂ ਕਿਉਂਕਿ ਪਰਿਵਾਰ ਕਹਿ ਰਹੇ ਹੈ ਕਿ ਸਾਡੇ ਬੱਚੇ ਆਪਦੇ ਜੇਲ੍ਹਾਂ ਦੇ ਵਿੱਚ ਬਹਿ ਕੇ ਜੋ ਕੌਮ ਦਾ ਅਣਖ ਦਾ ਬੂਟਾ ਕੌਮ ਦੀ ਚੜ੍ਹਦੀ ਕਲਾ ਦਾ ਬੂਟਾ ਕੌਮ ਦਾ ਉਹ ਬੂਟਾ ਜਿਹੜਾ ਬਾਬਰ ਨੂੰ ਜਾਬਰ ਕਹਿ ਰਿਹਾ ਉਹਦੇ ਵਿੱਚ ਆਪਣਾ ਬਲੀਦਾਨ ਦੇ ਰਹੇ ਹੈ ਆਪਣੇ ਸੀਨਿਆਂ ਤੇ ਅਤਿਆਚਾਰ ਸਹਿ ਰਹੇ ਹੈ ਟੋਰਚਰ ਸਹਿ ਰਹੇ ਹੈ 3500 ਕਿਲੋਮੀਟਰ ਦੂਰ ਇੱਕ ਸਾਲ ਤੋਂ ਬੈਠੇ ਹੈ ਪਰ ਜਦੋਂ ਅਤਿਆਚਾਰ ਇਦੂ ਗਾਹਾਂ ਨਾ ਗਿਆ ਕਿ ਇਹ ਸਰਕਾਰਾਂ ਕਿਤੇ ਨਾ ਕਿਤੇ ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਹੋ ਰਿਹਾ ਨੇ ਤੁਸੀਂ ਵੇਖਿਆ ਕੱਲ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਫਾਦਰ ਸਾਹਿਬ ਨਾਲ ਅਤੇ ਤਾਇਆ ਜੀ ਨਾਲ ਗੱਲ ਕਰ ਰਿਹਾ ਸੀ ਕਿ ਜਿਹੜਾ ਦੇਸ਼ ਕਹਿ ਰਿਹਾ ਕਿ ਸਾਡੀ ਹਕੂਮਤ ਬੜੀ ਤਾਕਤਵਰ ਹੈ ਦੁਨੀਆ ਚੋ ਚੌਥੇ ਨੰਬਰ ਦੀ ਫੌਜ ਹੈ ਪਰ ਕੱਲੇ ਯੋਧੇ ਨੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੁਸੀਂ ਯਾਦ ਕਰੋ 16 ਮਾਰਚ ਦਾ ਸੀਨ ਜਦੋਂ ਇਸ ਦੇਸ਼ ਦੀ ਫੌਜ ਤੇ ਇਸ ਦੇਸ਼ ਦੀ ਹਕੂਮਤ ਦੇ ਤਾੜੀ ਨਾਲ ਤਾੜੀ ਮਾਰ ਕੇ ਸਾਡਾ ਯੋਧਾ ਨੰਗਿਆ ਸੀ ਇਹ ਹਕੂਮਤ ਨੇ ਪੱਤੇ ਪੱਤੇ ਤੇ ਪੈਰਾ ਮਿਲਟਰੀ ਲਾਤੀ ਸੀ ਸਾਰੇ ਬਾਰਡਰ ਸੀਲ ਕਰਤੇ ਸੀ ਹਰ ਇੱਕ ਕੰਧ ਤੇ ਫੋਟੋਆਂ ਚਪਕੇਤੀਆਂ ਸੀ ਪਰ ਉਹ ਸਾਡਾ ਯੋਧਾ ਇਹ ਦੇਸ਼ ਦੀ ਹਕੂਮਤ ਨੂੰ ਲਲਕਾਰਦਾ ਰਿਹਾ ਉਹ ਜਿਹੜਾ ਦੇਸ਼ ਕਹਿੰਦਾ ਕਿ ਸਾਡੀ ਚੌਥੇ ਨੰਬਰ ਦੀ ਫੌਜ ਹੈ ਉਹ ਫੌਜ ਨੂੰ ਕਹਿ ਰਿਹਾ ਸੀ ਉਹ ਦੇਸ਼ ਨੂੰ ਕਹਿ ਰਿਹਾ ਸੀ ਕਿ ਜੇ ਤੁਸੀਂ ਅਸਲ ਦਿਓ ਮੈਨੂੰ ਫੜੋ ਪਰ ਸਾਡੇ ਯੋਧੇ ਨੇ ਗ੍ਰਿਫਤਾਰੀ ਦਿੱਤੀ ਗੁਰੂ ਦੀ ਹਜ਼ੂਰੀ ਚ ਆ ਕੇ ਆਪਣੇ ਆਪ ਪੇਸ਼ ਹੋਇਆ ਇਹ ਦੇਸ਼ ਫੜ ਨਹੀਂ ਸਕਿਆ ਇੱਥੋਂ ਇਹ ਦੇਸ਼ ਨੂੰ ਸਾਡੀ ਕੌਮ ਦੀ ਚੜ੍ਹਦੀ ਕਲਾ ਅਣਖ ਇਹ ਸਮਝ ਲੈਣੀ ਚਾਹੀਦੀ ਹੈ ਪਹਿਲਾਂ ਵੀ ਕਈ ਵਾਰ ਵੇਖਿਆ ਪਰ ਗੁਰੂ ਕਲਾ ਵਰਤਾਉਂਦਾ ਸਮੇਂ ਸਮੇਂ ਤੇ ਨੌਜਵਾਨਾਂ ਨੂੰ ਭੇਜਦਾ ਤਾਂ ਕਿ ਸਾਡੀ ਜੋ ਅਨਪੋਲ ਪਨੀਰੀ ਹੈ ਜਿਸ ਪਨੀਰੀ ਨੂੰ ਇਹ ਸਟੇਟ ਰਣਨੀਤੀ ਅਧੇਰ ਨਸ਼ਿਆਂ ਤੇ ਲਾ ਰਹੀ ਹੈ ਲੱਚਰ ਭੁਣੇ ਵੱਲ ਤੱਕ ਰਹੀ ਹੈ ਸਮੇਂ ਸਮੇਂ ਤੇ ਭਾਈ ਦੀਪ ਸਿੱਧੂ ਵਰਗੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਯੋਧੇ ਆ ਕੇ ਹਲੂਣਾ ਦੇ ਰਹੇ ਹੈ ਜਗਾ ਰਹੇ ਹੈ ਤੇ ਗੁਰੂ ਆਪਣੇ ਸਿੱਖਾਂ ਨੂੰ ਬਲ ਤਾਕਤ ਹਿੰਮਤ ਬਖਸ਼ ਕੇ ਉਹ ਜੋ ਜਜ਼ਬਾ ਉਹ ਜਨੂਨ ਹੈ ਉਹ ਦੇ ਰਿਹਾ ਕਿਉਂਕਿ ਆਪਾਂ ਵੇਖਿਆ ਠੀਕ ਹੈ ਬਹੁਤ ਅਫਵਾਹਾਂ ਉੱਡੀਆਂ ਬਹੁਤ ਅਫਵਾਹਾਂ ਉੱਡੀਆਂ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਅੰਮ੍ਰਿਤਪਾਲ ਸਿੰਘ ਬਾਹਰ ਫਿਰ ਰਿਹਾ ਪਰ ਜਦੋਂ ਉਹਨਾਂ ਨੇ ਪੇਸ਼ ਹੋਇਆ ਉਸ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਤੇ ਅੱਜ ਜੋ ਅਤਿਆਚਾਰ ਹੋ ਰਿਹਾ ਮੈਂ ਗੱਲ ਕਰ ਰਿਹਾ ਸੀ ਪਰਿਵਾਰ ਇਹ ਨਹੀਂ ਮੰਗ ਕਰ ਰਹੇ ਕਿ ਰਿਹਾ ਕਰ ਦਿਓ ਪਰਿਵਾਰ ਇਹ ਕਹਿ ਰਿਹਾ ਕਿ ਸਾਡੇ ਨੌਜਵਾਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਚ ਲਿਆਓ ਕਿਉਂਕਿ ਡਰ ਹੈ
ਇਹ ਦੇਸ਼ ਦੀ ਹਕੂਮਤ ਇੰਨੇ ਥੱਲੇ ਲੈਵਲ ਦੀ ਰਾਜਨੀਤੀ ਕਰ ਰਹੀ ਹੈ, ਕਿਤੇ ਹੋਰ ਹੀ ਕੋਈ ਹੋਰ ਸਾਡੀ ਕੁਰਬਾਨੀ ਸਾਡੀਆਂ ਜੋ ਸਹਾਇਤਾਂ ਹੋ ਰਹੀਆਂ ਜਾਂ ਕੌਮ ਨੂੰ ਸਮਰਪਿਤ ਭਾਵਨਾ ਨਾਲ ਸੰਘਰਸ਼ੋ ਨੌਜਵਾਨ ਕਰ ਰਹੇ ਹੈ, ਕੋਈ ਹੋਰ ਕਹਾਣੀ ਪੇਸ਼ ਨਾ ਕਰ ਦੇਣ। ਜਿਵੇਂ ਪਿਛਲੇ ਦਿਨਾਂ ਚ ਉਹ ਮੋਬਾਈਲਾਂ ਵਾਲਾ ਜਾਂ ਹੋਰ ਕੈਮਰਿਆਂ ਵਾਲਾ ਉਹਨਾਂ ਨੇ ਇੱਕ ਪ੍ਰੋਪੋਗੰਡਾ ਕੀਤਾ ਸੀ। ਸੋ ਇਸ ਕਰਕੇ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿੰਨਾ ਸਾਨੂੰ ਸਪਰਿੰਗ ਬਾਗ ਦੱਬੋਗੇ ਓਨਾ ਅਸੀਂ ਜੰਪ ਮਾਰਾਂਗੇ, ਕਿਉਂਕਿ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਬਜਰੋ ਆਪਣੇ ਮੰਨੂ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਸੀ। ਯਾਦ ਕਰੋ ਆਪਣੇ ਚਿਹਰੇ ਤੇ ਆਪਣੇ ਮਨ ਚ ਉਹ ਸੀ ਲੈ ਕੇ ਆਓ ਸਾਡੀਆਂ ਮਾਤਾਵਾਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਪਾਏ ਸੀ। ਨਾਲੇ ਮਾਤਾਵਾਂ ਕਹਿ ਰਹੀਆਂ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਡਦਾ ਅਸੀਂ ਧੂੜ ਸਵਾਇਆ ਹੋਏ। ਸਾਨੂੰ ਜਿੰਨਾ ਤੁਸੀਂ ਵੱਢੋਗੇ ਪਰ ਓਨਾ ਤਕੜੇ ਹੋਵਾਂਗੇ, ਪਰ ਲੋੜ ਹੈ ਖਾਲਸਾ ਜੀ ਆਪਾਂ ਇਕੱਠੇ ਹੋ ਜਾਈਏ। ਇਹ ਸਰਕਾਰਾਂ ਨੇ ਜਾਬਰ ਕਰਦੇ ਰਹਿਣਾ, ਇਹ ਸਰਕਾਰਾਂ ਦਾ ਜਾਬਰ ਆਪਾਂ ਨੂੰ ਚੱਲਣਾ ਪੈਣਾ, ਕਿਉਂਕਿ ਜਿਹੜੇ ਸਾਡੀ ਕੌਮ ਦੇ ਹੀਰੋ ਨੇ, ਜਿਹੜੇ ਮੇਰੀ ਕੌਮ ਦੇ ਹੀਰੋ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨਹੀਂ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੇ ਨਹੀਂ ਸਰਕਾਰੇ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ। ਤੂੰ ਲਾਲ ਕਿਲੇ ਦੀ ਰਾਣੀ ਹੈ, ਤੂੰ ਲਾਲ ਕਿਲੇ ਦੀ ਰਾਣੀ ਹੈ, ਅਸੀਂ ਬਾਰਸ ਬਾਜਾਂ ਵਾਲੇ ਦੇ, ਤੂੰ ਲਾਲ ਕਿਲੇ ਦੀ ਰਾਣੀ ਹੈ, ਅਸੀਂ ਬਾਰਸ ਬਾਜਾਂ ਵਾਲੇ ਦੇ, ਤੇਰੇ ਲਈ ਮਖਮਲੀ ਸੇਜਾਂ ਨਹੀਂ, ਤੇਰੇ ਲਈ ਮਖਮਲੀ ਸੇਜਾਂ ਨਹੀਂ, ਸਾਡੇ ਲਈ ਮਾਸੀ ਵਾੜੇ ਨਹੀਂ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ। ਭੁੱਲ ਚੁੱਕ ਮਾਫ ਕਰਨਾ, ਹੱਥ ਜੋੜ ਕੇ ਫੇਰ ਬੇਨਤੀ ਹੈ, ਪਾਲਟੀ ਬਾਜੀ ਧੜੇ ਬਾਜੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਇਹ ਪਰਿਵਾਰਾਂ ਦਾ ਸਾਥ ਦੇਈਏ। ਮੈਂ ਪਰਿਵਾਰਾਂ ਦੀ ਦਾਤ ਦਿੰਦਾ ਕਿ ਚੜ੍ਹਦੀ ਕਲਾ ਚ ਨੇ ਗੁਰੂ ਅੱਗੇ ਵੀ ਅਰਦਾਸ ਕਰਦਾ ਹੈ ਕਿ ਸਾਨੂੰ ਸਮਤ ਬਖਸ਼ੇ, ਅਸੀਂ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਹੋਰ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ ਝੱਬਰ ਸਾਹਿਬ ਦਾ। ਸੋ ਆਪਣੇ ਵਿਚਕਾਰ ਚਾਚਾ ਬਘੇਲ ਸਿੰਘ ਜੀ ਦੇ ਪਿੰਡ ਤੋਂ ਬੋਲੇ ਵਾਲੇ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਗਤ ਆਈ ਹੈ, ਉਹਨਾਂ ਨੂੰ ਵੀ ਜੀ ਆਇਆਂ ਆਖਿਆ ਜਾਂਦਾ, ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸੋ ਹੁਣ ਮੈਂ ਬੇਨਤੀ ਕਰਦਾ ਬੀਬੀ ਸੁਖਰਾਮ ਕੌਰ ਜੀ ਨੂੰ ਕਿ ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਪੇਸ਼ ਕਰਨ। ਬੀਬੀ ਸੁਖਰਾਮ ਕੌਰ ਜੀ ਸਮਾਣੇ ਦੇ ਨੇੜੋਂ ਉਟਾਲੇ ਪਿੰਡ ਤੋਂ ਵੀ ਸੰਗਤ ਪਹੁੰਚੀ ਹੈ, ਉਸ ਦਾ ਵੀ ਉਹਨਾਂ ਦਾ ਵੀ ਸਤਿਕਾਰ ਹੈ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਦੇ ਆ। ਸੋ ਬੀਬੀ ਸੁਖਰਾਮ ਕੌਰ ਜੀ ਤੋਂ ਬਾਅਦ ਭਾਈ ਸਰਬਜੀਤ ਸਿੰਘ ਅਕਾਲ ਹੀ ਅਕਾਲ ਫੌਜ ਵਾਲੇ ਤਿਆਰ ਰਹਿਣ ਜੀ। ਜੁੜ ਬੈਠੀ ਸਾਰੀ ਸਾਧ ਸੰਗਤ ਮੇਰੇ ਵੱਲੋਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪਾਂ ਆਪਣੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ, ਜਿਨ੍ਹਾਂ ਦੇ ਦਰਾਂ 'ਤੇ ਬੈਠੇ ਹਾਂ, ਜਿਨ੍ਹਾਂ ਤੋਂ ਸਾਨੂੰ ਓਟ ਆਸਰਾ ਹੈ, ਜਿਨ੍ਹਾਂ ਦੇ ਅਸੀਸ ਸਦਕਾ ਅਸੀਂ ਹਾਰ ਮੈਦਾਨ ਫਤਿਹ ਕਰਨਾ ਹੈ। ਕੋਲ ਹੀ ਸਾਡਾ ਅਕਾਲ ਤਖ਼ਤ ਹੈ, ਜਿੱਥੋਂ ਸਾਨੂੰ ਸਾਰੀ ਸੇਧ ਮਿਲਣੀ।
उस अस्थान दे उत्ते नतमस्तक हुंदे होए अपनियां भावनावां नूं उत्थे लै के चलीए ते उत्थों सीध लै के अगे चलण दा उपराला करिए। गुरु साहब दी असीस सदका ही असी अज जीवत हाँ, जे ना उहनां दे नाल असी सांझ पाईए ते अज तक साडी कौम दे विचों मैनूं लगदा है 100 चों असी 80% अज तों खत्म हो चुके होंदे। ये उन्होंने असीस सदका ही है कि अज असी इत्थे एकत्र होए हाँ ते अपनियां मसलियां नूं उजागर करन वास्ते साध संगत पेश करन वास्ते साडे कोल बोल ने, नहीं ते ये बोल बोले नहीं सी जाने, क्योंकि जिहो जिहां हकूमतां ने ओहो जे उन्हां दे विचार ने, ओहो जे उन्हां दे असूल ने। एक खालसा ही है जिस दे असूल बड़े पवित्र बड़े अनमोल ने, वह किसी नाल जाति नहीं करता, वह किसी दे धर्म प्रति कोई माड़ा लफ्ज नहीं बोलता, पर असी अज अपने आप नू गुलाम आपे ही कह रहे हाँ, जदों के साडे कोल तां अपना देश अपनी हकूमत अपना राज भाग असी मान्या है ते उस राज भाग नू मानदे होए भी असी गुलाम हाँ, ते फिर साडी जिहड़ी सुरत है ना उही गुलाम हो गई है। वैसे शरीर पक्षों भी असी गुलाम हाँ, क्योंकि असी गुरु दे आशे नू एक साइड ते रख अपने आप नू इन्ना गलतान कर लिया है कि आने वाली साड़ियाँ पीढ़ियों वाल असी ध्यान ही नहीं दिता, अपनी गुरबाणी नाल नहीं जोड़िया, अपनी सिख मर्यादा नाल नहीं जोड़िया, तो फिर असी नरकी जीआं ना, नरकी जीआं नू फिर होर की हुंदा है, नरक ही भोगना पैंदा है। ये नरक असी आप सहेड़िया है जदों कि असी अपनी सिखी नाल टुट चुके हाँ। जिहड़ा जिहड़ी कौम अपने सिधांतां नाल टुट जांदी है ना वह फिर खुआर ही हुंदी है। असी अपने गुरु तो बेमुख होए ते बेमुख होने तो बाद फिर की वापरदा है, फिर तो सानू वजोग ही मिलते हैं, फिर रोग ही मिलते हैं, उन्हां रोगों नू असी आप भोग रहे हाँ क्योंकि असी गुरु नाल टुट चुके हाँ, असी गुरु का सिद्धांत अपने मन चो कट चुके हाँ। आने वाली पीढ़ी नू असी दस्या ही नहीं भी साडे गुरु साहब का की सिद्धांत है ते किवें असी चलना है। तुसी हुण ही देख लो किन्ना कुछ संताली छड़िया 1919 तो लैके अज तक सिख कौम नाल की हो रहा है, पर साडियां जमीरां ही मर गईं, सानू एहसास ही नहीं होया भी असी एक वक्री कौम हाँ, असी एक सिख कौम जिहड़ी है एक वक्री कौम है, ते वक्री कौम दा वक्रा राज सी खालसा राज, जिहदी अज भी साडे कोल निशानी है, जिहदियां असी हुण अपनी गुरदौरियां करा के अपना हिस्सा उत्थों लै रहे हाँ। सतलुज के कंढे ते साडी सिख राज दे बादशाह दी ते अंग्रेजां दे नाल संधि होई कि तुसी इधर नहीं आना ते असी तुहाडे इधर नहीं आवांगे, जदों कि साडे कोल सारा कुछ साडे कोल सबूत ने, असी फिर भी जा के दिल्ली वल नूं मूंह करदे हां, जिहड़ा कि राज ही नहीं है। साडे कोल ते अकाल दा राज है, अकाल दा तख्त है, जिहड़ा ना मिटना है ना किसी ने मिटा सकना है, ये सदीव काल है जिस कायन जिस नू जिस अकाल पुरख ने इस कायनात नू सिरजा है, उस अकाल ने ही ये तख्त सारिया है, उसने सानू इस अकाल तख्त तो हर हुक्म बख्शिश किया है, उन्हें मर जीवड़े इतों पैदा किए हैं तो इतों ही हुक्म लैके साडे मर जीवड़े अपनी कौम लई लड़दे हैं, तो पर कभी किसी का बुरा नहीं तकते, पर असी फिर भी हाथ जोड़ जोड़ के अगलियां दे मिन्नता कर रहे हाँ कि साडी अपील दलील सुन लो, किनों सुनाउणी है तुसी अपील दलील, जे उन्होंने अपील दलील ताडी सुननी हुंदी ते जिस इंसान दा सूबा पंजाब है, सूबे पंजाब दे विच जेलां नहीं हन, इत्थे NSA नहीं लग सकदी, इत्थे भी लग के इस इन्हां जेलां च भी उन्हां नूं बंद कीता जा सकदा सी, क्यों उन्हां नूं जिदों कि उन्हां दा आसाम च कोई केस ही नहीं, उन्हें उत्थे कोई जुलम नहीं किया, तो उन्होंने इन्नी दूर जाके उत्थे सुटिया क्यों गया। जे साडे विच हिम्मत हुंदी ते साडा अनमोल हीरा दीप नूं उन्होंने एक्सीडेंट का रूप दे के मार दिता, जिहड़ा कि साडे सब इतिहास दीआं गल्लां करदा करदा साडे बच्चियां नूं उन्हें जागृत किया, उन्हें पातशाही दावे दा उन्होंने बच्चियां नूं उजागर किया, तो
ਅਸੀਂ ਫੇਰ ਵੀ ਸੁੱਤੇ ਹਾਂ ਤੇ ਅੱਜ ਅਸੀਂ ਸੁੱਤੇ ਹੀ ਰਹਿਣਾ ਕਿਉਂਕਿ ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਸਾਡੀਆਂ ਜ਼ਮੀਰਾਂ ਜਾਗਦੀਆਂ ਨਹੀਂ ਆ। ਜੇ ਜਾਗਦੀਆਂ ਹੁੰਦੀਆਂ ਤੇ ਆਹ ਪੰਡਾਲ ਜਿਹੜਾ ਨਾ ਅੱਜ ਇੰਨਾ ਖਾਲੀ ਜਿਹਾ ਨਾ ਹੁੰਦਾ। ਇੱਥੇ ਸੰਗਤਾਂ ਦਾ ਭਰਪੂਰ ਇਕੱਠ ਹੁੰਦਾ ਤੇ ਅਸੀਂ ਹਰੇਕ ਇਨਸਾਨ ਇੱਕ ਵੋਟ ਦੇ ਰੂਪ 'ਚ ਭਾਈ ਸਾਹਿਬ ਦੇ ਨਾਲ ਖੜਦੇ ਤੇ ਆਣ ਕੇ ਦੁਨੀਆਂ ਨੂੰ ਦੱਸਦੇ ਵੀ ਸਾਡੀ ਵੋਟ ਕਿਸੇ ਪਾਰਟੀ ਨੂੰ ਨਹੀਂ ਜਾਣੀ, ਸਾਡੀ ਵੋਟ ਕਿਸੇ ਦੂਸਰੇ ਧਰਮ ਨੂੰ ਨਹੀਂ ਜਾਣੀ, ਸਾਡੀ ਵੋਟ ਸਿਰਫ ਸਿੱਖ ਧਰਮ ਦੀ ਵੋਟ ਹੈ ਤੇ ਸਿੱਖ ਧਰਮ ਨਾਲ ਜਿਹੜਾ ਸਾਡਾ ਆਗੂ ਖੜਾ ਹੋਵੇਗਾ ਸਾਡੀ ਵੋਟ ਉਹਨੂੰ ਜਾਏਗੀ। ਤੇ ਪਰ ਕੀ ਕਰੀਏ, ਅਸੀਂ ਉਹੀ ਅੱਗੇ ਵੀਰ ਜੀ ਆਖਣ ਡਿਆ ਸੀ ਨਾ ਵੀ ਸਾਡੀ ਉਹ ਹਾਲਤ ਹੋ ਗਈ ਹੈ ਜਿਵੇਂ ਆਵਾਰਾ ਕੁੱਤੇ ਤੁਰੇ ਫਿਰਦੇ ਆ, ਕੋਈ ਇੱਧਰ ਨੂੰ ਤੁਰਿਆ ਫਿਰਦਾ ਕੋਈ ਉੱਧਰ ਨੂੰ ਤੁਰਿਆ ਫਿਰਦਾ। ਜਿੰਨਾ ਚਿਰ ਸਾਡੇ ਵਿੱਚ ਇਕੱਠ ਨਹੀਂ ਨਾ ਹੋਏਗਾ, ਜਿੰਨਾ ਚਿਰ ਸਾਡੇ 'ਚ ਇਤਫਾਕ ਨਹੀਂ ਹੋਏਗਾ, ਤੁਸੀਂ ਕੁਛ ਨਹੀਂ ਲੈ ਸਕਦੇ। ਭਾਵੇਂ ਜਿੰਨੀਆਂ ਮਰਜ਼ੀ ਆਏ ਇੱਥੇ ਭੁੱਖ ਹੜਤਾਲਾਂ ਰੱਖ ਲਓ, ਜੋ ਮਰਜ਼ੀ ਕਰ ਲਓ, ਕਿਉਂਕਿ ਉਹ ਸਰਕਾਰਾਂ ਤੁਹਾਡੀਆਂ ਹੈ ਹੀ ਨਹੀਂ। ਅਸੀਂ 19 ਵਾਰੀ ਦਿੱਲੀ ਜਿੱਤੀ, ਦਿੱਲੀ ਜਿੱਤ ਕੇ ਅਸੀਂ ਉਹਨਾਂ ਨੂੰ ਦਿੱਤੀ। ਸਾਡੀ ਜਿੱਤ ਦਾ ਪ੍ਰਤੀਕ ਸਾਡੇ ਕੋਲ ਉਹ ਸਿੱਲ ਪਈ ਹੈ ਜਿਹਦੇ ਉੱਤੇ ਉਸ ਬਾਦਸ਼ਾਹ ਨੇ ਹੁਕਮ ਕਰਕੇ ਸਾਡੇ ਸਿੱਖਾਂ ਦੇ ਨਾਲ ਲਹੂ ਪੀਤੇ ਸੀਗੇ, ਪਰ ਸਾਡੇ ਸਿੱਖਾਂ ਨੇ ਉਹਨੂੰ ਉੱਥੋਂ ਧੂ ਕੇ ਲਿਆਂਦਾ ਸੀ, ਪਰ ਸਾਡੀ ਕੌਮ ਨੇ ਉਹਨੂੰ ਇੱਕ ਨੁੱਕਰ 'ਚ ਰੱਖ ਕੇ ਸਾਡੀ ਕੌਮ ਨੂੰ ਦੱਸਿਆ ਹੀ ਨਹੀਂ ਕਿ ਸਾਡੇ ਕੋਲ ਐਡਾ ਵੱਡਾ ਚਿੰਨ੍ਹ ਹੈ ਵੀ ਅਸੀਂ ਦਿੱਲੀ ਜਿੱਤੀ ਹੈ। ਫਿਰ ਕਿਉਂ ਅਸੀਂ ਆ ਹਾਰਦੇ ਹਾਂ? ਕਿਉਂਕਿ ਸਾਡੇ ਵਿੱਚ ਪਾਵਰ ਹੀ ਹੈ ਨਹੀਂ। ਸਾਡੇ ਜਿਹੜੇ ਲੀਡਰ ਆਉਂਦੇ ਨੇ ਉਹ ਪਾਵਰਹੀਨ ਨੇ, ਉਹਨਾਂ ਵਿੱਚ ਸਿੱਖੀਜ਼ਮ ਹੈ ਨਹੀਂ। ਉਹ ਸਿੱਖੀਜ਼ਮ ਨੂੰ ਪਾਸੇ ਕਰਕੇ ਵੋਟ ਹਾਸਲ ਕਰਦੇ ਨੇ, ਫਿਰ ਤੁਹਾਡੇ 'ਤੇ ਹੀ ਜ਼ੁਲਮ ਕਰਦੇ ਨੇ। ਇਸ ਕਰਕੇ ਇਹਨਾਂ ਜ਼ੁਲਮਾਂ ਦਾ ਜੇ ਟਾਕਰਾ ਕਰਨਾ ਹੈ ਫਿਰ ਸਿੱਖ ਕੌਮ ਇਕੱਤਰ ਹੋਵੇ ਅਤੇ ਆਪਣੇ ਬਲ ਦਾ ਪ੍ਰਤੀਕ ਹੋਵੇ, ਆਪਣੇ ਬਲ ਨੂੰ ਪ੍ਰਯੋਗ ਕਰੇ, ਫਿਰ ਆਪਣੇ ਸਿੱਖ ਧਰਮ ਦੇ ਵਿੱਚੋਂ ਖੜਾ ਜਿਹੜਾ ਸਾਡਾ ਬੱਚਾ ਹੈ ਉਹਨੂੰ ਆਪਣੀ ਵੋਟ ਦੇਵੇ ਅਤੇ ਫਿਰ ਅਸੀਂ ਜਿੱਤ ਦੇ ਬਿਲਕੁਲ ਪ੍ਰਤੀਕ ਹੋਵਾਂਗੇ, ਜਿੱਤਾਂਗੇ, ਹਰ ਹਾਲਤ 'ਚ ਜਿੱਤਾਂਗੇ। ਜੇ ਸਾਡੀ ਵੋਟ ਆਸਰਾ ਗੁਰੂ ਰਾਮਦਾਸ ਦੇ ਦਰ ਅਕਾਲ ਤਖ਼ਤ ਸਾਹਿਬ 'ਤੇ ਹੋਏਗਾ, ਜਦੋਂ ਅਸੀਂ ਆਪਣੇ ਅਕਾਲ ਤਖ਼ਤ ਤੋਂ ਟੁੱਟਾਂਗੇ ਫਿਰ ਸਭ ਕੁਛ ਹੀ ਸਾਡੇ ਤੋਂ ਖੁੱਸੇਗਾ। ਕਿਉਂ ਸਤਿ ਅਕਾਲ ਤੇ ਮੇਰੇ ਸਾਰੀਆਂ ਭੈਣਾਂ ਨੂੰ, ਮੇਰੇ ਬੱਚੀਆਂ ਨੂੰ ਮੇਰੀ ਤਾਕੀਦ ਹੈ ਕਿ ਆਪਣੇ ਘਰ ਪੰਜਾਬੀ ਬੋਲੋ, ਪੰਜਾਬੀ ਪੜ੍ਹਾਓ, ਬੱਚਿਆਂ ਦੇ ਕੇਸ ਰੱਖੋ, ਨਾ ਕਿ ਬੱਚਿਆਂ ਦੇ ਕੇਸ ਕਤਲ ਕਰਾ ਕੇ ਤੁਸੀਂ ਆਪਣੇ ਫੈਸ਼ਨਾਂ ਨੂੰ ਅਗਾਂਹ ਵਧਾਓ। ਫੈਸ਼ਨ ਨੇ ਤੁਹਾਡੇ ਨਾਲ ਨਹੀਂ ਜਾਣਾ, ਸਿੱਖ ਧਰਮ ਦੀ ਮਰਿਆਦਾ ਨੇ ਤੁਹਾਡੇ ਨਾਲ ਨਹੀਂ ਬਣਾਏ, ਅਤੇ ਜੇ ਤੁਸੀਂ ਸਿੱਖ ਮਰਿਆਦਾ ਵਿੱਚ ਪੱਕੇ ਹੋਵੋਗੇ ਤੁਹਾਨੂੰ ਕੋਈ ਨਹੀਂ ਆਣ ਕੇ ਉਜਾੜ ਸਕੇਗਾ। ਇਸ ਇਹਨਾਂ ਸਰਕਾਰਾਂ ਦਾ ਤੁਸੀਂ ਕੀ ਵੋਟ ਆਸਰਾ ਲਓਗੇ? ਇੱਕ ਸਪੇਨ ਤੋਂ ਜੋੜਾ ਆਇਆ, ਉਸ ਜੋੜੇ ਦਾ ਨਾਲੇ ਤੇ ਉਹਨਾਂ ਰਾਮ ਭਗਤਾਂ ਨੇ ਸਭ ਕੁਛ ਲੁੱਟ ਲਿਆ ਤੇ ਨਾਲ ਉਸ ਬੀਬੀ ਦੇ ਨਾਲ ਇੰਨੀ ਬਦਤਮੀਜ਼ੀ ਕੀਤੀ ਹੈ ਕਿ ਉਸ ਬਦਤਮੀਜ਼ੀ ਦਾ ਲਫ਼ਜ਼ ਵੀ ਵਰਤਣਾ ਬਹੁਤ ਔਖਾ ਹੈ। ਇਹਨਾਂ ਸਰਕਾਰਾਂ ਤੋਂ ਕੀ ਪਾਲਦੇ ਹੋ? ਇਹਨਾਂ ਸਰਕਾਰਾਂ ਤੋਂ ਸਾਨੂੰ ਕੀ ਮਿਲ ਸਕਦਾ ਹੈ? ਜਿਹੜੇ ਇੱਕ ਯਾਤਰੀ ਤੋਂ ਯਾਤਰੀਆਂ ਨਾਲ ਇਹੋ ਜਿਹਾ ਵਿਹਾਰ ਕਰ ਸਕਦੇ ਨੇ, ਉਹ ਤੁਹਾਡੇ ਨਾਲ ਕਿਹੋ ਜਿਹਾ ਵਿਹਾਰ ਕਰਨਗੇ? ਇਸ ਕਰਕੇ ਮੇਰੀ ਤੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਇਹੀ ਅਪੀਲ ਹੈ ਕਿ ਆਪਣੇ ਕੌਮ ਦੇ ਨਾਲ ਖੜ ਜਾਓ। ਜੇ ਤੁਸੀਂ ਆਪਣੀ ਕੌਮ ਨਾਲ ਖੜੋਗੇ ਤੇ ਸਭ ਕੁਛ ਪਾ ਜਾਓਗੇ, ਜੇ ਤੁਸੀਂ ਵਖਰੇਵੇਂ 'ਚ ਰਹੋਗੇ ਤੇ ਸਭ ਕੁਛ ਉੱਜੜ ਜਾਣਾ ਹੈ। ਅੱਗੇ ਹੀ ਉਜਾੜ ਹੀ ਲਿਆ, ਜੋ 47 ਤੋਂ ਲੈ ਕੇ ਅੱਜ ਤੱਕ ਉੱਜੜਦੇ ਹੀ ਰਹੇ ਹਾਂ। ਪੱਕੇ ਤੇ ਹੋਏ ਕੋਈ ਨਹੀਂ, ਅਸੀਂ ਵੱਸੇ ਤੇ ਕੋਈ ਵੀ ਨਹੀਂ, ਉੱਜੜੇ ਹੀ ਹਾਂ। ਅਸੀਂ ਬੱਚਿਆਂ ਨੂੰ ਉਜਾੜਿਆ, ਆਪਣੀ ਬੱਚਿਆਂ ਨੂੰ ਖੋਇਆ ਹੈ, ਅਸੀਂ ਲਿਆ ਕੀ ਹੈ? ਇਸ ਕਰਕੇ ਇੱਕ ਹੋਵੋਗੇ, ਇੱਕ ਨਿਸ਼ਾਨ ਸਾਹਿਬ ਥੱਲੇ ਆਓਗੇ, ਸਭ ਕੁਛ ਮਿਲੇਗਾ। ਜੇ ਅਸੀਂ ਆਪਣੇ ਨਿਸ਼ਾਨ ਸਾਹਿਬ ਤੋਂ ਮੁਨੱਕਰ ਹੋਵਾਂਗੇ ਤੇ ਕੁਛ ਵੀ ਨਹੀਂ ਮਿਲਣਾ। ਇਹ ਤੇ ਭੁੱਲ ਜਾਓ ਕਿ ਸਰਕਾਰਾਂ ਤੁਹਾਨੂੰ ਕੁਛ ਦੇਣਗੀਆਂ। ਤੁਹਾਡੇ ਵਿੱਚ ਇਕੱਠਤਾ ਹੋਏਗੀ, ਤੁਹਾਡੇ ਵਿੱਚ ਬਲ ਹੋਏਗਾ ਤੇ ਤੁਸੀਂ ਸਭ ਕੁਛ ਪ੍ਰਾਪਤ ਕਰ ਲਓਗੇ, ਤੇ ਜੇ ਤੁਸੀਂ ਆਪਣੇ ਬਲ ਨੂੰ ਉਲਟਾ ਪ੍ਰਯੋਗ ਕਰੋਗੇ ਤੇ ਫਿਰ ਸਭ ਕੁਛ ਗਵਾ ਲਓਗੇ। ਇਸ ਕਰਕੇ ਮੇਰੀ ਤੇ ਇਹੀ ਤੁਹਾਡੇ ਸਭ ਦੇ ਅੱਗੇ ਅਰਜੋਈ ਹੈ ਕਿ ਇਕੱਠੇ ਹੋ ਜਾਓ, ਸਭ ਮਤਭੇਦ ਭੁਲਾ ਦਿਓ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਗੁਰੂ ਸਾਹਿਬ ਤੋਂ ਆਪਣੀ ਭੁੱਲ ਬਖਸ਼ਾਓ ਵੀ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਤੋਂ ਭੜਕੇ ਸੀ ਤੇ ਅਸੀਂ ਤੇਰੇ ਦਰ 'ਤੇ ਆ ਗਏ ਹਾਂ ਤੇ ਹੁਣ ਸਾਨੂੰ ਤੁਸੀਂ ਗੱਲ ਲਾ ਲਓ, ਸਾਨੂੰ ਤੁਸੀਂ ਸਮੱਤ ਦਿਓ, ਤੁਸੀਂ ਸੇਧ ਦਿਓ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਆਸ਼ੇ ਅਨੁਸਾਰ ਅੱਗੇ ਵੱਧ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ
ਬੀਬੀ ਸੁਖਰਾਮ ਕੌਰ ਜੀ ਖਾਲਸਾ ਜੀ ਦਾ। ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਭਾਈ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਤੋਂ ਜੋ ਪਰਿਵਾਰ ਨਾਲ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸੋ ਉਹਨਾਂ ਦਾ ਵੀ ਧੰਨਵਾਦ ਹੈ। ਬੇਨਤੀ ਕਰਦਾ ਭਾਈ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਨੂੰ ਕਿ ਉਹ ਸਟੇਜ ਤੋਂ ਆ ਕੇ ਸੰਗਤਾਂ ਨੂੰ ਸੰਬੋਧਨ ਕਰਨ ਜੀ। ਅੱਜ ਆਪਾਂ ਸਾਰਿਆਂ ਨੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਵੱਖ ਵੱਖ ਜਥੇਬੰਦੀਆਂ ਸਿੰਘ ਸਭਾਵਾਂ ਨਿਹੰਗ ਸਿੰਘ ਜਥੇਬੰਦੀਆਂ ਨੌਜਵਾਨ ਵੀਰ ਆਪਣੀ ਕੌਮ ਦਾ ਪੱਖ ਪੂਰਨ ਵਾਲੇ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਪ੍ਰਿੰਟ ਮੀਡੀਆ ਹੈ ਇਲੈਕਟ੍ਰੋਨਿਕਸ ਮੀਡੀਆ ਹੈ ਤੇ 13ਵੇਂ ਦਿਨ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਜੋਦੜੀ ਫਰਿਆਦ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਪਰਿਵਾਰਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਉਹਦੇ ਵਿੱਚ ਆਪਾਂ ਆਜ਼ਾਦ ਹਸਤੀ ਦੀ ਮਾਲਕ ਸਿੱਖ ਕੌਮ ਜੋ ਸਾਡੇ ਲੀਡਰਾਂ ਦੀ ਮਲਾਇਕੀ ਦੇ ਕਲਾਮ ਗੁਲਾਮ ਹੋਈ ਬੈਠੀ ਆ ਤੇ ਆਜ਼ਾਦ ਹਸਤੀ ਦੀ ਮਾਲਕ ਇਕੱਠੇ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬੰਦੇ ਤੇ ਮੇਰੀਆਂ ਭੈਣਾਂ ਇੰਡੀਅਨ ਸਟੇਟ ਤੇ ਪੰਜਾਬ ਸਰਕਾਰ ਜੋ ਭਗਵੰਤ ਮਾਨ ਇੱਕ ਕੱਠਪੁਤਲੀ ਬਣ ਕੇ ਦਿੱਲੀ ਦੀ ਚਲਾ ਰਿਹਾ ਹੈ ਉਹਨੂੰ ਕੋਸ ਰਹੀ ਹੈ ਉਸ ਦੇ ਗੈਰ ਕਾਨੂੰਨੀ ਵਰਤਾਰੇ ਨੂੰ ਆਪਾਂ ਸਾਰੇ ਵੱਖ ਵੱਖ ਫਰੰਟਾਂ ਤੋਂ ਵੱਖ ਵੱਖ ਐਂਗਲਾਂ ਤੋਂ ਸਾਰੇ ਨੌਜਵਾਨ ਆਪਣੇ ਵਿਚਾਰ ਦੇ ਰਹੇ ਨੇ। ਸੌ ਅਥਰਸਾ ਸਿਰੇ ਤੇ ਡੰਡ ਹੈ ਰੋਜ਼ ਨਾ ਮਰਜ਼ੀ ਲਵੋ ਸਿਆਪਾ ਜਿੰਨਾ ਮਰਜ਼ੀ ਕਰ ਲਓ ਜੋ ਮਰਜ਼ੀ ਕਰੀ ਜਾਓ ਇਹ ਇੰਡੀਅਨ ਸਟੇਟ ਸਾਡੇ ਨਾਲ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੈ। ਜੇ ਤੁਹਾਡਾ ਇਹ ਪ੍ਰਾਣਾ ਤੋਂ ਪਿਆਰਾ ਅਕਾਲ ਤਖ਼ਤ ਢਾ ਸਕਦੇ ਹੈ ਗਲਾਂ ਦੇ ਵਿੱਚ ਟੈਰ ਪਾ ਸਕਦੇ ਹੈ 36 ਗੁਰਦੁਆਰਿਆਂ ਤੇ ਹਮਲਾ ਕਰ ਸਕਦੇ ਹੈ 2500 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅੱਗ ਲਾ ਕੇ ਸਾੜ ਸਕਦੇ ਹੈ ਤੁਹਾਡਾ ਤੋਸ਼ਾਖਾਨਾ ਲੁੱਟ ਸਕਦੇ ਹੈ ਜੇ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਸਕਦੇ ਹੈ ਜੇਕਰ 4 ਜੁਲਾਈ 1955 ਨੂੰ ਸਾਡੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਕੇ ਜਵਾਹਰ ਲਾਲ ਨਹਿਰੂ ਦੀ ਸਾਰੀ ਜੁੰਡਲੀ ਨਾਗਪੁਰ ਦੀ 200 ਸਿੰਘਾਂ ਨੂੰ ਸ਼ਹੀਦ ਕਰਕੇ 20,000 ਨੂੰ ਜੇਲ੍ਹਾਂ 'ਚ ਸੁੱਟ ਸਕਦੀ ਹੈ ਤੇ ਫਿਰ ਜੇਕਰ ਤੁਹਾਡਾ 1909 ਦੇ ਵਿੱਚ ਬਣਿਆ ਆਨੰਦ ਮੈਰਜੈਕਟ
संविधान की धारा 25 क्लॉज B1 के मुताबिक थोनू केसाधारी हिंदू बना सकती है। जेकर गुरु ग्रंथ साहब की बेअदबी करन वालियां नू कराउन वालियां नू उन्हां नू बचाउन वालियां नू ते सरसे वाले साध दे चेलियां नू नहीं फड़ सकदे ते परोलां दे के वारी वारी सिख कौम नू चढ़ा सकदे है। ते फिर जे तुहाडे बंदी सिंह है जेड़े 32-32 सालां तों जेलां दे विच बंद बैठे ने ओ अपना हक मंग रहे ने, ओ कोई भीख नहीं मंग रहे, उन्हां नू छड़ नहीं रहे। फिर जे ए धक्का कर सकते हैं तो फिर तुहाडे नाल धक्का इस करके हो रहे है कि तुसी गुलाम हो। ये गुलामी किवें निकलेगी? साडी कौम नू सारिआं नू इकट्ठे होके जिहड़ी पंथ दी ते कौम दी लड़ाई लगातार 75 साल तो लड़ रहे ने, वो जिहड़े सेंटर ते दिल्ली दे दलाल है उन्हां तो साइड ते होके साडी कौम दी चढ़दी कला हो सकती है। इस करके आपां सारे सोचिए कि अज आपां भुख हड़ताल इस करके रखी है, इन्हां दी जान नूं तां रो रहे हैं कि इंडियन स्टेट ने, अमित शाह ने, इंडिया दीआं एजेंसियां ने मिल के भगवंत मान की सरकार दे नाल गठजोड़ करके भाई अमृतपाल सिंह खालसा जो वारस पंजाब जथेबंदी दे मुखी ने उन्हां दे साथी भाई दलजीत सिंह जी कलसी साहब जिहड़े अणख ते गैरतमंद ते लियाकतमंद आदमी ने, भाई पप्पलप्रीत सिंह जेड़े कौमी परिवार दे योधे ते जरनैल ने, बसंत सिंह जी खालसा जिन्हां दी हालत काफी तरसयोग है, ते जे बाणी ते बाणी दे रसिए ने ओ बुक्कन खां वाला जेड़ा सहज सुभा जेड़ा घर दे विचों ही फड़ के लै गए ने कलवंत सिंह जी राऊ के, जेड़े परिवार ने संत जरनैल सिंह भिंडरां वालियां दे परिवार दे नाल आप कदम कदम रख के उन्हां दे बाप ने दिन दिहाड़े सरपंच हुंदिआं भी शहादत प्राप्त कीती है। चाचा हरजीत जी जेड़े लग बड़े लियाकतमंद ते कौमी बंदे ने, सहज सुभा रहिंदे ने, सदा सरबत दा भला मंगदे ने, उस तो बाद औजला साहब ते सारिआं नू प्रधानमंत्री बाजे के जिन्हां नू पुट्ठे वंडदिआं नू फड़ के लिआ के गैर कानूनी ढंग दे नाल लत थल्लों लगाउण दे लई NSA पा के डिब्रूगढ़ दी जेल दे विच भेज दित्ता है। मैं पुछदा कि उन्हां नू फड़िआ क्यों गिआ, उन्हां ते केस पाए क्यों गए? कारण की सी गल ए निगी, गल अणख दी गल करदे सी, अपनी कौम दी गल करदे सी, आजादी दी गल करदे सी, जेड़ी नौजवानी नू साडी नौजवानी नू पहला दरबार साहब ढाया, फिर गलां च टैर पाए, फिर राजीव गांधी कहिंदा है एक वड्डा दरख्त डिगदा है ते धरती हिलदी है। मोदी दे यार ने अडवाणी जेड़ा होम मिनिस्टर सी उहने किताब लिखती माई कंट्री माई लाइफ, मेरा देश मेरी जिंदगी। उन्हां ने कहा इंदिरा गांधी तू बड़ा चंगा काम कीता, देर नाल दुरुस्त काम कीता कि जेड़ा तू दरबार साहब ढा दिता, सिखां नूं चंगा सब सिखाया, फिर वधाइयां दित्तियां, ते फिर राजीव गांधी ते सारिआं ने रल के नसलकुशी कर दित्ती है। चलो दिल्ली दे विच जा के त्रिलोकपुरी दे विच जाओ, मैं जदों इह बहुत वड्डा घल्लूकारा होया सी उस वक्त भी मैं दिल्ली दे विच घर घर जा
ਜਿਹੜਾ ਕਤਲੇਆਮ ਹੋ ਕੀਤਾ ਉਹਦੀ ਲਿਖਣੀ ਕੀਤੀ ਆ ਇੱਕ ਕਿਤਾਬ ਲਿਖੀ ਗਈ ਆ ਉਦੋਂ ਹੂ ਆਰ ਗਿਲਟੀ ਦੋਸ਼ੀ ਕੌਣ ਇੱਕ ਕਿਤਾਬ ਹੈ ਜਿਹੜੀ ਹੁਣ ਲੱਭਦੀ ਨਹੀਂ ਗਈ ਉਹ ਜਮਹੂਰੀ ਅਧਿਕਾਰ ਸਭਾ ਨੇ ਉਸ ਵੇਲੇ ਲਿਖੀ ਸੀਗੀ ਉਹਦੇ ਵਿੱਚ ਕਿਵੇਂ ਸਾਡੀਆਂ ਧੀਆਂ ਨੂੰ ਚੱਕਿਆ ਗਿਆ ਕਿਵੇਂ ਉਹਨਾਂ ਦੇ ਨਾਲ ਰੇਪ ਕੀਤੇ ਗਏ ਕਿਵੇਂ ਉਹਨਾਂ ਨੂੰ ਜਲਾਇਆ ਗਿਆ ਕਿਵੇਂ ਮਾਰਤਾ ਸਾਰੀਆਂ ਗਈਆਂ ਇੱਕ ਕਿਤਾਬ ਹੁਣ ਨਵੀਂ ਜਿਹੜੀ ਗਾਇਬ ਹੋਈ ਸੀ ਹੁਣ ਮੈਂ ਛਪੀ ਆ ਮੈਂ ਹੁਣੇ ਹੁਣੇ ਉਹ ਕਿਤਾਬ ਲੈ ਕੇ ਆਇਆ ਕਿ ਇਹ ਕਤਲੇਆਮ ਦਿੱਲੀ ਚ ਨਹੀਂ ਹੋਇਆ ਇਹ ਇੰਡੀਆ ਦੇ ਵੱਖ ਵੱਖ ਜਗ੍ਹਾ ਦੇ ਵਿੱਚ ਹੋਇਆ ਤੇ ਫਿਰ ਇਹ ਤੁਹਾਡੇ ਨਾਲ ਹੋਇਆ ਕਿਉਂ ਹੈ ਉਹ ਕਹਿੰਦੇ ਸਿੱਖ ਕੌਮ ਇੱਕੋ ਹੀ ਕੌਮ ਆ ਜਿਹੜਾ ਹਿੰਦੂ ਰਾਸ਼ਟਰ ਦੇ ਵਿੱਚ ੜਿੱਕਾ ਪਈ ਹੋਈ ਆ ਜੇ ਇਹਨੂੰ ਖਤਮ ਕਰ ਦਈਏ ਤੇ ਸਾਰਾ ਰਸਤਾ ਸਾਫ ਹੋ ਸਕਦਾ ਅੰਮ੍ਰਿਤਪਾਲ ਤੇ ਤਾਂ ਜ਼ੁਲਮ ਹੋਇਆ ਪਹਿਲਾਂ ਗੋਲੀਆਂ ਨਾ ਮਾਰੇ ਉਸ ਤੋਂ ਬਾਅਦ ਨਸਲ ਕੁਚੀ ਕੀਤੀ ਤੀਜਾ ਕੰਮ ਕੀਤਾ ਫਿਰ ਸਾਡੇ ਨੌਜਵਾਨਾਂ ਨੂੰ ਜਿਹੜੇ ਖਾੜਕੂ ਸੀਗੇ ਜਿਹੜੇ ਧੀ ਦੇ ਜਿੱਤ ਦੇ ਵੀ ਸਾਂਝੇ ਸੀ ਭੈਣ ਦੀ ਜਿੱਤ ਦੇ ਵੀ ਸਾਂਝੇ ਸੀਗੇ ਜਿਹੜੇ ਸਦਾ ਪੰਜਾਬ ਦਾ ਭਲਾ ਚਾਹੁੰਦੇ ਸੀਗੇ ਪੰਥ ਦਾ ਭਲਾ ਚਾਹੁੰਦੇ ਸੀ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਸੀ ਸਾਡੇ ਲੀਡਰਾਂ ਨੇ ਆ ਨਹਿਰਾਂ ਕਢਾਤੀਆਂ ਪਾਣੀ ਲਟਾਤੇ ਬਲਵਿੰਦਰ ਸਿੰਘ ਜਟਾਣਾ ਦੇ ਖੇਤ ਨੂੰ ਨਹਿਰ ਨਹੀਂ ਸੀ ਲੱਗਦੀ ਕਿ ਉਹਦੀ ਜ਼ਮੀਨ ਬੰਜਰ ਹੁੰਦੀ ਸੀ ਉਹਨੇ ਫਿਰ ਐਸ ਵਾਈ ਐਲ ਰੋਕ ਕੇ ਪੰਜਾਬ ਦੇ ਪਾਣੀ ਨੂੰ ਬਚਾ ਦਿੱਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਨੂੰ ਪ੍ਰਬਲ ਕੀਤਾ ਜਦੋਂ ਤੁਹਾਡੇ ਨੌਜਵਾਨਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਇੰਟਰਨੈਸ਼ਨਲ ਪੱਧਰ ਤੇ ਇਹਨਾਂ ਦੀ ਬਦਨਾਮੀ ਹੋ ਗਈ ਜਦੋਂ ਹਿਊਮਨ ਰਾਈਟਸ ਬੋਲਿਆ ਏਸ਼ੀਆ ਵਾਚ ਬੋਲੀ ਸਾਰੀਆਂ ਏਜੰਸੀਆਂ ਹਿਊਮਨ ਰਾਈਟਸ ਜਥੇਬੰਦੀਆਂ ਬੋਲੀਆਂ ਸਾਡੇ ਨੌਜਵਾਨ ਬੋਲੇ ਜਿਹੜੇ ਨੌਜਵਾਨ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚ ਹਿਜਰਤ ਕਰਕੇ ਚਲੇ ਗਏ ਨੇ ਆਪਣੇ ਮੁਲਕ ਨੂੰ ਛੱਡ ਕੇ ਗਏ ਨੇ ਜਿਨ੍ਹਾਂ ਦੀ ਤਾਰ ਦਿਨ ਰਾਤ ਤੁਹਾਡੇ ਵਿੱਚ ਖੜਕਦੀ ਹੈ ਫਿਰ ਜਦੋਂ ਰੌਲਾ ਕੌਮਾਂਤਰੀ ਪੱਧਰ ਤੇ ਪੈ ਗਿਆ ਅੰਬੈਸੀਆਂ ਦੇ ਅੱਗੇ ਧਰਨੇ ਲੱਗ ਗਏ ਅਮਰੀਕਾ ਦੇ ਪ੍ਰੈਜ਼ੀਡੈਂਟ ਕੋਲੋਂ ਗੱਲ ਉੱਠ ਖੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲੋਂ ਗੱਲ ਉੱਠ ਖੜੀ ਯੂਕੇ ਦੇ ਪ੍ਰਧਾਨ ਮੰਤਰੀ ਕੋਲੋਂ ਗੱਲ ਉੱਠ ਖੜੀ ਫਿਰ ਇਹ ਸਾਰਾ ਜਦੋਂ ਵਰਤਾਰਾ ਉੱਠਿਆ ਤੇ ਫਿਰ ਠੱਲ ਥੋੜੀ ਜੀ ਝੂਠੇ ਮੁਕਾਬਲਿਆਂ ਨੂੰ ਪੈ ਗਈ ਆ ਫਿਰ ਕਦੇ ਸਾਡਾ ਨੌਜਵਾਨ ਨੂੰ ਕਿਸੇ ਚਰਾਏ ਤੇ ਸ਼ਹੀਦ ਕਰਦੇ ਸੀਗੇ ਕਿਸੇ ਨੂੰ ਕਿਤੇ ਸ਼ਹੀਦ ਕਰਦੇ ਸੀਗੇ ਜਥੇਦਾਰ ਕੌਂਕੇ ਨੂੰ ਸਰਬੱਤ ਖਾਲਸਾ ਦਾ ਜਥੇਦਾਰ ਸੀ ਉਸ ਨੂੰ ਵੀ ਸ਼ਹੀਦ ਮੇਰੇ ਸਾਹਮਣੇ ਕਰ ਦਿੱਤਾ ਗਿਆ ਮੈਨੂੰ ਵੀ ਮਾਰ ਦੇਣਾ ਸੀ ਪਤਾ ਨਹੀਂ ਕਿਵੇਂ ਬਚੇ ਆ ਉਸ ਤੋਂ ਬਾਅਦ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਜਿਨ੍ਹਾਂ ਨੇ ਲਵਾਰਸ ਲਾਸਾਂ ਦੀ ਗੱਲ ਕੀਤੀ ਹੈ ਉਹਨੂੰ ਵੀ ਕੀਤਾ ਫਿਰ ਕਾਰ ਸੇਵਾ ਵਾਲੇ ਬਾਬੇ ਜਿਹੜੇ ਆਪਣੇ ਤਰਨ ਤਰਨ ਸਾਹਿਬ ਵਾਲੇ ਹੈ ਬਾਬਾ ਚਰਨ ਸਿੰਘ ਨੇ ਇੱਕ ਜੀਪ ਦੇ ਮਗਰ ਪਾ ਕੇ ਲੱਤਾਂ ਪਾੜ ਦਿੱਤੀਆਂ ਗਈਆਂ ਉਸ ਤੋਂ ਬਾਅਦ ਗੁਰਦੇਵ ਸਿੰਘ ਅਸਮਾਨ ਵਾਲਾ ਜੋ ਪੰਥ ਕਮੇਟੀ ਦਾ ਮੈਂਬਰ ਸੀ ਉਹਨੂੰ ਵੀ ਚੱਕ ਲਿਆ ਗਿਆ ਉਹਦੀਆਂ ਵੀ ਲੱਤਾਂ ਪਾੜ ਕੇ ਦੋ ਟੱਪੇ ਕਰ ਦਿੱਤੇ ਗਏ ਫਿਰ ਅਵਤਾਰ ਸਿੰਘ ਜਿਹੜਾ ਨੌਜਵਾਨ ਕਿੱਥੋਂ ਦਾ ਸੀ ਉਹ ਲਹਿਰੇ ਕਾਗੇ ਪਾਤਰਾਂ ਦੇ ਨਾਲ ਦਾ ਸੀ ਉਹਨੂੰ ਵੀ ਫੜ ਲਿਆ ਐਮਐਲਏ ਦੀ ਚੋਣ ਲੜਦਾ ਸੀਗਾ ਉਹਨੂੰ ਪ੍ਰੈਸਾਂ ਲਾ ਦਿੱਤੀਆਂ ਗਈਆਂ ਉਹਨੂੰ ਥਾਰ ਦਿੱਤਾ ਗਿਆ ਕਿਸੇ ਤਰੀਕੇ ਅਸੀਂ ਸਾਰੇ ਇਕੱਠੇ ਹੋ ਗਏ ਉਸ ਵੇਲੇ ਦੇ ਗਵਰਨਰ ਮੁਖਰਜੀ ਕੋਲੋਂ ਉਹਦੀ ਲਾਸ਼ ਲੈ ਆਂਦੀ ਜਦੋਂ ਲਾਸ਼ ਲੈ ਕੇ ਅਸੀਂ ਸੰਸਕਾਰ ਕਰਨ ਲੱਗੇ ਵੇਖਿਆ ਤੇ ਸਾਰਾ ਉਸਦਾ ਜਲੀ ਪ੍ਰੈਸਾਂ ਲਾ ਕੇ ਸਾੜਿਆ ਪਿਆ ਸੀਗਾ ਫਿਰ ਪੁਲਿਸ ਸਾਡੇ ਦੁਆਲੇ ਹੋ ਗਈ ਇੱਕ ਬੀਬੀ ਇੰਦਰਜੀਤ ਕੌਰ ਫੋਟੋ ਖਿੱਚ ਕੇ ਉਹ ਪਾਸੇ ਹੋ ਗਈ ਕਿ ਫੋਟੋ ਕੌਣ ਖਿੱਚ ਗਿਆ ਫਿਰ ਉਹਦੀ ਫੋਟੋ ਵਰਲਡ ਦੇ ਵਿੱਚ ਸਰੀ ਇਸ ਤਰੀਕੇ ਜ਼ੁਲਮ ਹੋਇਆ ਤੇ ਫਿਰ ਇਹਨਾਂ ਨੇ ਕਿਹਾ ਕਿ ਸਿੱਖਾਂ ਦੇ ਜ਼ੁਲਮ ਦੀ ਗੱਲ ਪੂਰੇ ਵਰਲਡ ਦੇ ਵਿੱਚ ਉੱਠ ਖੜੀ ਹੈ ਉਦੋਂ ਬਾਅਦ ਫਿਰ ਇਹਨਾਂ ਨੇ ਨੀਤੀ ਕੀ ਵਰਤੀ ਆਹ ਜਿਹੜਾ ਬਾਰਡਰ ਹੈ
530 किलो बढ़ना ਇਹਦੇ ਤੇ ਤਾਰ ਲਾ ਦਿੱਤੀ ਆ ਤਾਰ ਦੇ ਇਸ ਬਾਰਡਰ ਤੇ ਫੌਜ ਦਾ ਪਹਿਰਾ ਆਈਬੀ ਦਾ ਪਹਿਰਾ ਰੌ ਦਾ ਪਹਿਰਾ ਬੀਐਸਐਫ ਦਾ ਪਹਿਰਾ ਸਟੇਟ ਸਰਵਿਸ ਦਾ ਪਹਿਰਾ ਕੀੜੀ ਪੂਰੀ ਜਾਂਦੀ ਦੱਸਦੀ ਆ ਤੇ ਫਿਰ ਇਸ ਬਾਰਡਰ ਦੇ ਵਿੱਚੋਂ ਚਿੱਟਾ ਕਿਵੇਂ ਆ ਗਿਆ ਨਸ਼ਾ ਕਿਵੇਂ ਆ ਗਿਆ ਜੋ ਸੂਈ ਜਾਂਦੀ ਤਾਂ ਦੱਸਦੀ ਆ लगी हुई है जे तार चो चिट्टा आ गया कहंदे है कि चिट्टा पाकिस्तान भेज रहा मैं इस गल नूं रिजेक्ट करदा पाकिस्तान चिट्टा नहीं भेज रहा इस करके चिट्टा अफगानिस्तान भेज रहा है अफगानिस्तान तो इंडिया भी आई है इस्लामिक स्टेट आईबी तो रौ दियां एजेंसियां जेड़े बंदे इतो जसूसी करन जांदे है उन्होंने गड्डियां च लंघ जांदे है इधरों शराब लेके जांदे है उधर शराब की पाबंदी है 500 की बोतल 2500 रुपये की विकदी है उन्होंने हदायत की है कि तू समगलर करके ना तू सोना लियाना ना तू चांदी लियानी है ना तू नशा फीम का लियाना तू उधरों चिट्टा लेके आना हीरोइन लेके आंदे है फिर बार्डर तो पाउंदे है जेडे जसूसी करन जांदे है फिर 1.5 लाख तो 2 लाख रुपया एक किलो दा टपाउन लई जांदे है आ थोड़ियां पार्किंगां दे विच दिल्ली दे नुमाइंदियां दियां दिल्ली दे समगलरां दियां गड्डियां खड़ियां फिर चिट्टा आउंदा है चिट्टा आ के गड्डियां च फुटंदा मालिक करदे है फिर दिल्ली तो ड्राइवर आउंदे है ड्राइवर जाके पहाड़गंज दे विच चिट्टा लै जांदे है उत्थे चिट्टे दा व्यापार हुंदा गली गली चो चिट्टा मिलदा फिर इंटरनेशनल मार्केट जाके किलो दा 2 करोड़ 3 करोड़ रुपया पैके करदा तुहानू मारन लई एक पॉलिसी है फिर मैनू दसो ये चिट्टा कित्थों तक हो रहा है ये चिट्टा गंगानगर तो भी मिलदा है ये चिट्टा नूबगढ़ चो भी मिलदा है ये चिट्टा जैसलमेर दे बार्डर तक मिलना है उदू बाद गुजरात की हद है उतो ना चिट्टा कदे फड़िया गया उतो जेड़े जसूसी करन जांदे है जां सोना लियांदे है जां हीरे लियांदे है जां जवाहर रत्न लियांदे है वो कहंदे तुसीं जसूसी भी करो तो फिर ये पंजाब नूं जान बुझ के मारिया जा रहा है नेपाल की हद है माओवादियों हथियार उधरों आंदे है उत्थे तार क्यों नहीं लगी उतो चिट्टा क्यों नहीं आ रहा क्योंकि वो स्टेट उन्हां दी राखी करदी है कि चिट्टा नहीं आना चाहिए ना बंगलादेश तो आ रहा है ये तार दे बावजूद सारा कुछ होया पिया ये जो सारा चिट्टा वंड के फिर थोड़ी नौजवानी नूं बर्बाद करन दी गल कीती फिर तुसी सिरे ते आओ वो कहिंदे आ अमृतपाल सिंह आ गया इन्हें जड़ फड़ ली आ जड़ की फड़ी आ पहला तो अमृतधारी सारे हो ये तो सारे नूं होना चाहिए जिन्ना दा सिखां दे घर जन्म होया उन्हां नूं जो बच्चे का जन्म हुंदा है फिर उदो जपजी साहब का पाठ करके पतासे दे विच पा के फिर मूंह नूं जो लाईदा ना उदो फिर बाणी लाई दी है ना गुड़ की चाची की देई दी है ना ताई ते बेबे की देई दी है उदू बाद अमृत की दात हरेक सिख नूं है कोई मेरे लिए जरूरी नहीं जिहदे मगर सिंघ लगदा है जे तुसी गुरु दे सिख हो 1699 विसाखी वाले दिन 230 साल दे बाद थोनू जात पात दे विचों कढ के थोनू खालसे दे नाल जोड़ दिता है असी जात पात ज्यों दी त्यों रखी हुई है अज माझे दा सिख आ गया ए मालवे दा सिख आ गया ए नाई सिख आ गया ए झिओ सिख आ गया ए अमरीका दा सिख आ गया ए कनेडा दा सिख आ गया ए जट सिख आ गया ए रामगढ़िया सिख आ गया ए सारा सिखी दे विच वंडिया पिया सिख मैनू गुरु ग्रंथ साहिब च एक भी पंक्ति विखाओ सिख माझा मालवा दुआबा दा सिख तां गुरु दा मजबी सिख नूं
असी नफरत करन लगे हैं जिन्हां नूं आपां कहने आ रगरेते गुरु के बेटे मजबी सिख नूं आ कहने आ कि पता नहीं की जुर्म हो जूगा। ओ दो शब्दां नूं जुड़ के बनिया मजब तो पार अपने धर्म दा पक्का सिख मजब दा सिख पक्का सानू होना चाहिदा। हिंदू मुसलमान ईसाई भी अपने मजब दे सिख पक्के हो जान। सिखी नूं वंड दिता गया फिर इस सोच नूं अमृतपाल ने अगे जाण दी कोशिश कीती तो फिर इन्हें कहा भी जे सारा पंजाब नशे तो बच गया नौजवानी बच गई सारे अमृतधारी हो गए 1699 दा कंसेप्ट याद कर लिया गुरु दे बंदे लड़ लग जाणगे ना अपने हारे आले जावेगा ना आशुतोष कोले जावेगा ना सरसे आले कोले जावेगा दोनों वादा तो खड़ा छुप जूगा। फिर सारिया ने रल के एक पॉलिसी दे तहत सेंटर दे नाल मिलके ओनू सू दे के ते मैं नहीं अमृतपाल दे नाल दूजा कहिंदा डेरगर मैं नहीं इहदे नाल दूजा कहना मैं नहीं इहदे नाल एक पॉलिसी बनाई गई एजेंसियां ने पंजाब दे विच पता कीता तू अमृतपाल दे नाल हैगा ओह कहिंदा मैं नहीं हैगा ये पॉलिसी सी। दूजे ने कहा क्यों भाई तुसी आ जाओ कहिंदा नहीं डेरगरां नूं। फिर जदों पता लग्गिया कि नखेड़ के फिर पासे ले जाइए फिर साडे लीडरां ने भी चंगा रोल अदा नहीं कीता मैं बदनामी नहीं करदा किते मौका मिलिया करके जोने हैं जे एक मार दें दे बदों दे मार जान दे। अमृतपाल तां रड़कदा सी कि ओ जमहूरी ढंग दे नाल बिना लड़ाई तो बिना किसे तो तंग करे तो बिना किसे नू कोई करे तो ओ दे नाल लोग ऐ जुड़दे सी जिवें मक्खी दे नाल मखियाल दे नाल जुड़दे आ। क्यों जुड़दे सी इत्थे तां प्यो दी गल नहीं मनदा कोई ते फिर भी क्यों मानते सी कि ओहदे विच तर्क सीगा तर्क दे नाल सारे जुड़ जाया करदे आ। फिर इन्हां ने ओहनू डिब्रूगढ़ भेज के ए जलालत देण दी कोशिश कीती आ। कोई नहीं रब दे घरे देर है अंधेर है नहीं। महाराज की कहंदे आ आद सच जुगाद सच हैपी सच नानक होसी भी सच। जदों गल ही सच्ची होनी आ फिर महाराज कहंदे आ सोचो सोच ना होवी जे सोचो लख वार सोची जाओ ओ तां लिखिया ही होया। मैं तुहानूं कहना कि इंडियन स्टेट भगवंत मान तू कुंभकर्ण दी नींद सुत्ता पिया तेरे कोल इक पावर है तेरे कोल शक्ति है ना ये शक्ति तैनू तेरे पिंड ने दित्ती है ना ये शक्ति ਤੁਹਾਡੀ ਮਾਂ ਤੇ ਸਾਡੀ ਮਾਂ ਚ ਫਰਕ ਨਹੀਂ ਹੈ ਨਾ ਉਹਨੇ ਸ਼ਕਤੀ ਦਿੱਤੀ ਹੈ ਨਾ ਸ਼ਕਤੀ ਤੇਰੀ ਭੈਣ ਨੇ ਦਿੱਤੀ ਹੈ ਇਹ ਸ਼ਕਤੀ ਇੱਥੋਂ ਦੇ ਸਮਾਜ ਇੱਕ ਇੱਕ ਬੰਦੇ ਨੇ ਸ਼ਕਤੀ ਦਿੱਤੀ ਹੈ ਇਹ ਸ਼ਕਤੀ ਮਿਲੀ ਹੈ ਬਟਨ ਦੇ ਨਾਲ ਇਹ ਸ਼ਕਤੀ ਮਿਲੀ ਹੈ ਦੋ ਸ਼ਬਦਾਂ ਨੂੰ ਜੁੜ ਕੇ ਬਣਿਆ ਮਤਦਾਨ ਮਤ ਤੋਂ ਭਾਵ ਅਕਲ ਦਾ ਦਾਨ ਲੋਕ ਗਲਤ ਕਰ ਬੈਠੇ ਮਤ ਤੋਂ ਭਾਵ ਕੀ ਅਕਲ ਅਕਲ ਦਾ ਦਾਨ ਕਰਕੇ ਬਦਲਾਅ ਦੇ ਰੂਪ ਵਿੱਚ ਤੈਨੂੰ ਲੈ ਆਂਦਾ ਕਿਤੇ ਭੁਲੇਖੇ ਦੇ ਵਿੱਚ ਪੈ ਗਏ ਐ ਸਾਡੀ ਗੱਲ ਉਹ ਨਹੀਂ ਮੰਨੀ ਸਾਨੂੰ ਹੋਰ ਤਰੀਕੇ ਲੈਂਦੇ ਸੀਗੇ ਚੱਲ ਕੋਈ ਨਹੀਂ ਇਹਦਾ ਨਖੇੜਾ ਹੋਣਾ ਹੀ ਹੋਣਾ ਇਸ ਕਰਕੇ ਫਿਰ ਜੇ ਇਹ ਮਤਦਾਨ ਫਰਸ਼ ਤੇ ਬੈਠੇ ਬੰਦੇ ਨੂੰ ਅਰਸ਼ ਤੇ ਲਿਜਾ ਸਕਦਾ ਇਹੀ ਲੋਕ ਤੈਨੂੰ 2.5 ਸਾਲ ਬਾਅਦ ਅਰਸ਼ ਤੋਂ ਫਰਸ਼ ਤੇ ਮਾਰ ਕੇ ਹਿਸਾਬ ਕਿਤਾਬ ਜਮਹੂਰੀ ਢੰਗ ਨਾਲ ਵੀ ਲੈ ਸਕਦੇ ਆ ਤੇ NSA ਜਿਹੜੀ ਤੁਸੀਂ ਲਾ ਸਕਦਾ ਚੀਫ ਮਿਨਿਸਟਰ ਕੋਲ ਪਾਵਰ ਹੈ ਜੇ ਭਗਵੰਤ ਮਾਨ ਚਾਹੋ ਇੱਕ ਘੰਟੇ ਦੇ ਵਿੱਚ ਹੁਣੇ ਆਰਡਰ ਕਰੋ 8 ਵਜੇ ਫਲੈਟ ਟੁੱਟੇ 9:30 ਵਜੇ ਸਾਰੇ ਸਿੰਘ ਇੱਥੇ ਆ ਸਕਦੇ ਨੇ ਇਸ ਕਰਕੇ ਸਾਨੂੰ ਸੋਚਣ ਦੀ ਗੱਲ ਹੈ ਇਹ ਮੁੱਖ ਮੰਤਰੀ ਦੇ ਤਹਿਤ ਹੈ ਪਿੱਛੇ ਖੱਟੜ ਨੇ ਆ ਬੈਨ ਲਾਇਆ ਕਿਸਾਨਾਂ ਤੇ ਕਿਉਂ ਲਾਇਆ ਕਿ ਉਹਦੇ ਕੋਲ ਰਾਜ ਹੈ ਨਾ ਅਸੀਂ ਹਰਿਆਣੇ 'ਚ ਬੈਠਣਾ ਸੀਗਾ ਨਾ ਧਰਨਾ ਲਾਉਣਾ ਸੀ ਨਾ ਖੱਟੜ ਦੇ ਵੱਸ ਦੀ ਗੱਲ ਸੀ ਤਾਂ ਰਾਹ ਰੁਕਿਆ ਤੁਹਾਡਾ ਆ ਜਾਂਦੇ ਦਾ ਰਾਹ ਰੁਕਿਆ ਪੰਜਾਬ ਵਾਲਿਓ
ਇਹ ਇਕੱਲੇ ਕਿਸਾਨਾਂ ਦਾ ਰਾਹ ਨਹੀਂ ਰੁਕਿਆ, ਇਹ ਪੰਜਾਬ ਦੇ ਹਿੰਦੂ ਦਾ ਰਾਹ ਵੀ ਰੁਕਿਆ, ਪੰਜਾਬ ਦੇ ਮੁਸਲਮਾਨ ਦਾ ਵੀ ਰਾਹ ਰੁਕਿਆ, ਜੰਮੂ ਕਸ਼ਮੀਰ ਵਾਲਿਆਂ ਦਾ ਵੀ ਰਾਹ ਰੁਕਿਆ, ਇਹ ਸਾਰਿਆਂ ਦਾ ਰਾਹ ਰੁਕਿਆ। ਇਹ ਰਾਹ ਜਿਹੜਾ ਰੁਕਿਆ ਨਾ, ਰਾਹ ਦਾ ਹਿਸਾਬ ਕਿਤਾਬ ਕਈ ਵਾਰੀ ਦੇਣਾ ਪੈਂਦਾ। ਰਾਹ ਰੁਕਣਾ ਇੰਟਰਨੈਸ਼ਨਲ ਕਾਨੂੰਨ ਆ, ਤੁਸੀਂ ਕਿਸੇ ਦਾ ਰਾਹ ਨਹੀਂ ਰੋਕ ਸਕਦੇ। ਤੁਸੀਂ ਇਹ ਵੀ ਜੰਗ ਦੇ ਵਿੱਚ ਜਿਹੜਾ ਕੋਈ ਬੰਦਾ ਫੱਟੜ ਪਿਆ ਉਹਦੀ ਰੱਖ ਨਹੀਂ ਪੈਂਦੇ ਹੋ, ਤੁਸੀਂ ਫੱਟੜ ਬੰਦੇ ਦੇ ਜਿੱਥੇ ਏਡ ਦੇਣੀ ਹੈ ਭਾਈ ਕਨਈਆ ਰਾਲੋਰ ਉਹਨੂੰ ਤੁਸੀਂ ਗੋਲੀ ਮਾਰ ਕੇ ਮਾਰ ਨਹੀਂ ਸਕਦੇ ਗੇ। ਇਹ ਕਾਨੂੰਨ ਕੁਝ ਬਣੇ ਹੋਏ ਨੇ, ਇਸ ਕਰਕੇ ਇਹ ਜਿਹੜਾ ਕੀਤਾ ਰਾਜ ਭਾਗ ਦੀਆਂ ਗੱਲਾਂ। ਜੇ ਤੁਹਾਡੀ ਬਾਦਸ਼ਾਹੀ ਹੁੰਦੀ ਦਰਬਾਰ ਸਾਹਿਬ ਨਹੀਂ ਸੀ ਢਹਿ ਸਕਦਾ, ਜੇ ਤੁਹਾਡੀ ਬਾਦਸ਼ਾਹੀ ਹੁੰਦੀ ਤੁਹਾਡੇ ਸੋਮੇ ਨਹੀਂ ਲੁੱਟੇ ਸਕਦੇ ਸੀਗੇ, ਜੇ ਤੁਹਾਡੀ ਬਾਦਸ਼ਾਹੀ ਹੁੰਦੀ ਗਲਾਂ 'ਚ ਟਾਇਰ ਨਹੀਂ ਪੈ ਸਕਦੇ ਸੀ, ਜੇ ਤੁਹਾਡੀ ਬਾਦਸ਼ਾਹੀ ਹੁੰਦੀ ਭਾਈ ਰਾਜੋਵਾਨਾ ਜੇਲ੍ਹਾਂ 'ਚ ਨਹੀਂ ਸੀ ਰਹਿ ਸਕਦਾ, ਜੇ ਤੁਹਾਡੀ ਬਾਦਸ਼ਾਹੀ ਹੁੰਦੀ ਕੌਮ ਦਾ ਜਥੇਦਾਰ ਨਹੀਂ ਰਹਿ ਸਕਦਾ ਸੀ ਜੇਲ੍ਹ ਦੇ ਵਿੱਚ, ਫਿਰ ਜੇ ਤੁਹਾਡੀ ਬਾਦਸ਼ਾਹੀ ਹੁੰਦੀ ਕੌਮ ਦਾ ਯੋਧਾ ਤੇ ਜਰਨੈਲ ਭਾਈ ਅੰਮ੍ਰਿਤਪਾਲ ਡਿਬਰੂਗੜ੍ਹ ਨਹੀਂ ਸੀ ਜਾਂਦਾ। ਇਸ ਕਰਕੇ ਭਾਵਾਂ ਕੁਛ ਵੀ ਆ, ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਚੜ੍ਹਦੀ ਕਲਾ ਆਜ਼ਾਦ ਅਸਤੀ ਦੀ ਮਾਲਕ ਕੌਮ ਆ। ਇਹ ਧੀਰਾਂ ਸੁਨੀੜਾਂ ਤਾਂ ਪੈਂਦੀਆਂ ਰਹਿੰਦੀਆਂ, ਆਪਾਂ ਬਾਦਸ਼ਾਹੀ ਦੇ ਮਾਲਕ ਆ। ਇਜ਼ਰਾਈਲ ਵਾਲਿਆਂ ਨੂੰ 1500 ਸਾਲ ਬਾਅਦ ਰਾਜ ਮਿਲਿਆ, ਆ ਹਿੰਦੂ ਰਾਸ਼ਟਰ ਵਾਲੇ ਬਣਿਆ ਨਹੀਂ, ਇਹਨਾਂ ਦੀ ਵਾਰੀ 2000 ਸਾਲ ਬਾਅਦ ਆਈ ਹੈ। 1479 ਤੋਂ ਦੀ ਕੌਮ ਪੈਦਾ ਹੋਈ ਹੈ, ਫਿਰ 1840 ਤੱਕ 3 ਬਾਦਸ਼ਾਹੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਤੁਸੀਂ ਕੀਤੀ ਹੈ, ਦੂਜੀ ਬਾਦਸ਼ਾਹੀ ਬਘੇਲ ਸਿੰਘ ਦੇ ਰੂਪ ਵਿੱਚ ਕੀਤੀ ਹੈ, ਤੀਜੀ ਬਾਦਸ਼ਾਹੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਕੀਤੀ ਹੈ, ਚੌਥੀ ਬਾਦਸ਼ਾਹੀ ਆ ਮੁੱਢ ਬੰਨਿਆ ਜਾ ਰਿਹਾ ਉਸ ਬਾਦਸ਼ਾਹੀ ਦੀ ਕੀਤੀ ਹੈ। 377 ਸਾਲਾਂ 'ਚ ਕਿਹੜੀ ਕੌਮ ਹੈ ਜਿਹੜੀ 3 ਬਾਦਸ਼ਾਹੀਆਂ ਦੀ ਮਾਲਕ ਬਣ ਜਾਵੇ, ਉਹ ਕਿਹੜੀ ਕੌਮ ਹੈ? ਜਦੋਂ ਤੁਹਾਡੀ ਗੱਲ ਪ੍ਰਧਾਨ ਮੰਤਰੀ ਨੇ ਸੁਣੀ ਨਹੀਂ ਹੈ, ਰਾਸ਼ਟਰਪਤੀ ਤੇ ਸਾਰਿਆਂ ਨੇ ਨਹੀਂ ਸੁਣੀ, ਦਰਬਾਰ ਸਾਹਿਬ ਢਾਤਾ, ਪੀਲਾ ਪੀਲਾ ਰੱਗ ਗਲਾਂ 'ਚ ਟੈਰ ਪਾਤਾ, ਫਿਰ ਤੁਸੀਂ ਹਿਸਾਬ ਕਿਤਾਬ ਲੈ ਲਿਆ ਜਾ ਕੇ, ਜਨਰਲ ਵੈਦਿਆਂ ਨੂੰ ਪੂਨੇ ਦੇ ਵਿੱਚ ਸੁੱਟ ਲਿਆ, ਫਿਰ ਪੰਥਕ ਰਵਾਇਤਾਂ ਦੇ ਮੁਤਾਬਕ ਲਿਆ, ਫਿਰ ਮੈਂ ਪੂਨੇ ਦੀ ਧਰਤੀ ਦੇ ਗਿਆ ਮੁਲਾਕਾਤ ਕਰਕੇ ਆਇਆ, 13-13 ਕਿਲੋ ਵਧਣਾ 88 ਤੋਂ ਬਾਅਦ ਸਿੰਘਾਂ ਦਾ ਵੱਧ ਗਿਆ ਸੀਗਾ, ਤੇ ਫਿਰ ਭਾਈ ਫਿਰ ਉਹ ਕੀ ਕਹਿੰਦੇ ਸੀ ਅਣਖ ਨਾਲ ਜਿਉਣ ਦੀ ਉੱਥੇ ਇੱਜ਼ਤ ਹੈ ਕਿ ਇਹਨਾਂ ਨੇ ਜਨਰਲ ਵੈਦਿਆਂ ਨੂੰ ਸੌਦਾ ਲਾਇਆ, ਉਹਦੀ ਘਰ ਵਾਲੀ ਨਾਲ ਵੱਢੀ ਕੁਛ ਨਹੀਂ ਕਿਹਾ। ਲਲਿਤ ਮਾਤੰ ਜਿਹਨੇ 84-31 ਨਵੰਬਰ ਉਹਨਾਂ ਨੂੰ ਤੁਸੀਂ ਕਰ ਲਿਆ, ਇੰਦਰਾ ਗਾਂਧੀ ਨੇ ਜਿਹੜਾ ਦਰਬਾਰ ਸਾਹਿਬ ਢਾਇਆ ਸਬਕ ਤੁਸੀਂ ਸਿਖਾ ਲਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਜਿਹੜਾ ਮਹਿੰਦਰ ਬਿੱਟੂ ਕੋਟਕਪੂਰੇ ਵਾਲਾ ਤੁਸੀਂ ਢਾ ਲਿਆ। ਇਸ ਕਰਕੇ ਅਸੀਂ ਸ਼ਾਂਤੀ ਚਾਹੁੰਦੇ ਹਾਂ, ਜਦੋਂ ਪਾਣੀ ਉੱਪਰ ਦੀ ਵਗ ਜਾਵੇ ਲਾਲ ਕਿਲੇ ਤੇ ਦੁਬਾਰਾ ਝੰਡਾ ਤੁਸੀਂ ਚੜਾ ਲਿਆ। ਇਹ ਇੰਡੀਅਨ ਸਟੇਟ ਕੀ ਕਹਿੰਦੀ ਆ, ਨਾ ਇਹਨਾਂ ਕੋਲੇ ਫੌਜ ਹੈ, ਨਾ ਇਹਨਾਂ ਕੋਲੇ ਕੋਈ ਪਰਮਾਣੂ ਹੈ, ਨਾ ਦੇਸ਼ ਆ, ਨਾ ਕੋਈ ਟੈਂਕ ਆ, ਉਹ ਫੇਰ ਵੀ ਰਾਜ ਕਰ ਜਾਂਦੇ ਆ। ਮੈਂ ਕਹਿਣਾ ਚਾਹੁੰਦਾ ਮੋਦੀ ਸਾਹਿਬ ਹੋਸ਼ ਵਿੱਚ ਆ, ਤੇਰੇ ਪੈਰ ਥੱਲੇ ਆ ਗਿਆ ਬਟੇਰਾ, ਬਟੇਰਾ ਸਦਾ ਨਹੀਂ ਰਹਿੰਦਾ, ਭਗਵੰਤ ਵਾਂਗ ਤੇਰੇ ਪੈਰ ਥੱਲੇ ਆ ਗਿਆ ਬਟੇਰਾ, ਇਹ ਕਦੇ ਨਹੀਂ ਰਹਿੰਦਾ, ਬਟੇਰੇ ਕਦੇ ਕਦੇ ਹੀ ਪੈਰ ਥੱਲੇ ਆਇਆ ਕਰਦੇ ਆ। ਫਿਰ ਤੂੰ ਆਪਣਾ ਇਤਿਹਾਸ ਕਾਲੇ ਅੱਖਰਾਂ 'ਚ ਲਿਖਾ ਕੇ ਨਾ ਜਾ, ਜਾਣ ਲੱਗਿਆ ਤੇਰੀ ਮੜੀ ਦੇ ਉੱਤੇ ਵੀ ਕਿਤੇ ਛਿੱਤਰ ਮਾਰ ਕੇ ਲੋਕ ਨਾ ਜਾਇਆ ਕਰਨ। ਇਸ ਕਰਕੇ ਤੁਰੰਤ ਇਹਨਾਂ ਨੂੰ ਰਿਹਾ ਕਰਦਾ, ਕਿਉਂਕਿ ਤੇਰੀ ਜੂਰੀ ਡਾਇਰੈਕਸ਼ਨ ਦੇ ਵਿੱਚ ਹੈ। ਤੇ ਫਿਰ ਅੱਜ ਮੈਂ ਬੇਨਤੀ ਕਰਦਾ ਕਿ ਸਾਰੇ ਰਾਏ ਕਰੋ ਕਿ ਇੱਕ ਦਿਨ ਰੱਖੀਏ, ਆਪਾਂ ਇਕੱਠੇ ਹੋ ਕੇ ਪੰਜਾਬ ਦਾ ਸੱਦਾ ਦੇਈਏ, ਭਾਵੇਂ ਇੱਕ ਦਿਨ ਬਾਅਦ ਦੇ ਦਿਓ, 2 ਦਿਨ ਬਾਅਦ ਦੇ ਦਿਓ, 3 ਦਿਨ ਬਾਅਦ ਦੇ ਦਿਓ, 5 ਦਿਨ ਬਾਅਦ ਦੇ ਦਿਓ, 4 ਦਿਨ ਬਾਅਦ ਦੇ ਦਿਓ, ਜਿਵੇਂ ਪਰਿਵਾਰ ਕਹਿਣਗੇ ਕਿ ਆਪਾਂ ਇੱਕ ਕਾਲ ਦੇਈਏ ਕਿ ਸਾਰੇ ਪੰਜਾਬ 'ਚੋਂ ਇੱਕ ਵਾਰੀ ਬੰਦੇ ਇੱਥੇ ਆਉਣ ਤੇ ਸਾਰੇ ਅਰਦਾਸਾਂ ਕਰਨ, ਸੋਸ਼ਲ ਮੀਡੀਆ ਤੇ ਧੁੰਮ ਜਗਾ ਦਿਓ ਬੈਠੇ ਬੈਠੇ ਕਿ 4 ਸਵੇਰੇ, ਕਹੋ ਕਿ ਪਰਿਵਾਰਾਂ ਦਾ ਜੇ ਨੁਕਸਾਨ ਹੋ ਗਿਆ ਸਰਕਾਰ ਦੀ ਜ਼ਿੰਮੇਵਾਰੀ ਹੈ, ਤੇ ਉਹਨਾਂ ਨੂੰ ਭਾਈ ਜੇਲ੍ਹ ਤਬਦੀਲ ਕਰਕੇ ਇੱਥੇ ਲਿਆਂਦਾ ਜਾਵੇ।
तो जदो जैद आप करते रहेंगे, घबराने की लोड़ नहीं, जितांगे जरूर जितांगे जरूर। हुण आपां जगारा लाइए, साढ़े पांच सिंघ असी रीत पैदा करती है कि पांच सिंघ 7 तरीक नूं हाजी रतन तो पैदल यात्रा करके रिहाइयां दे संबंध विच 10 तरीक नूं इत्थे पहुंचणगे, 7 नूं चलणगे, विश्राम करदे करदे जगाउंदे आउणगे। दूजा जत्था साडा बरनाले तो चलूगा, फिर असीं सारे आवांगे, क्यों भाई वीरां कत्त के लगातार तुरे आओ, चढ़दी कला दे विच रहो, जित्तांगे जरूर। अखीर दे विच मैं सोशल मीडिया सारिया का जिन्हें भी जथेबंदियां धन्यवाद करदा है, सारिया का सत्कार करियो। जे आप सत्कार करांगे आप होर वड्डे होवांगे, क्योंकि जिहड़ा भी बंदा दुख चाहुंदा उहदे दुख दे विच जिहड़ा साथ दिंदा उहदा उहना धन्यवाद कर देना चाहीदा। ते बाकी कौम दीआं गल्लां उह तां चलदीआं रहिणगीआं, कौम ना कोई चंगिआं नूं भुलदी है, कौम ना माड़िआं नूं भुलदी है, कौम याद रखदी है। जे 84 याद है, जे जबर याद है, ये जे सारा कुछ याद है, जे सानू रंग जेब याद है, फकरी असर याद है, तो फिर भाई आप सारिआं नूं याद तो रखदे आ, तो याद भी रखना चाहिए। तो सो सारिआं नूं बेनती है कि आप जदोजहद करिए, तो एक वड्डा इकट्ठ करके तो आप डेढ़ का ऐलान करके इत्थे सिंघ आउण, तो आप जिहड़ा सारा भरपूर देईए, तो जकारे छड्ड दईए, तो चढ़दी कला होनी होनी है, तो जितना जरूरी है। वाहिगुरू जी का खालसा, वाहिगुरू जी की फतह। मैं भुल गया, सरदार बलविंदर सिंह जी झबाल साहब जेडे खालड़ा एक्शन कमेटी दे बहुत योधे दे जरनैल है, इन्होंने खालड़ा साहब की शहादत जदों हुई है बहुत वड्डा काम किया है। साडी कौम दे योधे ते जरनैल, मेरा कहण तो भाव राजदेव सिंह जी खालसा जो एक्स मैंबर ऑफ पार्लियामेंट ने, जिन्होंने सिख कौम ते नौजवानों के केस बड़ी जोत दे अणख दे नाल लड़े है, वह भी इत्थे पहुंचे है। सुखचैन सिंह जी अतला जो जनरल सैकटरी है, वह पहुंचे है। इन्हों का धन्यवाद इन्हें अगे सिर चुकता है, तो जिमें जिमें आप कानूनी रया देंगे तो उमें आप चलते रहेंगे। स्टेट सकत्र का सारिया का धन्यवाद। वाहेगुरू जी का खालसा, वाहेगुरू जी। बहुत बहुत धन्यवाद सरदार जसकरण सिंह जी कान सिंह वाले का। सो अपने विचकार सुभरावां तो बाबा सिंदर सिंह जी के जथे तो सिंह आए ने, उन्हां दा भी विशेष तौर पर धन्यवाद करदे आ। जी आए नूं आख्या जांदा है हरप्रीत सिंह मखू अते हरपाल सिंह मखू दे पिता जी बलदेव सिंह मतखू जी भी पहुंचे ने, उन्हां दा भी धन्नवाद। एडवोकेट राजदेव सिंह जी खालसा जी आए ने, उन्हां दा भी धन्नवाद करदे आ। भाई गुरमीत सिंह जी मचाकी जी भी पहुंचे ने, उन्हां दा भी धन्नवाद करदे आ। जी आए नूं आख्या जांदा है, बाकी जिथों जिथों भी संगत आई है उन्हां दा भी धन्नवाद, जीओ आए नूं आखदे आ। सो हुण मैं बेनती करदा करनैल सिंह जी पंजोली साहब जी का कि स्टेज पर आके संगतां नूं अपने विचार पेश करन जी। परम सन्मान जो गुरु रूप साध संगत, बुलाओ फतेह, वाहेगुरु जी का खालसा, वाहेगुरु जी की फतेह। मेरे तो पहला सरदार कान सिंह बाला साहब ने बहुत ही तफसील विच जो हालात ने समय दे उना दे संबंधी उन्होंने बड़ी गंभीरता नाल अपने विचारां दा प्रगटावा कीता।
मैं उन्हां दी इस गल दी तायीद करदा कि जिस तरह उन्होंने राय दिती है कि एक दिन एहो जिहा वड्डा कट सानू करना चाहीदा, सारे पंजाब हतैशी पंथ हतैशी लोगों नूं सदना चाहीदा। तो इस प्रोग्राम के नाल नाल कोई होर प्रोग्राम भी पैरलल देने दे जतन करने चाहिए ने, क्योंकि 15 दिन भाई अमृतपाल सिंह ते उन्हां दे साथियों की भुख हड़ताल नूं हो चुके ने और तकरीबन 12 तेरियां दे करीब इत्थे मोर्चा लग्या हो चुकिया, ना ही भारत की सरकार के कन्नां ते जूं सरकदी है और ना ही पंजाब की सरकार ते कन्न दे जूं सरकी है। सानू इस गल का अफसोस है कि पंजाब की सरजमीन जिन्हों असी कहने पंजाब जिंदा गुरां दे नां उत्ते, उस धरती उत्ते जे कोई अमृत संचार की लहर चलाउंदा ते जे उहदी गिरफ्तारी हुंदी है उहदे ते नैशनल सिक्योरिटी एक्ट लगदा, उन्हूं नज़रबंद करके आसाम की जेल विच भेजा जांदा, तां फिर ये गल बड़ी स्पष्ट है कि सानू बार बार गुलामी का अहसास करवाया जा रहा है। ते जे सरकारां गुलामी का अहसास करवाउणा चाहुंदियां ने तां फिर खालसे नूं भी इस गल लई दृढ़ता नाल पहरेदारी करनी चाहीदी है कि फिर असी भी अपनी आजादी के संघर्ष नूं होर तेज करन दा जतन करिए, असी भी कौम की आजादी लई अपनी जदोजहद आरंभ करिए। यह होका घर घर जाना चाहीदा है। मैं पहला भी एक दिन जदन बोल के गया सी, मैं उदन भी कहा सी कि जेड़े सज्जन इत्थे नहीं आ सकते वो फेसबुक राही अपनी विचारां दा प्रगटावा करन, डिप्टी कमिश्नरां राही अपने मैमोरेंडम भेजन और मीडिया राही अपनी गल करन दा जतन करन। हर गुरुद्वारे की कमेटी नूं करना चाहीदा, हर नगर की पंचायत नूं करन दे उपराले करने चाहीदे ने। ये बहुत ही अफसोसनाक ते दुखदायक पहलू है कि पंजाब की असैंबली दे विच कल पंजाब की सरकार ने तकरीबन यह गल कही दिती है कि असी डिब्रूगढ़ जेल वाले जेड़े सिंह ने उन्हां नूं पंजाब च नहीं लेके आ रहे। मैं पिछले दिनी अज तो 3-4 महीने पहला सरदार भगवंत सिंह मान साहब नूं मिलिया सी, मैं उन्हां नूं कहा सी कि जो कुछ तुसी कर रहे हो ये सारा कुछ तुहाडे पतन लई एक ना एक दिन कारण बनगियां गल्लां। जे धर्म प्रचार की बहीर उत्ते भी तुसी पाबंदी लाउणी है, जे अमृत संचार ते भी पाबंदी लाउणी है, तां ये गल याद रखियो कि पंजाब की सरजमीन ते उत्ते तुहाडा ये आखिरी राज भाग होएगा, इस तों कदे तुहाडा राज भाग नहीं हो सकदा। जिन्हें भी धर्म ते पाबंदी लई धर्म के प्रचार ते पाबंदी लई उहदा राज कदे भी पंजाब की सरजमीन ते स्थापित नहीं हो सकता। पर एक गल दुखदायक है अफसोसनाक है, मैं उस दिन भी कहा सी अज भी गल दोहराउणी चाहुंदा कि श्री अकाल तख्त साहब का जथेदार बाकी तख्तों के जथेदार साहबान श्रोमणी गुरद्वारा प्रबंधक कमेटी के प्रधान साहब ये कोई रल के सांझा प्रोग्राम नहीं दे सके अज तक भी। कला बयान देना जां एक मेमोरेंडम देना ये आम लोगों दी गल्लां ने, बयान देने साडे वर्गां दा काम है, ये कौम दे आगू ने कौम दीआं संस्थावां जिहड़ियां ने उहनां दे मुखी ने, इहनां दा फर्ज बनदा कि इस बिखड़े समें विच कौम नूं अगवाई देण दा जतन करन। जे अगवाई नहीं कर सकदे ਤਾਂ ਫਿਰ ਇਹਨਾਂ ਪਦਵੀਆਂ ਤੇ ਬੈਠੇ ਰਹਿਣ ਦਾ ਅਧਿਕਾਰ ਕੋਈ ਨਹੀਂ ਇਹਨਾਂ ਨੂੰ, ਫਿਰ ਇਹਨਾਂ ਨੂੰ ਆਪਣੇ ਅਹੁਦੇ ਛੱਡ ਕੇ ਲਾਂਭੇ ਹੋ ਜਾਣ ਦਾ ਯਤਨ ਕਰਨਾ ਚਾਹੀਦਾ। ਇਹ ਸਭ ਤੋਂ ਵੱਡੀ ਜ਼ਰੂਰਤ ਹੈ
भावें कोई छोटे मोटे बड़े कोई भी दल होण, वो पूरी कौम दे दल नहीं, धड़े ने अपने अपने, लेकिन श्रोमणी कमेटी पूरी कौम की संस्था है, अकाल तख्त पूरी कौम की संस्था है, वो अगवाई नहीं करते ते कौम दे उत्ते अज हो रहे जबर जुल्म अत्याचार दे विरोध विच अपनी आवाज का प्रगटावा नहीं करते, अगवाई नहीं करते, फिर इस पदवी ते बैठे रहने का उन्होंने भी अधिकार नहीं है। मैं ज्यादा समा नहीं लेना चाहता क्योंकि बहुत सारे होर सजना ने भी अपनी गल करनी है। मैं एक गल कहनी चाहना कि यह जहा बिखड़ा समा जो जहा साडे उत्ते है ये कदे यहूदियों के उत्ते भी आया सी, लेकिन उस सियाणी कौम ने महसूस किया जदों उन्हां दी होंद खतरे विच पैदा हुई, एक यहूदी परिवार उजड़ उजड़ के दूसरे देशों में चले गए, वो खाना बेदोश हो गए। जदों शाम नूं यहूदी परिवार सौंदा सी ते शाम नूं सौण लग्या मां ते प्यो बच्चे नूं कहिंदे सन कि पुत्तर खुदा करे सवेर दा सूरज जैरोशलम दी धरती ते चढ़े। जदों सवेर होनी उन्होंने बच्चों नूं स्कूल छड्डण जाना, फिर उन्होंने कहना बेटा खुदा करे अपना शाम का सूरज जैरोशलम दे भी छुपे। बच्चों ने मां ते प्यो ते सवाल करना कि अपना जैरोशलम दी धरती ते की है, माता पिता ने कहना वो अपनी जन्म भूमि है, अपनी कर्म भूमि है, लेकिन बदकिस्मती के गैरां ने उहदे ते कब्जा कर लिया, आपां गुलाम हो गए, खाना बेदोश हो गए, एक ना एक दिन आपां उस धरती नूं आजाद करवाउणा है। ते बड़ा लम्मा समा यहूदियां ने जंग लड़ी, हर रोज यहूदी बच्चे अपनी मां बाप ते सवाल करदे रहे, लेकिन साडी कौम दी बदकिस्मती कि असी अपनी पीढ़ी नूं इह पढ़ाउण दा जतन ही नहीं कर सके कि तेरा ननकाने दी धरत नाल की रिश्ता है, तेरा चमकौर दी गड़ी नाल की रिश्ता है, तेरा सरहंद दियां दवारां नाल की रिश्ता है। जिन्ना चिर इह रिश्ते दसण दा जतन नहीं करांगे, जिन्ना चिर इह साडे हिरदिआं विच नहीं जाएगा कि लाहौर दे किले ते खालसाई निशान पिछले 54 साल लगातार झूलदा रहा ते भारत दी सरजमीन उत्ते अंग्रेज ने कब्जा किया, पंजाब दी सरजमीन ते वह कब्जा नहीं कर सकिया, उहदा कारण इको एक सी कि खालसा पंथ का एक आगू सी और कौम एक प्लेटफार्म ते कठी सी। अज कौम ते अत्याचार हो रहा है, किते 33-33 साल च नौजवान जेलां च बैठे ने, किते किसान धरने ते बैठे ने, किते डिब्रूगढ़ जेल विच नौजवान भुख हड़तालां ते बैठे ने, लेकिन पूरी दी पूरी कौम खिंडी पुंडी पई है। कौम एक प्लेटफार्म ते नहीं, कौम कोल इक आगू नहीं है, असी अपनी अपनी डफली बना बजाउण दा जतन करदे हां। ये जतन भी होने चाहीदे ने कि कौम नूं इक प्लेटफार्म ते लिया के कौम दा इक योग आगू बनाउण दा जतन करिए जिहड़ा कौम दे जज्बातां नूं समझण दा जतन कर सके। जे असी अजिहा ना कर सके ता आउण वाली कल हालात इस तों वध वी बिखड़नगे। मैनूं इस गल दा भी दुख है, अफसोस है कि जिवें मेरे तों पहलां कान सिंह बाला साहब भी कह के गए ने, जदों भाई अमृतपाल सिंह जी इत्थे आए उन्हां ने अमृत संचार की बहीर चलाई, बहुत छोटी गल सी, थाने च उन्हां दे नाल दा साथी फड़िया गया, वह छड़ाउण चले गए ते पुलिस ने संगत दे दबा कारण छड़ दिता। इहदा मुकदमा की बनदा सी, जो कानून अनुसार बनदा सी बना दिता जाना चाहीदा सी, बना लैंदे कोई इतराज नहीं, लेकिन नैशनल सिक्योरिटी एक्ट जिहड़ा ये क्यों लाया गया, जवाब दवे सरकार इस गल दा, इहदे कारण की ने। पर जदों तुहानू याद होएगा जिन्हां ने इतिहास पढ़िया कि जदों बाबा जोरावर बाबा फतेह सिंह साहब जी नूं तीन दिन सरहंद दियां अदालतां विच वजीद खां दे सामने पेश कीता जांदा रहा,
ਤੇ ਤਿੰਨਾਂ ਦਿਨਾਂ ਦੀਆਂ ਪੇਸ਼ੀਆਂ ਤੋਂ ਬਾਅਦ ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ, ਸਾਹਿਬਜ਼ਾਦਿਆਂ ਨੇ ਦੀਨ ਇਸਲਾਮ ਕਬੂਲ ਨਹੀਂ ਸੀ ਕੀਤਾ ਤੇ ਤੀਸਰੇ ਦਿਨ ਕਚਹਿਰੀ ਲੱਗੀ। ਉਹਨੇ ਭਰੀ ਕਚਹਿਰੀ ਵਿੱਚ ਕਹਿ ਦਿੱਤਾ ਵਜੀਦ ਖਾਂ ਨੇ ਵੀ ਇਹਨਾਂ ਨੂੰ ਛੱਡ ਦਿਓ। ਕਾਰਨ ਕੀ ਸੀ? ਕਾਜ਼ੀ ਨੇ ਕਿਹਾ ਵੀ ਇਸਲਾਮ ਦੇ ਮੁਤਾਬਕ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਹ ਨਾਬਾਲਗ ਹਨ। ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਨੇ ਕਿਹਾ ਵੀ ਇਹ ਬੇਗੁਨਾਹ ਨੇ, ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਮੈਂ ਵਿਰੋਧ ਕਰਦਾ। ਵਜੀਦ ਖਾਂ ਨੇ ਛੱਡਣ ਦਾ ਫੈਸਲਾ ਕਰ ਲਿਆ। ਚੰਦੂ ਉੱਠਿਆ, ਗੰਗੂ ਨੇ ਉੱਠ ਕੇ ਕਿਹਾ, ਉਹ ਕਹਿਣ ਲੱਗਿਆ ਸੁੱਚਾ ਆਨੰਦ ਉੱਠ ਕੇ ਕਹਿਣ ਲੱਗਿਆ ਵੀ ਛੱਡ ਤਾਂ ਦਿਓ ਪਰ ਇਹਨਾਂ ਨੂੰ ਪੁੱਛ ਲਓ ਕਿ ਜੇ ਤੁਹਾਨੂੰ ਛੱਡ ਦਿੱਤਾ ਗਿਆ ਤੁਸੀਂ ਕੀ ਕਰੋਗੇ। ਉਹਨਾਂ ਨੇ ਕਿਹਾ ਜੰਗਲਾਂ 'ਚ ਜਾਵਾਂਗੇ, ਪੰਥ ਇਕੱਠਾ ਕਰਾਂਗੇ, ਜ਼ੁਲਮ ਦੇ ਖਿਲਾਫ ਲੜਾਂਗੇ। ਉਹਨਾਂ ਨੇ ਕਿਹਾ ਜੇ ਫੇਰ ਫੜੇ ਗਏ, ਕਹਿੰਦੇ ਜੋ ਹਕੂਮਤ ਸਜ਼ਾ ਦੇਗੀ ਪ੍ਰਵਾਨ ਕਰ ਲਵਾਂਗੇ। ਕਹਿੰਦੇ ਜੇ ਫੇਰ ਛੱਡ ਦਿੱਤੇ ਗਏ, ਕਹਿੰਦੇ ਜੋ ਸਜ਼ਾ ਦਿਓਗੇ ਉਹਨੂੰ ਪ੍ਰਵਾਨ ਕਰਾਂਗੇ, ਛੱਡ ਦਿੱਤੇ ਜੰਗਲਾਂ 'ਚ ਜਾਵਾਂਗੇ, ਲੜਾਂਗੇ ਉਹਨਾਂ ਚਿਰ ਜਿੰਨਾ ਚਿਰ ਜ਼ੁਲਮ ਦਾ ਰਾਜ ਖਤਮ ਨਹੀਂ ਕਰ ਦਿੰਦੇ। ਸੁੱਚਾ ਆਨੰਦ ਦੀ ਗਵਾਹੀ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਗਿਆ ਸੀ। ਜਿਨ੍ਹਾਂ ਲੋਕਾਂ ਨੇ ਅੰਮ੍ਰਿਤਪਾਲ ਦੇ ਖਿਲਾਫ ਗਵਾਹੀ ਦਿੱਤੀ, ਇਹ ਕਿਹਾ ਕਿ ਜੇ ਤੁਹਾਡੇ ਕੋਲੋਂ ਸੂਤ ਨਹੀਂ ਆਉਂਦੇ ਸਾਡੇ ਹਵਾਲੇ ਕਰੋ, ਅਸੀਂ ਇਹਨਾਂ ਨੂੰ ਸੂਤ ਕਰਦੇ ਹਾਂ। ਤਿੰਨ ਬੰਦਿਆਂ ਦੇ ਬਿਆਨ ਆਏ। ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ, ਬਿਕਰਮਜੀਤ ਸਿੰਘ ਮਜੀਠੀਏ ਦਾ ਬਿਆਨ ਆਇਆ, ਬੀਬਾ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਇਆ। ਤਿੰਨਾਂ ਨੇ ਕਿਹਾ ਇਹਨੂੰ ਫੜ ਕੇ ਅੰਦਰ ਕਰੋ, ਇਹਨੂੰ ਨੱਥ ਪਾਓ। ਤੇ ਜੇ ਭਰਾਵੋ ਕੌਮ ਦੇ ਆਗੂ ਕਹਾਉਣ ਵਾਲੇ ਕੌਮ ਦੇ ਬੱਚਿਆਂ ਨੂੰ ਫੜਾਉਣ ਲਈ ਗਵਾਹੀਆਂ ਦੇਣਗੇ, ਫਿਰ ਛਡਾਊਗਾ ਕੌਣ? ਤੇ ਫਿਰ ਗਵਾਹੀਆਂ ਦੇਣ ਵਾਲੇ ਵੀ ਇੱਥੇ ਭਾਸ਼ਣ ਕਰ ਜਾਂਦੇ ਨੇ, ਉਹ ਵੀ ਕਹਿ ਜਾਂਦੇ ਨੇ ਅਸੀਂ ਤੁਹਾਡੇ ਨਾਲ ਆ ਜਿਨ੍ਹਾਂ ਨੇ ਗਵਾਹੀ ਦਿੱਤੀ ਹੈ। ਤੇ ਮੈਂ ਕਹਿਣਾ ਚਾਹੁੰਦਾ ਗਵਾਹੀ ਦੇਣ ਵਾਲਿਆਂ ਨੂੰ ਇੱਥੇ ਬਰਾਬਰ ਦਾ ਸਨਮਾਨ ਨਹੀਂ ਮਿਲਣਾ ਚਾਹੀਦਾ? ਤੇ ਜੇ ਉਹਨਾਂ ਨੂੰ ਸਨਮਾਨ ਦਿਓਗੇ ਤਾਂ ਲੜਨ ਵਾਲਿਆਂ ਨੂੰ ਨਿਰਾਸ਼ਤਾ ਹੋਏਗੀ। ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਜੇ ਉਹਨਾਂ ਦੇ ਹਿਰਦਿਆਂ ਵਿੱਚ ਅੱਜ ਕਿਤੇ ਨਾ ਕਿਤੇ ਇਹ ਦਰਦ ਹੈ ਕਿ ਸਾਤੋਂ ਗਲਤੀ ਹੋਈ ਹੈ, ਅੰਮ੍ਰਿਤਪਾਲ ਸਿੰਘ ਦੇ ਖਿਲਾਫ ਅਸੀਂ ਬਿਆਨਬਾਜ਼ੀ ਕੀਤੀ, ਫਿਰ ਜਥੇਦਾਰ ਅਕਾਲ ਤਖਤ ਨੂੰ ਕਹਿਣ ਕਿ ਇੱਥੋਂ ਅਕਾਲ ਤਖਤ ਤੋਂ ਪੂਰੇ ਖਾਲਸਾ ਪੰਥ ਦਾ ਇੱਕ ਖਾਲਸਾਈ ਮਾਰਚ ਕੱਢ ਕੇ ਚੰਡੀਗੜ੍ਹ ਲੈ ਕੇ ਜਾਵੇ, ਉਹਨਾਂ ਚਿਰ ਨਾ ਉੱਠ ਕੇ ਆਵੇ ਜਿੰਨਾ ਚਿਰ ਅਸਾਮ ਦੀ ਧਰਤੀ ਤੋਂ ਭਾਈ ਅੰਮ੍ਰਿਤਪਾਲ ਸਿੰਘੋਂ ਨਹੀਂ ਰਿਹਾ ਹੋ ਕੇ ਨਹੀਂ ਆਉਂਦੇ। ਫਿਰ ਇਹ ਕਰਾਉਣ ਦਾ ਯਤਨ ਕਰਨ, ਜੇ ਇੱਕ ਪਾਸੇ ਗਵਾਹੀਆਂ ਦੇਈ ਜਾਂਦੇ ਨੇ ਤੇ ਦੂਸਰੇ ਪਾਸੇ ਰਿਹਾਈਆਂ ਦੀ ਮੰਗ ਕਰੀ ਜਾਂਦੇ ਨੇ, ਇਹ ਨਿਰਾਪੁਰਾ ਗੁਰੂ ਖਾਲਸਾ ਪੰਥ ਨਾਲ ਧੋਖਾ ਹੈ, ਫਰੇਬ ਹੈ, ਇਹ ਗੱਲ ਕਦਾਚਿਤ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ, ਮੈਂ ਅੱਜ ਦੀ ਸਟੇਜ ਤੋਂ ਫੇਰ ਕਹਿਣਾ ਚਾਹੁੰਦਾ ਸਿੰਘ ਸਾਹਿਬ, ਭਾਈ ਰਘਵੀਰ ਸਿੰਘ ਜੀ, ਤੁਹਾਨੂੰ ਇਹ ਪਦਵੀ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਲਈ ਬਖਸ਼ਿਸ਼ ਹੋਈ ਹੈ। ਇਸ ਕਰਕੇ ਕੌਮ ਤੇ ਜ਼ਬਰ ਹੋ ਰਿਹਾ, ਜ਼ੁਲਮ ਹੋ ਰਿਹਾ ਤੇ ਕੌਮ ਨੂੰ ਇਸ ਧਰਤੀ ਦੇ ਉੱਤੋਂ ਅਕਾਲ ਤਖ਼ਤ ਤੋਂ ਇੱਕ ਵੱਡਾ ਖਾਲਸਾਈ ਮਾਰਚ ਲੈ ਕੇ ਜਾਓ, ਉਹਨਾਂ ਚਿਰ ਨਾ ਉੱਠਿਓ ਜਿੰਨਾ ਚਿਰ ਇਹ ਸਿੰਘ ਰਿਹਾ ਨਹੀਂ ਹੁੰਦੇ। ਬਸ ਮੇਰੀ ਇੰਨੀ ਕੁ ਬੇਨਤੀ ਹੈ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਨੈਲ ਸਿੰਘ ਜੀ, ਪੰਜੋਲੀ ਸਾਹਿਬ ਜੀ ਦਾ। ਬੜੀਆਂ ਸਿਆਣੀਆਂ ਡੂੰਘੀਆਂ ਗੱਲਾਂ ਆਖੀਆਂ, ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ ਤੇ ਅਮਲ ਕਰਨ ਦੀ ਵੀ ਲੋੜ ਹੈ ਕਿ ਗਧੇ ਘੋੜੇ ਦਾ ਇੱਕ ਮੁੱਲ ਨਹੀਂ ਲੱਗਣਾ ਚਾਹੀਦਾ। ਗੱਲ ਵੀ ਬਿਲਕੁਲ ਸਹੀ ਹੈ। ਸੋ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸੋ ਹੁਣ ਮੈਂ ਬੇਨਤੀ ਕਰਦਾ ਖਾਲੜਾ ਮਿਸ਼ਨ ਦੇ ਚੇਅਰਮੈਨ ਭਾਈ ਬਲਵਿੰਦਰ ਸਿੰਘ ਜੀ ਚੌਹਾਲ ਨੂੰ ਕਿ ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਪੇਸ਼ ਕਰਨ ਤੇ ਸੰਗਤਾਂ ਨੂੰ ਸੰਬੋਧਨ ਕਰਨ ਜੀ। ਸੋ ਆਪਣੇ ਵਿਚਕਾਰ ਬਲਪੰਥ ਬਾਬਾ ਬਿਧੀ ਚੰਦ ਜੀ,
ਬਾਬਾ ਅਵਤਾਰ ਸਿੰਘ ਜੀ ਦੇ ਜਥੇ ਤੋਂ ਸਿੰਘ ਸਾਹਿਬ ਪਹੁੰਚੇ ਨੇ, ਉਹਨਾਂ ਨੂੰ ਵੀ ਜੀਆਂ ਆਖਿਆ ਜਾਂਦਾ, ਧੰਨਵਾਦ ਕੀਤਾ ਜਾਂਦਾ। ਸੋ ਮੈਂ ਬੇਨਤੀ ਕਰਦਾ ਭਾਈ ਬਲਵਿੰਦਰ ਸਿੰਘ ਝਵਾਲ ਜੀ ਨੂੰ। ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ, ਉਹਨਾਂ ਬਾਰੇ ਜੋ ਮੋਰਚਾ ਲੱਗਾ ਉਸ ਵਿੱਚ ਬਿਰਾਜਮਾਨ ਸਾਰੀ ਸੰਗਤ ਪਹਿਲਾਂ ਫਤਿਹ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਬਲਵਿੰਦਰ ਕੌਰ, ਭਾਈ ਤਰਸੇਮ ਸਿੰਘ, ਇਹਨਾਂ ਨੇ ਉਪਰਾਲਾ ਕੀਤਾ ਕਿ ਜਿਹੜਾ ਇੱਥੇ ਮੋਰਚਾ ਸ਼ੁਰੂ ਕੀਤਾ। ਮੋਰਚੇ ਲੱਗਣਗੇ ਤਾਂ ਹੀ ਸਰਕਾਰਾਂ ਦੇ ਕੰਨ ਖੁੱਲ੍ਹਣਗੇ। ਮੇਰੇ ਤੋਂ ਪਹਿਲਾਂ ਕਾਹਨ ਸਿੰਘ ਵਾਲਾ ਨੇ ਅਤੇ ਭਾਈ ਕਰਨੈਲ ਸਿੰਘ ਪੰਜੌਲੀ ਸਾਹਿਬ ਨੇ ਬੜਾ ਵੱਡਾ ਚਾਨਣਾ ਪਾਇਆ। ਅਸੀਂ ਵੀ ਇਸ ਦੌਰ ਦੇ ਵਿੱਚੋਂ ਗੁਜ਼ਰੇ ਹਾਂ। ਇਹ ਬੜਾ ਲੱਕ ਬੰਨ ਕੇ ਚੱਲਣ ਵਾਲੀ ਗੱਲ ਹੁੰਦੀ ਆ। ਸਾਡਾ ਜਸਵੰਤ ਸਿੰਘ ਖਾਲੜਾ ਜਦੋਂ ਸਾਡਾ ਚੇਅਰਮੈਨ ਚੁੱਕਿਆ ਗਿਆ ਉਦੋਂ ਸ਼੍ਰੋਮਣੀ ਅਕਾਲੀ ਦਲ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ ਉਸ ਟਾਈਮ। ਅਤੇ ਅਸੀਂ ਜਦੋਂ ਇਲਾਕੇ 'ਚ ਜਾਂਦੇ ਸੀ ਨਾ, ਮੈਂ ਅਤੇ ਜਸਵੰਤ ਸਿੰਘ ਖਾਲੜਾ ਅਤੇ ਨਾਲ ਹੋਰ ਸੱਜਣ, ਮੈਂ ਉਹਨਾਂ ਨੂੰ ਇਹੋ ਕਹਿੰਦਾ ਹੁੰਦਾ ਸੀ ਕਿ ਖਾਲੜਾ ਸਾਹਿਬ ਜੇ ਆਪਾਂ ਨੂੰ ਕਿਸੇ ਨੂੰ ਚੁੱਕ ਲਿਆ ਕਿਸੇ ਬੰਦੇ ਨੂੰ ਹੀ, ਇਹ ਆਪਣੀ ਅਕਾਲੀ ਆਪਣੇ ਮਗਰ ਆਵਾਜ਼ ਉਠਾਉਣਗੇ। ਉਹਨੇ ਕਹਿਣਾ ਬਹੁਤ ਉਠਾਉਣਗੇ। ਮੈਂ ਕਿਹਾ ਮੈਨੂੰ ਨਹੀਂ ਆ ਪੰਜਾਬ ਦਾ ਕਿ ਇਹ ਆਵਾਜ਼ ਉਠਾਉਣ, ਕਿਉਂਕਿ ਮੈਂ ਇਹਨਾਂ ਨੂੰ 75 'ਚ ਵੇਖਿਆ। ਉੱਥੇ ਬੜਾ ਜਬਰ ਵੀ ਹੁੰਦਾ ਸੀ, ਜ਼ੁਲਮ ਵੀ ਹੁੰਦਾ ਸੀ ਸਿੰਘਾਂ ਦੇ ਉੱਤੇ ਜਦੋਂ ਇੱਥੇ ਗ੍ਰਿਫਤਾਰੀ ਦਿੰਦੇ ਸੀ, ਉਹਨਾਂ ਨੂੰ ਮਾੜਾ ਚੰਗਾ ਵੀ ਅਸੀਂ ਬੋਲਦੇ ਸੀ। ਮੈਂ ਕਿਹਾ ਇਹ ਜਾਪਦਾ ਨਹੀਂ। ਮੈਂ 77 'ਚ ਵੇਖਿਆ ਉਹੀ ਪੁਲਿਸ ਅਫਸਰ ਇਹਨਾਂ ਨੇ ਲਾਏ ਸੀ। ਫਿਰ 84 ਦੇ ਵਿੱਚ ਵੇਖਿਆ, 85 'ਚ ਬਰਨਾਲੇ ਦੀ ਸਰਕਾਰ ਆਈ ਉਹੀ ਪੁਲਿਸ ਅਫਸਰ ਲਾਏ ਸੀ ਇਹਨਾਂ। ਮੈਂ ਕਿਹਾ ਇਹਨਾਂ ਨੇ ਇਨਸਾਫ਼ ਨਹੀਂ ਆਪਾਂ ਨੂੰ ਦੇਣਾ। ਉਹ ਕਹਿੰਦੇ ਨਹੀਂ, ਜਸਵੰਤ ਸਿੰਘ ਖਾਲੜਾ 6 ਸਤੰਬਰ 1995 ਨੂੰ ਉਹਨਾਂ ਨੂੰ ਘਰੋਂ ਚੁੱਕ ਲਿਆ ਔਰ ਅਕਾਲੀਆਂ ਨੇ ਜ਼ਬਾਨ ਨਹੀਂ ਖੋਲ੍ਹੀ। ਸਿਰਫ ਸਰਦਾਰ ਗੁਰਚਰਨ ਸਿੰਘ ਟੌਹੜਾ ਜਿਹੜੇ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਨੇ ਇੱਕ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਔਰ ਨਾਲ ਉਹਨਾਂ ਨੇ ਆਵਾਜ਼ ਉਠਾਈ। ਉਹ ਸਾਡੇ ਨਾਲ ਲੱਗੇ ਰਹੇ ਖਾਲੜਾ ਮਿਸ਼ਨ ਦੇ ਨਾਲ। ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਮਦਦ ਕੀਤੀ। ਸੋ ਬਾਦਲ ਪਰਿਵਾਰ ਜਾਂ ਬਾਦਲ ਦਲ, ਇਹਨਾਂ ਕੋਲ ਆਸ ਨਹੀਂ ਰੱਖਣੀ ਚਾਹੀਦੀ। ਸਿੰਘ ਸਾਹਿਬ ਦੀ ਗੱਲ ਕਰਕੇ ਗਏ ਨੇ ਪੰਜੌਲੀ ਸਾਹਿਬ, ਸਿੰਘ ਸਾਹਿਬ ਕੀ ਕਰੂਗਾ? ਸਿੰਘ ਸਾਹਿਬ ਨੇ ਤਾਂ ਪਹਿਲਾਂ ਪੁੱਛਣਾ ਹੁੰਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਆਹ ਕੰਮ ਆ ਮੈਂ ਕਰਾਂ ਕਿ ਨਾ ਕਰਾਂ। ਜੇ ਉਹ ਤੋਂ ਆਰਡਰ ਆ ਗਿਆ, ਬਾਦਲ ਕਿਹਾ ਲੋ ਆਰਡਰ ਆ ਗਿਆ, ਫਿਰ ਉਹ ਕੰਮ ਕਰੂਗਾ, ਨਹੀਂ ਤਾਂ ਉਹਨੇ ਨਹੀਂ ਕਰਨਾ। ਜਦੋਂ ਅਸੀਂ ਜਸਵੰਤ ਸਿੰਘ ਖਾਲੜੇ ਵੇਲੇ ਵੀ ਇਸ ਤਰ੍ਹਾਂ ਜਾਪ ਜੋਦੜੀ ਦਾ ਪ੍ਰੋਗਰਾਮ ਕਾਲ ਤਖ਼ਤ ਤੇ ਸ਼ੁਰੂ ਕੀਤਾ ਤੇ ਕਾਲ ਤਖ਼ਤ ਦਾ ਜਹਿਦਾ ਦੂਸਰੇ ਤੀਸਰੇ ਦਿਨ ਮੈਂ ਤੇ ਹਰਭਜਨ ਸਿੰਘ ਬਰਾੜ ਬੈਠੇ ਸੀ ਉੱਥੇ, ਉਹ ਲਾਗ ਦੀ ਲੰਘ ਚੱਲਿਆ। ਅਸੀਂ ਉਹਨੂੰ ਗੁੱਟੋਂ ਫੜ ਕੇ ਲੈ ਆਏ, ਸਿੰਘ ਸਾਹਿਬ ਇੱਧਰ ਆਓ, ਆਹ ਬੀਬੀ ਬੈਠੀ ਹੈ, ਬੀਬੀ ਖਾਲੜਾ, ਜਾਪ ਜੋਦੜੀ ਦਾ ਪ੍ਰੋਗਰਾਮ ਚੱਲ ਰਿਹਾ, ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ। ਫਿਰ ਉਹ ਮਾੜਾ ਜਿਹਾ ਉੱਥੇ ਆਇਆ, ਖਲੋਤਾ, ਬੋਲਿਆ ਰਘਵੀਰ ਸਿੰਘ ਹੋਣਾ ਨੇ ਕੀ ਕਰਨਾ, ਆਪਾਂ ਨੂੰ ਆਪ ਹੀ ਕਰਨਾ ਪੈਣਾ, ਪਰਿਵਾਰਾਂ ਨੂੰ ਕਰਨਾ ਪੈਣਾ, ਪਰਿਵਾਰ ਹੀ ਗਾੜੀ ਲੱਗਦੇ ਆ। ਜਸਵੰਤ ਸਿੰਘ ਖਾਲੜਾ ਦਾ ਕੇਸ, ਉਹਦੇ 15 ਦੋਸਤ, 16 ਔਰ ਪਰਿਵਾਰ ਨੇ ਬੜੀ ਆਪਣਾ ਮਿਹਨਤ ਦੇ ਨਾਲ ਉਹ ਕੇਸ ਲੜਿਆ। 10 ਸਾਲ ਕੇਸ ਚੱਲਿਆ, 10 ਸਾਲਾਂ ਪਿੱਛੋਂ ਸਾਨੂੰ ਸਫਲਤਾ ਮਿਲੀ ਸੀ। ਸੋ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਸੀ? ਕੋਈ ਵੀ ਨਹੀਂ। ਉਹ ਅੰਮ੍ਰਿਤ ਛਕਾਉਂਦੇ ਸੀ ਨਾ ਨਸ਼ਿਆਂ ਤੋਂ, ਨੌਜਵਾਨਾਂ ਨੂੰ ਆਉਂਦੇ ਸੀ ਨਸ਼ਿਆਂ ਤੋਂ ਬਚ ਜਾਓ, ਕੋਈ ਕਸੂਰ ਨਹੀਂ ਸੀ ਉਹਨਾਂ ਦਾ। ਕੀ ਉਹ ਥਾਣੇ ਚਲੇ ਗਏ ਤੇ ਕੀ ਇੱਥੇ ਘੜਾਓ ਕਰਦੇ ਨੀ? ਲੋਕ ਅੱਗੇ ਵੀ ਹੁੰਦੇ ਆ ਥਾਣਿਆਂ ਦੇ ਘੜਾਓ, ਪਰ ਉਹਨੂੰ ਵਧਾ ਚੜਾ ਕੇ ਇੰਨਾ ਉੱਥੇ ਪੇਸ਼ ਕੀਤਾ। ਪੰਜਾਬ ਗੌਰਮੈਂਟ ਨੇ ਵੀ ਕੀਤਾ ਜਾ ਕੇ ਅੰਮ੍ਰਿਤ ਸ਼ਾਹ ਕੋਲ ਜਾ ਕੇ ਭਗਵੰਤ ਮਾਨ ਨੇ ਵੀ ਉੱਥੇ ਤਾਂ ਬੜਾ ਬੁਰਾ ਹਾਲ ਹੋ ਜਾਊਗਾ ਜੀ, ਉੱਥੇ ਤਾਂ ਤੁਸੀਂ ਸਾਨੂੰ BSF ਦੇ ਦਿਓ, ਇਹ ਕਰ ਦਿਓ। ਉੱਥੇ ਸਲਾਹ ਕਰਕੇ, ਦਿੱਲੀ ਸਲਾਹ ਕਰਕੇ ਆਏ ਸੀ ਔਰ ਉੱਥੇ ਉੱਥੇ ਇਹਨਾਂ ਹਿਸਾਬ ਕਿਤਾਬ ਲਾ ਲਿਆ ਵੀ ਇੱਥੇ ਇਹਨਾਂ 'ਤੇ NSA ਲਾਉਣੀ ਲਾਉਣੀ ਆ। ਕੋਈ ਉਹਦਾ ਕਸੂਰ ਨਹੀਂ ਸੀ। ਜੇ ਉੱਥੇ ਥਾਣੇ ਚਲੇ ਗਿਆ ਸੀ ਤਾਂ ਉੱਥੇ ਕੀ ਹੋ ਗਿਆ ਸੀ? ਕੁਛ ਵੀ ਨਹੀਂ। ਉੱਥੇ ਕੋਈ ਥਾਣੇ 'ਤੇ ਕੋਈ ਹਮਲਾ ਕੀਤਾ ਸੀ ਜਾਂ ਕੋਈ ਭੰਨ ਤੋੜ ਕੀਤੀ? ਕੁਛ ਵੀ ਨਹੀਂ।
ਜਿਹੜੀ ਐਨਐਸਐਲ ਆਉਣੀ ਆ ਕੋਈ ਆਪਣਾ ਹਥਿਆਰਬੰਦ ਸੰਘਰਸ਼ ਹੈ ਨਹੀਂ ਸੀ ਕਿਹੜਾ ਹਥਿਆਰਾਂ ਦਾ ਸੰਘਰਸ਼ ਸੀ ਐਨਐਸਐਲ ਲਾਤੀ ਆ ਇੱਕ ਸਾਲ ਹੋ ਗਿਆ 18 ਤਰੀਕ ਨੂੰ ਇੱਕ ਸਾਲ ਹੋ ਜਾਣਾ ਐਨਐਸਐਲ ਆਈ ਨੂੰ ਸੋ ਆਪਾਂ ਨੂੰ ਸਰਕਾਰਾਂ ਵਾਲੇ ਜਾਂ ਤੁਸੀਂ ਕਹਿੰਦੇ ਹੋ ਸ਼੍ਰੋਮਣੀ ਕਮੇਟੀ ਜਾਂ ਰਘਵੀਰ ਸਿੰਘ ਬਾਦਲ ਕੇ ਤਾਂ ਇੰਨੇ ਕਾਹਲੇ ਪਏ ਆ ਇੰਨੇ ਕਾਹਲੇ ਪਏ ਆ ਬੀਜੇਪੀ ਨਾਲ ਜੱਫੀ ਪਾਉਣ ਲਈ ਵੀ ਰਾਤੋਂ ਦਿਨ ਨਾ ਚੜੇ ਸਾਡੀ ਬੀਜੇਪੀ ਨਾਲ ਸੁਲਾ ਹੋ ਜੇ ਸੋ ਉਹਦੇ ਸੁਲਾ ਕਰਨ ਨੂੰ ਤਿਆਰ ਹੋਏ ਆ ਜਿਨ੍ਹਾਂ ਨੇ ਸਾਡਾ ਯੋਧਾ ਅੰਦਰ ਦਿੱਤਾ ਤੇ ਉਹ ਅਸੀਂ ਉਹਨਾਂ ਤੋਂ ਕੀ ਆਸ ਕਰ ਸਕਦੇ ਹਾਂ ਸੋ ਆਪਾਂ ਨੂੰ ਇਹ ਕਾਨੂੰਨੀ ਲੜਾਈ ਵੀ ਲੜਨੀ ਪੈਣੀ ਆ ਉਹ ਆਪਾਂ ਨੂੰ ਸੰਘਰਸ਼ ਵੀ ਕਰਨਾ ਪੈਣਾ ਸਾਰੇ ਪਰਿਵਾਰਾਂ ਨੂੰ ਜਿੰਨੇ ਵੀ ਪਰਿਵਾਰ ਇੱਥੇ ਪੁਰਾਣੇ ਵੀ ਨਵੇਂ ਵੀ ਸੰਘਰਸ਼ਸ਼ੀਲ ਯੋਧੇ ਇੱਥੇ ਬਹੁਤ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਸਾਰੇ ਜਿੰਨੇ ਵੀ ਸੰਘਰਸ਼ਸ਼ੀਲ ਪੁਰਾਣੇ ਵੀ ਸੂਰਮੇ ਆ ਉਹ ਸਾਰੇ ਇੱਥੇ ਆਉਣ ਔਰ ਇਹਨਾਂ ਪਰਿਵਾਰਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਜੰਮ ਕੇ ਆਪਣਾ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਚੱਲਣ ਔਰ ਮੈਂ ਇਹ ਬੇਨਤੀ ਇੱਕ ਹੋਰ ਕਰਦਾ ਇਹਨਾਂ ਨੂੰ ਕਿ ਇਹਦੇ ਨਾਲ ਨਾਲ ਕਾਨੂੰਨੀ ਲੜਾਈ ਵੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਅਖਬਾਰਾਂ 'ਚ ਜਾਂ ਇੱਥੇ ਬਹਿ ਕੇ ਜਾਂ ਆਪਣਾ ਅਸੀਂ ਬੋਲ ਕੇ ਚਲੇ ਜਾਈਏ ਉਹ ਨਹੀਂ ਗੱਲ ਬਣਦੀ ਜਿੰਨਾ ਚਿਰ ਆਪਾਂ ਕਾਨੂੰਨੀ ਲੜਾਈ ਨਾ ਲੜੀ ਸੁਪਰੀਮ ਕੋਰਟ ਤੱਕ ਨਾ ਗਏ ਤਾਂ ਕੁਛ ਨਹੀਂ ਬਣਦਾ ਅਸੀਂ ਸੁਪਰੀਮ ਕੋਰਟ ਤੱਕ ਗਏ ਸੀ ਸੁਪਰੀਮ ਕੋਰਟ ਤੋਂ ਇਨਕੁਆਇਰੀ ਲੱਗੀ ਸੀ ਫਿਰ ਸਾਡਾ ਜਾ ਕੇ ਸਾਨੂੰ ਸਫਲਤਾ ਮਿਲੀ ਫਿਰ ਵੀ 10 ਸਾਲ ਕੇਸ ਅਸੀਂ ਪਟਿਆਲੇ ਲੜਿਆ ਸੀ ਉਹਦੇ ਵਿੱਚ ਵੀ ਬਹੁਤ ਸਾਡੇ ਗਵਾਹਾਂ ਦੇ ਉੱਤੇ ਉਹਨਾਂ ਪਰਚੇ ਦਿੱਤੇ ਸੀ ਸੋ ਹੁਣ ਵੀ ਬੜੀਆਂ ਮੁਸ਼ਕਿਲਾਂ ਆਉਂਦੀਆਂ ਇਹਨਾਂ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਸੋ ਆਪਾਂ ਨੂੰ ਸਫਲਤਾ ਮਿਲੂਗੀ ਮਿਲ ਹੀ ਜਾਣੀ ਆ ਖੀਰ ਇਹਨਾਂ ਨੇ ਇਹਨਾਂ ਨੂੰ ਛੱਡਣਾ ਪੈਣਾ ਜਦੋਂ ਆਪਣਾ ਦਬਾਅ ਬਣਿਆ ਤੇ ਛੱਡਣਾ ਹੀ ਪੈਣਾ ਇਹਨਾਂ ਨੂੰ ਔਰ ਇਹਨਾਂ ਕੋਲ ਇਹਨਾਂ ਦੇ ਕੋਲ ਵੀ ਕੋਈ ਚਾਰਾ ਨਹੀਂ ਸਾਲ ਦੇ ਪਿੱਛੋਂ ਛੱਡਣਾ ਹੀ ਪੈਂਦਾ 18 ਤਰੀਕ ਤੋਂ ਬਾਅਦ ਹੋ ਸਕਦਾ ਇਹ ਇਹਨਾਂ ਨੂੰ ਰਿਹਾ ਕਰ ਦੇਣ ਜਾਂ ਇੱਥੇ ਪੰਜਾਬ ਦੇ ਵਿੱਚ ਲੈ ਆਉਣ ਸੋ ਮੈਂ ਸਾਰੀ ਸੰਗਤ ਕਰਕੇ ਬੇਨਤੀ ਕਰਦਾ ਕਿ ਭਾਈ ਤਰਸੇਮ ਸਿੰਘ ਜੀ ਔਰ ਮਾਤਾ ਬਲਵਿੰਦਰ ਕੌਰ ਜੀ ਦਾ ਸਾਥ ਦੇਈਏ ਇਹਨਾਂ ਪਰਿਵਾਰਾਂ ਦਾ ਅਤੇ ਇਹਨਾਂ ਨਾਲ ਵੱਧ ਚੜ੍ਹ ਕੇ ਸਾਥ ਦੇ ਕੇ ਇਹਨਾਂ ਦੇ ਨਾਲ ਚੱਲੀਏ ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਝਵਾਲ ਸਾਹਿਬ ਦਾ ਸੋ ਆਪਣੇ ਵਿਚਕਾਰ ਜਮੁਨਾ ਨਗਰ ਜਗਾਦਰੀ ਤੋਂ ਨਿਹੰਗ ਸਿੰਘ ਫੌਜਾਂ ਸੰਗਤਾਂ ਸਮੇਤ ਪਹੁੰਚੀਆਂ ਨੇ ਉਹਨਾਂ ਦਾ ਵੀ ਧੰਨਵਾਦ ਆਪਣੇ ਇਲਾਕੇ ਦੇ ਵਿੱਚ ਭਾਈ ਸਾਹਿਬ ਹੋਣਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨੇ ਜਿੱਥੇ ਪੰਥ ਦੀ ਗੱਲ ਹੁੰਦੀ ਹੈ ਉੱਥੇ ਪਹੁੰਚਦੇ ਨੇ ਸੋ ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਜੀ ਆਇਆਂ ਨੂੰ ਆਖਿਆ ਜਾਂਦਾ ਸੋ ਹੁਣ ਮੈਂ ਬੇਨਤੀ ਕਰਦਾ ਅਮਰਜੀਤ ਸਿੰਘ ਜੀ ਵੱਡ ਗੁਜਰਾਂ ਵਾਲੇ ਉਹ ਸਟੇਜ 'ਤੇ ਆ ਕੇ ਸੰਗਤਾਂ ਨੂੰ ਸੰਬੋਧਨ ਕਰਨ ਜੀ ਅਮਰਜੀਤ ਸਿੰਘ ਵੱਡ ਗੁਜਰਾਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਪਵਿੱਤਰ ਧਰਤੀ ਉੱਤੇ ਜੁੜ ਬੈਠੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀ ਸਿਹਤ ਥੋੜ੍ਹੀ ਜਿਹੀ ਢਿੱਲੀ ਰਹਿੰਦੀ ਹੈ ਇਸ ਕਰਕੇ ਮੈਂ ਲੇਟ ਹੋ ਗਿਆ ਆ ਨਹੀਂ ਸਕਿਆ ਪਰ ਪਰਿਵਾਰਾਂ ਨੂੰ ਪਤਾ ਹੀ ਹੈ ਕਿ ਮੈਂ ਬਿਮਾਰ ਰਹਿੰਦਾ ਹਾਂ ਫਿਰ ਵੀ ਮੈਂ ਇੱਕ ਗੱਲ ਸਪਸ਼ਟ ਕਰਦਾ ਹਾਂ ਕਿ 1999 ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾਈ ਹੋਣ ਤੋਂ ਬਾਅਦ ਦੇ ਵਿੱਚ ਮੈਂ ਜਿੰਨੀਆਂ ਵੀ ਪੰਥਕ ਧਿਰਾਂ ਸੰਘਰਸ਼ ਕਰ ਰਹੀਆਂ ਨੇ ਕੌਮ ਦੇ ਹਿੱਤਾਂ ਦੇ ਵਾਸਤੇ ਮੈਂ ਚਾਹੇ ਕੋਈ ਵੱਡੀ ਪਾਰਟੀ ਹੈ ਚਾਹੇ ਕੋਈ ਛੋਟੀ ਪਾਰਟੀ ਹੈ ਮੈਂ ਹਰ ਇੱਕ ਪਾਰਟੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹਦਾ ਹਾਂ ਪਰ ਪਿਛਲੇ 30-35 ਸਾਲਾਂ ਦੇ ਵਿੱਚ ਮੈਂ ਕਿਸੇ ਵੀ ਪਾਰਟੀ ਦਾ ਕੋਈ ਅਹੁਦਾ ਜਾਂ ਮੈਂਬਰਸ਼ਿਪ ਨਹੀਂ ਲਈ ਪਰ ਨਾਭਾ ਜੇਲ੍ਹ ਮੇਰੇ ਪਿੰਡ ਦੇ ਨਜ਼ਦੀਕ ਹੋਣ ਕਰਕੇ ਅੱਜ ਤੱਕ
150 ਦੇ ਲਗਭਗ ਮੈਂ ਉਹਨਾਂ ਸਿੱਖ ਨਜ਼ਰਬੰਦਾਂ ਦੀਆਂ ਮੁਲਾਕਾਤਾਂ ਕਰ ਚੁੱਕਿਆ ਹਾਂ। ਸਾਧ ਸੰਗਤ ਜੀ, ਜੇਲ੍ਹਾਂ ਦੇ ਵਿੱਚ ਬੜਾ ਮੁਸ਼ਕਲ ਦਿਨ ਗੁਜ਼ਾਰਨੇ ਬੜੇ ਮੁਸ਼ਕਲ ਨੇ, ਕਿਉਂਕਿ ਅੰਗਰੇਜ਼ਾਂ ਦੇ ਸਮੇਂ ਦੀ ਹੀ ਉੱਥੇ ਖੁਰਾਕ ਮਿਲਦੀ ਹੈ। 50 ਗ੍ਰਾਮ ਆਟਾ, 20 ਗ੍ਰਾਮ ਦਾਲ, 5 ਗ੍ਰਾਮ ਲੂਣ, ਖਾਂਦੇ ਪੀਂਦੇ ਕੈਦੀ ਨੂੰ ਉੱਥੇ ਰਾਸ਼ਨ 80% ਆਪਣੇ ਘਰੋਂ ਮੰਗਾਉਣਾ ਪੈਂਦਾ ਹੈ। ਜਿਹਦੀ ਮੁਲਾਕਾਤ ਘਰੋਂ ਨਹੀਂ ਆਉਂਦੀ, ਗਰੀਬ ਘਰ ਦੇ ਬੱਚੇ ਨੂੰ, ਉਹਨੂੰ ਖਾਂਦੇ ਪੀਂਦੇ ਘਰਾਂ ਦੇ ਕੈਦੀਆਂ ਦੇ ਭਾਂਡੇ ਧੋ ਕੇ, ਕੱਪੜੇ ਧੋ ਕੇ ਉਹਨਾਂ ਦੇ ਕੋਲੋਂ ਰੋਟੀ ਖਾਣੀ ਪੈਂਦੀ ਹੈ। ਸਾਧ ਸੰਗਤ ਜੀ, ਪਿਛਲੇ 25-30 ਸਾਲਾਂ ਦੇ ਵਿੱਚ ਮੈਂ ਸੰਗਤ ਦੇ ਅੱਗੇ ਪੱਲਾ ਅੱਡ ਕੇ ਰਾਸ਼ਨ ਇਕੱਠਾ ਕਰਕੇ ਨਾਭਾ ਜੇਲ੍ਹ ਦੇ ਵਿੱਚ ਪਹੁੰਚਦਾ ਕਰਦਾ ਰਿਹਾ ਹਾਂ। 150 ਦੇ ਲਗਭਗ ਮੁਲਾਕਾਤ ਕਰੀ ਹੈ, ਪਰ ਅਫਸੋਸ 2015 ਦੇ ਵਿੱਚ ਬਾਦਲ ਹਕੂਮਤ ਨੇ ਉਸ ਮੁਲਾਕਾਤਾਂ ਦੇ ਉੱਤੇ ਪਾਬੰਦੀ ਲਾ ਕੇ ਉਹਨਾਂ ਮੁਲਾਕਾਤਾਂ ਨੂੰ ਖੂਨ ਦੇ ਰਿਸ਼ਤੇ ਤੱਕ ਸੀਮਿਤ ਕਰਕੇ ਰੱਖ ਦਿੱਤਾ, ਜਿਸ ਕਰਕੇ ਅਸੀਂ ਮੁਲਾਕਾਤਾਂ ਕਰਨ ਤੋਂ, ਉਹਨਾਂ ਸਿੰਘਾਂ ਦੀਆਂ ਮੁਲਾਕਾਤਾਂ ਕਰਨ ਤੋਂ ਵਾਂਝੇ ਹੋ ਕੇ ਰਹਿ ਗਏ। ਖੂਨ ਦੇ ਰਿਸ਼ਤੇ ਦੇ ਵਿੱਚ ਭੈਣ ਆਉਂਦੀ ਆ ਪਰ ਜੀਜਾ ਨਹੀਂ ਆਉਂਦਾ, ਭੂਆ ਆਉਂਦੀ ਆ ਪਰ ਫੁੱਫੜ ਨਹੀਂ ਆਉਂਦਾ ਹੈਗਾ, ਭਰਾ ਆਉਂਦਾ ਪਰ ਭਰਜਾਈ ਨਹੀਂ ਆਉਂਦੀ। ਮੈਂ ਪਰਿਵਾਰ ਦੇ ਅੱਗੇ ਬੇਨਤੀ ਕਰਦਾ, ਪੰਜੋਲੀ ਸਾਹਿਬ ਵੀ ਬੋਲ ਕੇ ਗਏ ਨੇ ਕਿ ਜਿਹੜੇ ਤਖਤਾਂ ਦੇ ਜਥੇਦਾਰਾਂ ਦੇ ਅੱਗੇ ਅਸੀਂ ਜਾ ਕੇ ਅਪੀਲ ਕਰਦੇ ਹਾਂ ਕਿ ਤੁਸੀਂ ਆਓ, ਸਾਡੇ ਵਾਸਤੇ ਕੋਈ ਹਾਦਾ ਨਾਰਾ ਮਾਰੋ, ਪਰ ਸਾਧ ਸੰਗਤ ਜੀ, ਉਹਨਾਂ ਜਥੇਦਾਰਾਂ ਦੇ ਰਿਮੋਟ ਕੰਟਰੋਲ ਤਾਂ ਉਹਨਾਂ ਦੇ ਹੱਥ ਦੇ ਵਿੱਚ ਨੇ। ਜਿਹੜੇ ਲੋਕ, ਜਿਹੜੇ ਲੀਡਰ ਇਹ ਕਹਿੰਦੇ ਰਹੇ ਕਿ ਇਹ ਪਤਾ ਨਹੀਂ ਸ਼ਰਾਰਤੀ ਅੰਸਰ ਕਿੱਥੋਂ ਆ ਗਿਆ, ਇਹਨੂੰ ਸਿੱਧਾ ਕਰੋ, ਨਹੀਂ ਤੇ ਫਿਰ ਅਸੀਂ ਸਿੱਧਾ ਕਰਾਂਗੇ। ਸਾਧ ਸੰਗਤ ਜੀ, ਉਹਨਾਂ ਲੀਡਰਾਂ ਦੇ ਕੋਲੋਂ ਅਸੀਂ ਕੀ ਆਸ ਰੱਖ ਸਕਦੇ ਹਾਂ, ਉਹ ਕੀ ਕੌਮ ਦਾ ਭਲਾ ਕਰ ਸਕਦੇ ਨੇ? ਅਤੇ ਇੱਕ ਗੱਲ ਮੈਂ ਹੋਰ ਤੁਹਾਡੇ ਅੱਗੇ ਸਪਸ਼ਟ ਕਰਨ ਲੱਗੇ ਹਾਂ ਕਿ ਪਾਰਲੀਮੈਂਟ ਦੀ ਚੋਣ ਅੱਗੇ ਆ ਰਹੀ ਹੈ, ਇਸ ਚੋਣ ਦੇ ਵਿੱਚ ਗੱਲਾਂ ਦੋਏ ਹੋਣੀਆਂ ਨੇ, ਜਾਂ ਤਾਂ ਬਾਦਲ ਪਰਿਵਾਰ ਜਿਉਂਦਾ ਰਹਿ ਜੂਗਾ, ਸਿੱਖ ਕੌਮ ਖਤਮ ਹੋ ਜੂਗੀ, ਜਾਂ ਬਾਦਲ ਪਰਿਵਾਰ ਖਤਮ ਹੋ ਜੂਗਾ, ਸਿੱਖ ਕੌਮ ਜਿਉਂਦੀ ਰਹਿ ਜੂਗੀ। ਇਹ ਆਪਾਂ ਦੇਖਣਾ ਕਿ ਆਉਣ ਵਾਲੀ ਚੋਣ ਦੇ ਵਿੱਚ ਆਪਾਂ ਇਸ ਪਰਿਵਾਰ ਨੂੰ ਕੀ ਕਿਸ ਤਰੀਕੇ ਦੇ ਨਾਲ ਲੈਣਾ, ਕਿਸ ਤਰੀਕੇ ਦੇ ਨਾਲ ਨਹੀਂ ਲੈਣਾ, ਇਹ ਆਪਣੇ ਉੱਤੇ ਨਿਰਭਰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਅਮਰਜੀਤ ਸਿੰਘ ਬਡਰੁੱਖਾਂ ਜੀ ਦਾ। ਹੁਣ ਮੈਂ ਬੇਨਤੀ ਕਰਦਾ ਬੀਬੀ ਬਲਵਿੰਦਰ ਕੌਰ ਜੀ ਨੂੰ, ਉਹਨਾਂ ਨੇ ਇੱਕ ਕਵਿਤਾ ਗਾਇਨ ਕਰਨੀ ਹੈ। ਉਸ ਤੋਂ ਪਹਿਲਾਂ ਸੰਗਤ ਜੀ ਇੱਕ ਬੇਨਤੀ ਕਰ ਦਈਏ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਵੱਜ ਕੇ ਦਾ ਅੰਦਰੋਂ ਫੋਨ ਆਇਆ ਸੀ, ਉਹਨਾਂ ਨੇ ਸੁਨੇਹਾ ਲਾਇਆ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ, ਸਰੀਰ ਭਾਵੇਂ ਥੋੜ੍ਹੇ ਕਮਜ਼ੋਰ ਨੇ ਪਰ ਅੰਦਰੋਂ ਚੜ੍ਹਦੀ ਕਲਾ ਦੇ ਵਿੱਚ ਹੈ ਆਤਮਕ ਤੌਰ 'ਤੇ। ਸੋ ਸੰਗਤਾਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਉਹਨਾਂ ਨੇ ਇੱਕ ਹੋਰ ਸੁਨੇਹਾ ਲਾਇਆ ਜੋ ਪਰਿਵਾਰ ਦਾ ਵੀ ਸੁਨੇਹਾ, ਵਾਰ ਵਾਰ ਇਹ ਵੀ ਬੇਨਤੀ ਵੀ ਕਰਦੇ ਕਿ ਇਹ ਜੋ ਸਟੇਜ ਹੈ, ਇਹ ਸਾਰਿਆਂ ਦੀ ਸਾਂਝੀ ਸਟੇਜ ਹੈ, ਇਸ ਦੇ ਵਿੱਚ ਸੰਗਤ ਆਪ ਹੀ ਸਮਝਦਾਰ ਹੈ, ਸਤਿਕਾਰਯੋਗ ਹੈ ਕਿ ਆਪਾਂ ਕਿਸੇ ਵੀ ਪੰਥਕ ਧਿਰ ਦੇ ਖਿਲਾਫ ਜਾਂ ਹੋਰ ਦੇ ਖਿਲਾਫ, ਪਰਿਵਾਰ ਵੱਲੋਂ ਬੇਨਤੀ ਹੈ, ਇਹ ਦੱਸ ਦਾ ਕੋਈ ਨਿੱਜੀ ਵਿਚਾਰ ਨਹੀਂ, ਸੈਕਟਰੀ ਹੋਣ ਦੇ ਨਾਤੇ ਦੱਸਣ ਦਾ ਫਰਜ਼ ਬਣਦਾ ਕਿ ਆਪਾਂ ਕਿਸੇ ਦੇ ਵੀ ਖਿਲਾਫ ਕੋਈ ਵੀ ਟਿੱਪਾ ਟਿੱਪਣੀ ਨਹੀਂ ਕਰਨੀ। ਇੰਨੀਆਂ ਬੇਨਤੀਆਂ ਪਰਿਵਾਰ ਵੱਲੋਂ ਨੇ ਜੋ ਆਪਾਂ, ਜੋ ਆਪਣਾ ਵਿਸ਼ਾ ਬੰਦੀ ਸਿੰਘਾਂ ਦਾ, ਰਿਹਾਈ ਦਾ ਜਾਂ ਜੇਲ੍ਹ ਸ਼ਿਫਟ ਦਾ, ਉਸ ਵਿਸ਼ੇ ਦੇ ਉਸ ਦਾਇਰੇ ਦੇ ਵਿੱਚ ਰਹਿ ਕੇ ਹੀ ਗੱਲ ਕਰਨੀ ਹੈ। ਆਪ ਸਭ ਸਮਝਦਾਰ ਹੋ, ਉਮੀਦ ਕਰਦੇ ਹਾਂ ਸਮਝ ਜਾਵੋਗੇ। ਸੋ ਹੁਣ ਮੈਂ ਬੇਨਤੀ ਕਰਦਾ ਬੀਬੀ ਬਲਵਿੰਦਰ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
प्रवान करनी साध संगत जी, जिदा कि भाई कान सिंह जी दस के गए बाबा चरण सिंह जी बारे, इतने भाई अमृतपाल सिंह की गल हो रही है। तो बाबा चरण सिंह जी बारे ना मतलब अपने जो बजुर्ग वह ज़्यादा जानते हैं, तो अजक के बच्चे घट। मैं बाबा चरण सिंह की भतीह हाँ, तो बाबा चरण सिंह ही कल शहीद नहीं सी होए, उन्होंने परिवार के सत्त मैंबर शहीद होए सी। बाबा चरण सिंह का छोटा भरा भाई मेजा सिंह जेडे के रोडे पिंड संत जरनैल सिंह भिंडरांवाली की यादगार दे विच गेट बना रहे थे, उत्थों पुलिस ने चुकिया सी। उन्होंने छोटे भाई भाई जगदेव सिंह जी यूपी जिहड़ी जमीन वेचन गए उत्थों फड़े गए सी। ते जेड़े भाई केसर सिंह सी मेरे पापा, असीं उदों छोटे सी, 1993 की गल है, वह भी जमीन वेचन वास्ते पहला ताया जी तो गए सीगे, ते उन्हां नूं भी ये पुलिस ने फड़ के उन्होंने जेल च भेजता, मुड़ के उन्होंने झूठे मुकाबले बनाते। बाबा चरण सिंह जी ने जिदा दस्या कि दोवां जीपां दे पिछे पा के ते उन्होंने दो फाड़े करते, बिल्कुल सच्ची गल है। इथों तक कि बाबा चरण सिंह जी का साला पिंड सखीरे का उन्होंने भी शहीद किया गया। बाबा मेजा सिंह का साला पिंड मन्नण उन्होंने पुलिस फड़ के लै गई, जो कुटन लगी तो उन्होंने नलों च लत्त वज गई, तो वह भी उत्थे शहीद हो गए। ये सारा जुर्म के पी एस गिल, अजीत सिंह संधु, सूबा सरहंद, बेंता बुच्चड़, जो भी इन्हां मिलके, उन्हां दा कसूर की सी भाई अमृतपाल सिंह वांगू कि हर एक की हैल्प करनी, तो जिथे भी उन्हां तो 45 गुरद्वारियां की सेवा सीगी, विदेशां विच भी सेवा सी, ते उह अमृत छकाउंदे सी सारियां नूं, ते बच्चियां नूं समझाउंदे सीगे भी नशे तो दूर रहो। तो सरकारां की कहिंदियां सी कि साडे नाल हथ मिलाओ बाबा जी, असी तो सिंघां नूं शहीद कर रहे, तो तुसीं उन्हां दीआं जेलां दे विच उन्हां दे परिवारां नूं राशन दे रहे जे, एक ताड़ा साड़ा कोई मेल नहीं गा। तो बाबा जी ने साढ़े ताया जी ने, असी उदों छोटे ही सीगे, क्या भी सानू ये गल्लां मंजूर नहीं, सानू तो अकाल पुरख ने इन्हां दी सेवा वास्ते भेजिया, तो असी ये काम नहीं कर सकते। सो जिहड़ा भी चंगे काम वास्ते आउंदा इन्हां नूं रड़कदा है। भाई अमृतपाल सिंह जी साडे नगर च भी गए, बहुत राजा संसी नगर दे विच बहुत सत्कार आ इन्हां नूं, साडे पिंड दे नगर ने कोई कसूर नहीं सी। जिहड़ा भी अज पंजाब दे विच सीधा राह विखा रहा साडी जवानी नूं, की चाहुंदियां है ये सेंटर सरकारां कि इन्हां नूं नशे दे विच इन्हां नूं घरां च ही मारिया जावे, बाहर दे ते माहौल तक ये जाण ही ना। जिहड़ा भी कोई सिख कोई से पंथ का दर्दी उठता उन्हूं इस तरह ही खत्म किया जाता। सो मेरी अरदास है गुरु रामदास के चरणों के विच कि सारिया संगतां की अरदास प्रवान की जाए, भाई अमृतपाल सिंह जी ज जिन्हें भी साढ़े बंदी सिंह जेलों के अपनिया सजावं भी पूरी कर चुके हैं, जिन्हों नहीं बाहर लियाया जा रहा, बाबा जी मेहर करो, किरपा करो इन बेदर्दा दे। ये जेडे आ बैठिया संगत गुरु गोबिंद सिंह दे लाल ने, जेडे साडे नाल कर रहे ना, वह सूबा सरहंद की अंशवंश चो है। वह कौन ने? वह गंगू की अंशवंश चो है, वह जकरिया खान की अंशवंश चो है। आ गुरु गोबिंद सिंह दे लाल बैठे, इन्हां दी अरदासां प्रवान करो, उन्हां दे दिलां विच रहम आ जाए, तो पंजाब साडे नूं बख्श देण। कुछ दिल्ली धरनिया च इन्ना जुर्म हो रहा, कुछ इत्थे। मैं कुछ चिर पहला भाई अमृतपाल सिंह जी जदों आए सीगे, मतलब जदों आपां सारे ने इन्हां दे दर्शन किते, तो इन्हां दी एक कविता लिखी बहुत सोहनी, इन्हां दे नां ते मैं एक दो ढाडियां नूं भी भेजी, कहिंदे कविता ते तुहाडी बहुत सोहनी आ, मैं नां नहीं उन्हां दा लैणा चाहुंदी, पर मैं असीं बोल नहीं सकदे। क्यों नहीं बोल सकदे? क्यों सच दबा रहे जो? जदों असीं गुरु घरों खाने, रब दा दित्ता खाने, गुरु रामदास दा खाने हाँ, तो क्यों असीं अपनियां जबानां बंद रखिए? सच बोलना चाहिए। सो मैं ना कोई सिंगर हाँ, ना मैं कोई वधिया राइटर हाँ, मैं अज अपनी आवाज दे विच भाई अमृतपाल सिंह दी जो सिबत लिखी सी अज तो मेरे हिसाब नाल एक साल पहला, तो मैनू नहीं सी पता भी आ दिन वेखने पैणगे, भाई अमृतपाल सिंह जी नाल इदां होऊगा, तो सानू इत्थे आके बोलनी पऊगी। सो सुनियो सारे, उठिया वारस देश पंजाब दा, उठिया वारस देश पंजाब दा, भाई अमृतपाल सिंह सरदार, ओए वैरी नू पै गई भाजड़ां, वैरी नू पै गई भाजड़ां, ते कंब रहि गदार, ओए वैरी नू पै गई भाजड़ां, अन्नी अन्नी पींदी कुत्ती चट दी ए, अन्नी पींदी कुत्ती चट दी ए, सिखां नाल करदी अन्नी पींदी कुत्ती चटदी है, ते कूड़ रिया पसार, ओ सिखां नाल करदी विदकरे,
ਸਿੱਖਾਂ ਨਾਲ ਕਰਦੀ ਵਿਦਕਰੇ ਓਏ ਇਹ ਜ਼ਾਲਮ ਸਰਕਾਰ ਓਏ ਵੈਰੀ ਨੂੰ ਪੈ ਗਈਆਂ ਭਾਜੜਾਂ ਵੈਰੀ ਨੂੰ ਪੈ ਗਈਆਂ ਭਾਜੜਾਂ ਤੇ ਕੰਬ ਰਹਿ ਗਦਾਰ ਓਏ ਵੈਰੀ ਨੂੰ ਪੈ ਗਈਆਂ ਭਾਜੜਾਂ ਗੱਲਾਂ ਕਰਦਾ ਬਿਲਕੁਲ ਸੱਚੀਆਂ ਵੈਰੀ ਨੂੰ ਲੱਗਣ ਤੱਤੀਆਂ ਗੱਲਾਂ ਕਰਦਾ ਬਿਲਕੁਲ ਸੱਚੀਆਂ ਵੈਰੀ ਨੂੰ ਲੱਗਣ ਤੱਤੀਆਂ ਪਖੰਡੀ ਸਾਧਾਂ ਦੀਆਂ ਵੀ ਪੋਚੂ ਫੱਟੀਆਂ ਨਾ ਲੱਗਣ ਦੇਣੇ ਦਰਬਾਰ ਨਾ ਲੱਗਣ ਦੇਣੇ ਦਰਬਾਰ ਓਏ ਵੈਰੀ ਨੂੰ ਪੈ ਗਈਆਂ ਭਾਜੜਾਂ ਵੈਰੀ ਨੂੰ ਪੈ ਗਈਆਂ ਭਾਜੜਾਂ ਤੇ ਕੰਬ ਰਹਿ ਗਦਾਰ ਗੱਲਾਂ ਕਰਦਾ ਗੁਰੂ ਤੇ ਪੰਥ ਦੀਆਂ ਜਾਂ ਭਿੰਡਰਾਂ ਵਾਲੇ ਸੰਤ ਦੀਆਂ ਗੱਲਾਂ ਕਰਦਾ ਗੁਰੂ ਤੇ ਪੰਥ ਦੀਆਂ ਜਾਂ ਭਿੰਡਰਾਂ ਵਾਲੇ ਸੰਤ ਦੀਆਂ ਉਹ ਆਖੇ ਬਿੰਦਰ ਪੰਡੋਰੀ ਆਖੇ ਬਿੰਦਰ ਪੰਡੋਰੀ ਤੁਸੀਂ ਸੁਧਰ ਜਾਓ ਨਹੀਂ ਤੇ ਬੁਰੀ ਪਊਗੀ ਮਾਰ ਵੈਰੀ ਨੂੰ ਪੈ ਗਈਆਂ ਭਾਜੜਾਂ ਤੇ ਕੰਬ ਰਹਿ ਗਦਾਰ ਵੈਰੀ ਨੂੰ ਪੈ ਗਈਆਂ ਭਾਜੜਾਂ ਤੇ ਕੰਬ ਰਹਿ ਗਦਾਰ ਉੱਠਿਆ ਵਾਰਸ ਦੇਸ਼ ਪੰਜਾਬ ਦਾ ਉੱਠਿਆ ਵਾਰਸ ਦੇਸ਼ ਪੰਜਾਬ ਦਾ ਭਾਈ ਅੰਮ੍ਰਿਤ ਸਿੰਘ ਪਾਲ ਸਰਦਾਰ ਓਏ ਵੈਰੀ ਨੂੰ ਪੈ ਗਈਆਂ ਭਾਜੜਾਂ ਤੇ ਕੰਬ ਰਹਿ ਗਦਾਰ ਓਏ ਵੈਰੀ ਨੂੰ ਪੈ ਗਈਆਂ ਭਾਜੜਾਂ ਤੇ ਕੰਬ ਰਹਿ ਗਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੈਰੀ ਦੀ ਭਾਜੜੀ ਸੀਗੀ ਜਿਹੜਾ ਉਹਨਾਂ ਨੂੰ ਬਿਨਾਂ ਕਸੂਰ ਤੋਂ ਤੇ ਉਹਨਾਂ ਦੇ ਸਾਥੀਆਂ ਨੂੰ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਗੁਰੂ ਰਾਮਦਾਸ ਜੀ ਮਿਹਰ ਕਰਨ ਉਹ ਛੇਤੀ ਤੋਂ ਛੇਤੀ ਸਾਰੇ ਸਾਡੇ ਵਿੱਚ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੀਬੀ ਬਲਵਿੰਦਰ ਕੌਰ ਜੀ ਦਾ ਸੋ ਬੇਨਤੀ ਹੈ ਸੰਗਤ ਜੀ ਜਿਹੜੀ ਸੰਗਤ ਪਿੱਛੇ ਖੜੀ ਹੈ ਜਾਂ ਲਾਗੇ ਖੜੀ ਹੈ ਕਿਰਪਾ ਕਰਕੇ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰੋ ਜੀ ਸੋ ਆਪਣੇ ਵਿਚਕਾਰ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਗੁਰਲਾਲ ਸਿੰਘ ਜੀ ਸੰਧੂ ਹਰਜੀਤ ਸਿੰਘ ਕੰਡਾ ਖਜਾਨਚੀ ਧੰਨਾ ਸਿੰਘ ਕੰਗ ਜਨਰਲ ਸਕੱਤਰ ਪਹੁੰਚੇ ਨੇ ਸੋ ਉਹਨਾਂ ਦਾ ਧੰਨਵਾਦ ਮੈਂ ਬੇਨਤੀ ਕਰਦਾ ਗੁਰਲਾਲ ਸਿੰਘ ਜੀ ਸੰਧੂ ਸਾਹਿਬ ਦਾ ਕਿ ਉਹ ਸਟੇਜ ਤੇ ਆ ਕੇ ਸੰਗਤਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਸੰਗਤਾਂ ਨੂੰ ਸੰਬੋਧਨ ਕਰਨ ਜੀ ਭਾਈ ਗੁਰਲਾਲ ਸਿੰਘ ਜੀ ਸੰਧੂ ਸੰਗਤ ਤੋਂ ਜਿਸ ਜਿਸ ਵੀ ਬੁਲਾਰੇ ਨੇ ਬੋਲਣਾ ਕਿਰਪਾ ਕਰਕੇ ਦਾਸ ਕੋਲ ਆਪਣਾ ਨਾਂ ਲਿਖਾ ਸਕਦਾ ਜੀ ਗੁਰੂ ਰਾਮਦਾਸ ਜੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ ਗੁਰਦੁਆਰਾ ਸਾਰਾਗੜੀ ਦੇ ਬਿਲਕੁਲ ਸਾਨੂੰ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਨਿਆਰੇ ਗੁਰੂ ਖਾਲਸਾ ਜੀ ਆਓ ਫਤਿਹ ਸਾਂਝੀ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ 31-31 ਸਾਲ ਤੋਂ ਇਸ ਹਿੰਦੁਸਤਾਨ ਦੀਆਂ ਜੇਲ੍ਹਾਂ ਵਿੱਚ ਸਾਡੇ ਨੌਜਵਾਨ ਬੰਦ ਨੇ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਇਸ ਦੇਸ਼ ਦੀ ਸਰਕਾਰ ਨੇ ਨਵੇਂ ਫਰਮਾਨ ਜਾਰੀ ਕਰਕੇ ਉਸ ਪੁਰਾਣੇ ਇਤਿਹਾਸ ਨੂੰ ਤਾਜ਼ਾ ਕਰਕੇ ਰੱਖ ਦਿੱਤਾ ਹੈ ਕਿ ਜੇ ਤੁਸੀਂ ਇਸ ਦੇਸ਼ ਵਿੱਚ ਰਹਿੰਦਿਆਂ ਇਸ ਪੰਜਾਬ ਵਿੱਚ ਵੱਸਦਿਆਂ ਜੇ ਸਿੱਖੀ ਦੀ ਗੱਲ ਕਰਨੀ ਹੈ ਜੇ ਪੰਥ ਦੀ ਗੱਲ ਕਰਨੀ ਹੈ ਸਾਨੂੰ ਪ੍ਰਵਾਨ ਨਹੀਂ
ते याद रखियो सिखी दी गल करन वाले हो तुहानू जे जेलां च सुटांगे ते पंजाब दी धरती ते नहीं वखरे कानून ला के साम दी धरती ते साडे नौजवान अज जेलां च बंद ने। बड़ी हैरानगी आ कि एक डेमोक्रेसिक देश विच रहिंदिआं साडे नाल अजिहा खास जिहड़ा वितकरा कीता जा रहा है। पंजाब ने हमेशा ही अपने पिंडे ते संताप लंडाया, हमेशा ही जदों भी किते धक्का होया धक्की दी आवाज नूं बुलंद कीता है। आपां पिछे ध्यान मार लीए जे जमीना दी गल आई कानूना दी गल आई आ हिंदुस्तान दे किसी भी स्टेट तों कोई विरोध नहीं होया ते पंजाब दे लोगां ने खासकर साडे पंजाबी सिखां ने वो बीड़ा चुकिया ते आवाज नूं बुलंद कीता ते सानू उस आवाज चुकन दे बदले तरह तरह दे इल्जाम ला के ये अतवादी ने ये वक्खवादी ने पता नहीं फंड कित्थों आउंदा है इस तरह दे इल्जाम लाए गए। ऑलरेडी एक साल तुसी वो संघर्ष लड़िया वो बेफल गया, जो वादे किते सन वो पूरे नहीं किते। अज फिर साडे नौजवान बार्डरां ते जाके गोलियां दा शिकार बन रहे ने, आपां नूं सोचण दी लोड़ है। आ पंजाब कित्थे खड़ा है ये सोचण दी लोड़ है। अज साडे नाल धक्का क्यों हो रहा है? मैनूं सरदार सरबजीत सिंह कालड़ा साहब ने फोन किया कि संधू साहब आपां नूं जाना चाहिए दास गुरद्वारा कलगीधर सिंह सभा कमेटी की मुख सेवादारी वजो अपने कमेटी के मैंबर साहबान लैके आए। अज साडा फर्ज बनता है कि असीं लोकल वो बैठे हैं जिन्नियां भी सिंह सभावां सानूं सारिआं नूं सद्दा देना चाहिए क्योंकि ये कोई किसी पार्टी का काम नहीं, ये समुचे पंथ का काम आ, समुची कौम का काम आ। इत्थे गल चलदी सी कि सानू जयदारा नूं कहना नहीं चाहिए, क्यों नहीं कहना चाहिए? सानू कहना चाहिए है श्री अकाल तख्त कौम का है, किसी बंदे का नहीं। जो भी श्री अकाल तख्त साहब ते बैठा है विराजमान है सानू कहना चाहिए, साडा फर्ज बनता है, इतिहास बनना है। कोई ये ना कहे कि सानू तुसा वज्जा सद्दा ही नहीं दिता, सानू तुसी आवाज नहीं दिती, जे कौम ते भीड़ पई सी असीं तुहाडे नाल हुंदे। सो सानू समय समय अनुसार आपां सारिआं नूं नाल लै के होका देना चाहिए। मैं बेनती करदा है कि जिन्नियां भी संपर्दावां सारिआं नूं इत्थे आ के अपनी शमूलीयत करके जिहड़ा सा उन्होंने बना सकते हैं वो अपन बना चाहिए क्योंकि ये सरकार झुकनी है वो साड़ी आवाज उन्होंने कन्ना च तां सरकनी है जे असी पूरे तनदेही दे नाल इस धर्म युग विच अपना योगदान पावांगे। मैं विश्वास दिवाउणा है कि असी बिल्कुल नाल आ, जदों भी कौम का कोई इहो जिहा धर्म का काम आऊ असीं मंग की करदे हां कि भाई की गणा आ अज अमृत पार करवाउणा
सिखी का होका देना गुनाह जे सिखी का होका देना गुनाह ते दसो ते साढ़े ना बह के गल कर लो कि सानू नाल रखना है कि नहीं रखना। सो भाई अपने स्वतंत्रता की गल है अपने वखरेपने की गल है अपने नाल धक्के होंगे की गल है ये तां कर सकते हैं जे आप सिर सुर के बैठांगे। इदा ही कहिंदा होया खिमां दा जाजक मैं अपने वालों अपने साथियों वालों सारयां दा धन्नवाद करदा है जिन्हां ने इस मूर्ति वाहेगुरु बहुत बहुत धन्यवाद भाई गुरलाल सिंह जी का। सो हुण मैं बेनती करदा भाई अमरजीत सिंह जी बनचड़ी जी नूं कि उस स्टेज ते आके संगतां नूं संबोधन करन। उस तों बाद भाई गुरभेज सिंह जी मजीठा तैयार रहन जी। धन धन श्री गुरु रामदास जी दे गोद दा आनंद माण रही गुरु रूप संगत जीओ वाहेगुरु जी का खालसा वाहेगुरु जी की फतेह। अज आप जिस मुद्दे वास्ते इकत्र होए कई दिनों तो धरने लाई बैठे हाँ जे पिछले समय वाल वेख्या जाए तो यह मुद्दा कोई नॉर्मल मुद्दा गिणा जाता सी क्योंकि सी पी भुल्लर साहब के कोल सी उधर बैठे तो मैं उन्होंने कहा मैं सर जदों खाड़कूवाद के दौर से तो तुम चट बिस्तरा बना देंदे भाई चल दाबे चल संगरूर जेल बदली कोई मेन मुद्दा नहीं क्योंकि जिदन पहले दिन असी इतने बैठे थे डीसी साहब सी पी साहब सारे सी उदों भी यो गल चली क्योंकि सारा अधिकार डीसी साहब को हुंदा सी उन्होंने भी गाड़ियों साडे खरा साहब ने कहा भी सारे ताडे को आदे गाड़ियों भुल्लर साहब कहते तुम गमराह ना करो। सो उहदे तों बाद सानूं चंडीगढ़ भी जाण दा मौका मिलिया। चंडीगढ़ भी सानूं इहो जो बलविंदर साहब ने दस्सिया कि 17 तरीक नूं सिद्धू साहब कहिंदे जी तुहाडा अवश्य आ जाणगे बंदे। चलो ये साडे भाजी हुण कहिंदे रहे भी नहीं भौकड़ ताल ते बैठे। मैं अखीर कहा मैं सिद्धू साहब मैं तुहानूं इक बेनती करनी चाहुंदा जे 17 तरीक नूं आ ही जाणी ते असीं कादे वास्ते बहिणा तुसीं सानू रिटन च दे दिओ ते अपनी स्टैंप ला दो ते असीं घरां नूं जाइए। 17 तरीक ते गल ही कुछ नहीं ते गाड़ियों हस के कहण लगे भी ना भाई मैं कदी रिटन च दे सकदा। फिर खरा साहब आंदे भी सारे ते फिर तुहाडी बिल्कुल जवाब वाली गल आ तुसीं इहनूं टाल मटोला कर रहे जो क्योंकि ये जिहड़ा मुद्दा ना बहुत साडे नाल ते बहुत कुछ बीतिया। असीं पिछला जिहड़ा समां ना जो बलविंदर सुणा गल कीती आ बड़ा पिंडे दे हंडाया क्योंकि मेरा एक अकाल तख्त जहेदार बाबा गुरबचन सिंह नाल बहुत लम्मा समा चलण दा मैनूं मौका मिलिया कोई एक दो साल नहीं सालां बद्धी ते उस सिंह साहब ने 1978 च उहदे गुट च गोली वज्जी सी जिदण निरंकारी कांड होया ते सब तो एंड ए तो लैके जैड दी कह ली तो कोई अतकथनी नहीं होगी क्योंकि 28 फरवरी 1993 जो सारा खाड़कू बदन का खात्मा हो गया उदों शहीद होए। मैं गल कर इस गल लगा विषय से कि आप ज्ञानी ना बनीए आत्मक ज्ञानी बनीए। आत्मक ज्ञानी हुंदा वो जिहड़ा अपने वाल गल करदा ते ज्ञानी हुंदा जिहड़ा लोकां ते चिकड़ सुटी जांदा क्योंकि साडा जिहड़ा मुद्दा ना सांझा वा इहदे ते सानूं किसी दे किंतू परंतु नहीं करना चाहीदा। मैं इस विषय वाल तां चलिया कि साडा 25,000 दे करीब खालड़ा साहब ने पहला इन्हां पता बलविंदर सिंह उन्हां नूं कल्ले साडे अमृतसर जिले तरन तारण दीआं कट्टियां होईआं किन्ना असीं नौजवान शहीद कराया किन्ने परिवार साडे उजड़े 20 साल लगभग इह साडा मंगुरचा चलिया ते अखीर इत्थों तक कि साडे नाल 90% जिहड़ी जनता उह खड़ गई।
1991 ਦੇ ਵਿੱਚ ਇੱਕ ਚੋਣ ਦਾ ਐਲਾਨ ਹੋਇਆ, ਤੁਸੀਂ ਸਾਰੇ ਜਾਣਦੇ ਜੇ, ਜਦੋਂ ਜਨਤਾ ਦਲ ਚੰਦਰ ਸ਼ੇਖਰ ਨੇ ਕਿਹਾ ਵੀ ਚੋਣ ਲੜਨੀ ਚਾਹੀਦੀ ਆ। ਉਹਨਾਂ ਵਿੱਚ ਸਾਡੇ ਇੱਕ ਸਿਰਫ ਬਾਬਾ ਮਾਣੋ ਚਾਲ ਸੀ ਜਿਹੜਾ ਕਹਿੰਦਾ ਸੀ ਇਲੈਕਸ਼ਨ ਲੜਨੀ ਆ ਅਤੇ ਬਾਕੀ ਦੀਆਂ ਸਾਰੀਆਂ ਧਿਰਾਂ ਵਿਰੋਧ ਕੀ। ਚਲੋ ਉਹਦੇ ਵਿੱਚ ਆਲ ਇੰਡੀਆ ਸਿੱਖ ਸ਼ਡਿਊਲ ਪਿੰਡ ਭਾਈ ਮਨਜੀਤ ਸਿੰਘ ਹਰਮਿੰਦਰ ਸਿੰਘ ਗਿੱਲ ਹੋਣਾਂ ਨੂੰ ਉਹਨਾਂ ਬਣਾਇਆ ਕਿ ਸੰਤ ਕਰਤਾਰ ਸਿੰਘ ਲਿੜਕੇ ਆ। ਆਲ ਇੰਡੀਆ ਸਿੱਖ ਸ਼ਡਿਊਲ ਪਿੰਡ ਹਮਾਇਤ ਦਿੱਤੀ ਗਈ ਅਤੇ ਉਹ ਚੋਣ ਲੜੀ ਗਈ, ਪਰ ਉਹ ਚੋਣ ਐਨ 21 ਤਰੀਕ ਨੂੰ ਇੰਡੀਆ ਭਾਰਤ ਦੀ ਸਾਡੇ ਦੀ ਚੋਣ ਸੀ ਅਤੇ 22 ਤਰੀਕ ਨੂੰ ਸਾਡੀ ਪੰਜਾਬ ਦੀ ਸੀ। ਜਿਸ ਵੇਲੇ ਰਾਓ ਨੂੰ ਬਹੁਮਤ ਮਿਲਿਆ, ਪ੍ਰਧਾਨ ਮੰਤਰੀ ਬਣ ਚੁੱਕਾ ਸੀ, ਅਤੇ ਉਹਨੇ ਕੈਬਨਿਟ ਦੀ ਮੀਟਿੰਗ ਸੱਦ ਕੇ ਉਸ ਵੇਲੇ ਰਾਤ ਦੇ 12 ਵਜੇ ਮਤਾ ਪਾਇਆ ਕਿ ਇੱਥੇ ਜਿਹੜੀ ਚੋਣ ਵਾਜਬ ਨਹੀਂ ਗੀ, ਸਾਰੇ ਇਹ ਜਿਹੜੇ ਪਾੜੇ ਮੁੰਡੇ ਖੜ੍ਹੇ ਆ ਸਾਰੇ ਖਾੜਕੂ ਲੈਣ ਦੇ ਮੁੰਡੇ ਆ, ਕਿਉਂਕਿ ਸਿਆਲਕਾ ਸਾਹਿਬ, ਹਰਮਿੰਦਰ ਗਿੱਲ ਇਹ ਸਾਰੇ ਉਹਨਾਂ ਦੇ ਭਰਾਤਾ ਬਲਵਿੰਦਰ ਸਿੰਘ, ਮੈਨੂੰ ਉਹਨਾਂ ਤਰਨ ਤਾਰਨ ਤੋਂ ਉਮੀਦਵਾਰ ਬਣਾਇਆ ਸੀ, ਉਹ ਕੈਂਸਲ ਕੀਤੀ ਗਈ। ਉਦੋਂ ਬਾਅਦ ਹੋਇਆ ਕੀ ਕਿ 92 ਦੇ ਵਿੱਚ ਫਿਰ ਦੁਬਾਰਾ ਉਦੋਂ ਕਾਂਗਰਸ ਆਪ ਚੋਣ ਮੈਦਾਨ ਵਿੱਚ ਆਈ ਅਤੇ 92 ਦੇ ਵਿੱਚ ਫਿਰ ਉਹ ਇਲੈਕਸ਼ਨ ਦਾ ਐਲਾਨ ਹੋਇਆ ਅਤੇ ਸਾਡੀਆਂ ਜਿੰਨੀਆਂ ਸਮੁੱਚੀਆਂ ਤੇਰੀਆਂ ਆਲ ਇੰਡ ਸਿੱਖ ਫੈਡਰੇਸ਼ਨ ਭਾਈ ਮਨਜੀਤ ਸੋਹਣਾ ਵੀ ਮਾਣੋ ਚਾਲ ਨੂੰ ਪੁੱਛਣ ਦਾ ਵੀ ਨਾ ਸੋਚਿਆ ਅਤੇ ਸਾਰੇ ਬਾਈਕਾਟ ਕੌਮ ਨੇ ਕਰਤਾ। ਜਿਸ ਵੇਲੇ ਭਾਈ ਮਨਜੀਤ ਸਿੰਘ ਇਹਦੇ ਕੋਲ ਬਾਬਾ ਜੀ ਕੋਲ ਗਿਆ ਮਾਣੋ ਚਾਲ ਕੋਲ ਅਤੇ ਉਹਨੇ ਇਹ ਕਿਹਾ ਕਿ ਮੇਰੇ ਮੌਤ ਦੇ ਵਾਰੰਟਾਂ 'ਤੇ ਸਾਈਨ ਕਰਕੇ ਆ ਗਿਆ, ਇਹਦਾ ਮਤਾ ਤੁਹਾਨੂੰ ਤਾਂ ਲੱਗੂਗਾ ਹੁਣ ਜਦੋਂ ਤੁਸੀਂ ਆਪਣੀ ਤਾਕਤ ਕਿਸੇ ਦੇ ਹੱਥ ਦੇਣ ਲੱਗੇ, ਜਾਂ ਸਾਡੇ ਨਾਲ 90% ਲੋਕ ਆ ਅਤੇ ਤੁਸੀਂ 10% ਨੂੰ, ਉਹ ਮੇਰੇ ਜਿਹੜੇ 60 ਸਾਲ ਵਾਲੇ ਵੀਰ ਆ ਬਲਵਿੰਦਰ ਸਿੰਘ ਵੇਠਾ, ਇਹ ਸਾਰੇ ਜਾਣਦੇ ਆ ਕਿ ਉਦੋਂ ਹੋਇਆ ਕਿ 500-500 ਵੋਟ 'ਤੇ MLA ਬਣਿਆ, 92 ਕਾਂਗਰਸ ਦੇ MLA ਜਿੱਤੇ ਅਤੇ ਜੋ ਹਾਲਾਤ ਹੋਏ ਤੁਹਾਡੇ ਸਭ ਦੇ ਸਾਹਮਣੇ ਆ। ਫਰਵਰੀ 15 ਨੂੰ 1992 ਨੂੰ ਉਹ ਜਿਹੜੀ ਭਾਅ ਜੀ ਸਰਕਾਰ ਬਣੀ ਅਤੇ ਜਿੰਨੇ ਮੇਰੇ ਵੀਰ ਸੀ ਨਾ, ਸੁਖਦੇਵ ਸਿੰਘ ਬੱਬਰ, ਧਰਮ ਸਿੰਘ ਕਾਸਤੀਵਾਲ ਜਾਂ ਛੰਦੜਾ ਜਾਂ ਗੁਰਜਰ ਸਿੰਘ ਬੁੱਧ ਸਿੰਘ ਵਾਲਾ, ਇਹ ਮੇਨ ਲੀਡਰ ਵੀਰ ਮੇਰੇ, ਉਹ 6ਵੇਂ ਮਹੀਨੇ ਤੱਕ ਸਾਰੇ ਜਿਹੜੇ ਸੀ ਉਹਨਾਂ ਨੇ ਚੋਣ ਘੱਤੇ, ਕਿਉਂਕਿ ਰੋਜ਼ ਦੇ ਰੋਜ਼ ਵੇਖ ਕੇ 20-20 ਮੁੰਡੇ ਇਕੱਠੇ, 15-15 ਮੁੰਡੇ ਇਕੱਠੇ ਜਿਹੜੇ ਸੀ ਇਹ ਮੁਕਾਬਲੇ ਬਣਾਏ ਗਏ, ਕੁਛ ਸਿਲੰਡਰ ਕਰਕੇ ਅੰਦਰ ਜਾਣ ਡੇ ਪਏ। 8 ਜੂਨ ਨੂੰ ਸੁਰਜੀਤ ਸਿੰਘ ਬਹਿਲਾ, ਉਹਦਾ ਮੁਕਾਬਲਾ ਆਇਆ, ਉਸ ਨੌਜਵਾਨ ਨੇ ਮੁਕਾਬਲਾ ਇਹੋ ਜਿਹਾ ਕੀਤਾ ਕਿ ਇੱਕ ਕੋਠੀ ਦੇ ਵਿੱਚ ਘਿਰਿਆ ਸੀ 32 ਘੰਟੇ, 3000 ਫੌਜ ਦਾ ਜਿਹੜਾ ਆਰਮੀ ਦਾ ਜਵਾਨ ਸੀ ਉਹਨੇ ਦੰਦ ਖੱਟੇ ਉਹਨਾਂ ਦੇ ਕੀਤੇ। ਅਖੀਰ ਜਦੋਂ ਉਹਦੀ ਲਾਸ਼ ਸਾਹਮਣੇ ਆਈ ਅਤੇ ਉੱਥੇ ਆਪਣੇ ਰਾਜਪਾਲ ਵੀ ਰਹਿ ਚੁੱਕਾ ਵਾ ਛਿੱਬੜ, ਜਨਰਲ ਛਿੱਬੜ ਉਹਦੀ ਕਮਾਂਡ ਸੀ, ਉਹਨੇ ਜਿਸ ਵੇਲੇ ਆ ਕੇ ਅਤੇ ਉਹਦੀ ਲਾਸ਼ ਉਦੋਂ ਵੀ 6 ਘੰਟੇ ਸੀ, 32 ਘੰਟੇ ਬਾਅਦ ਵੀ ਜੂਨ ਦੇ ਦਿਨ 4-8 ਜੂਨ ਨੂੰ ਘੇਰਾ ਪਿਆ, 9 ਜੂਨ ਨੂੰ ਉਹ ਲਿਆਂਦਾ। ਉਦੋਂ ਛਿੱਬੜ ਸਾਹਿਬ ਨੇ ਇਹ ਕੀਤਾ ਕਿ ਮੈਂ ਅੱਜ ਅਫਸੋਸ ਆ ਮੈਨੂੰ ਇਸ ਗੱਲ ਦਾ ਕਿ ਇਹੋ ਜਿਹੇ ਨੌਜਵਾਨ ਮੇਰੀ ਇੰਡੀਆ ਦੀ ਆਰਮੀ 'ਚ ਹੁੰਦੇ ਕਿ ਜਿਹੜੇ ਅਸੀਂ ਆਪ ਕਰ ਰਹੇ ਹਾਂ ਇੱਦਾਂ, ਅਤੇ ਸਾਡੀ ਕੀ ਸ਼ਾਨ ਹੁੰਦੀ। ਗੁਰਮੁਖ ਉਹਦੇ ਤੋਂ ਬਾਅਦ ਜੋ ਤੁਹਾਡੇ ਹਾਲਾਤ ਸਾਹਮਣੇ ਆ, 93 ਦੇ ਵਿੱਚ ਬਾਬਾ ਮਾਣੋ ਚਾਲ ਸ਼ਹੀਦ ਹੋਏ, ਅਸੀਂ ਆਪਣਾ ਇਹ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜਾਂ ਫੌਜਾਂ ਜਿੱਤ ਕੇ ਅੰਤ ਨੂੰ 10% ਨੂੰ ਉਦੋਂ ਵੀ ਤਾਕਤ ਦੇ ਕੇ ਅਤੇ ਇਹ ਜਿਹੜਾ ਮੁੱਦਾ ਖਤਮ ਕੀਤਾ। ਅੱਜ ਵਾਲੇ ਮੁੱਦੇ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੇ ਮੂਵੀਆਂ ਵੇਖੀਆਂ, 18 ਤਰੀਕ ਨੂੰ ਬਾਜੇ ਕੇ ਨੂੰ ਜਦੋਂ ਘੇਰਾ ਪਿਆ, ਉਹਨੇ ਨੌਜਵਾਨ ਨੇ ਬੜੀ ਦਲੇਰੀ ਕੀਤੀ ਕਿ ਮੂਵੀ ਪਾਈ ਆਪਣੀ ਕਿ ਮੇਰੇ ਵੱਲ ਗੱਡੀਆਂ ਆ ਰਹੀਆਂ, ਮੈਨੂੰ ਬਚਾ ਲਓ, ਇਹਨਾਂ ਮੈਨੂੰ ਫੜ ਲੈਣਾ, ਮੈਨੂੰ ਲੈ ਜਾਣਾ। ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਸਰਕਾਰਾਂ ਨੂੰ, ਭਾਈ ਜੇ ਤੁਹਾਨੂੰ ਇੱਕ ਪੱਠੇ ਵੱਢਣ ਵਾਲਿਆਂ ਕੋ ਦੇਸ਼ ਬਰਬਾਦ ਹੋ ਜਾਣਾ, ਉਹਨਾਂ ਨੂੰ ਡਿਬਰੂਗੜ੍ਹ ਸੁੱਟਣਾ ਤਾਂ ਬਚੂਗਾ ਕਿੱਦਾਂ? ਦੂਜੇ ਦੇਸ਼ ਨਾਲ ਤੁਹਾਡਾ ਕਿੱਥੋਂ ਮੁਕਾਬਲਾ ਹੋਊਗਾ? ਭਾਈ ਇੱਕ ਪੱਠੇ ਵੱਢਣ ਵਾਲੇ ਲੋਕ ਛਰੇਆਮ ਦਿਸ ਰਿਹਾ ਕਿ ਉਹਨੇ ਨੌਜਵਾਨ ਨੇ ਮੂਵੀ ਪਾਈ ਆ ਕਿ ਮੈਨੂੰ ਲੈ ਚੱਲੇ। ਉਹਦੇ ਤੋਂ ਬਾਅਦ ਜਿੰਨੇ ਆਪਣੇ ਇੱਥੇ ਸ਼ਾਹਕੋਟ ਫੜੇ ਆ, ਉਹਨਾਂ ਕੋਲ ਕਿਸੇ ਕੋਈ ਹਥਿਆਰ ਫੜਿਆ ਜਾਂ ਕੋਈ ਉਹਨਾਂ ਕੋਲ ਕ੍ਰਿਮੀਨਲ ਜਾਂ ਕੋਈ ਕਤਲ ਦਾ ਮਾਮਲਾ ਹੋਵੇ, ਜੇ ਥਾਣੇ ਵਾਲਾ ਮਾਮਲਾ ਇੱਕ ਮਾਮੂਲੀ ਮਾਮਲਾ ਸੀ, ਜਾ ਕੇ ਵੇਖ ਲਓ ਇੱਥੇ 9 'ਚ ਹਰਿਆਣੇ 'ਚ ਕੀ ਹੋਇਆ, ਮਣੀਪੁਰ 'ਚ ਕੀ ਕੁਛ ਹੋਇਆ, ਕਿੰਨੇ ਕਿਸੇ ਦੇ NS ਲੱਗੀ। ਇਹ ਸਿਰਫ ਸਾਡੇ ਸਿੱਖਾਂ ਵਾਸਤੇ ਆ ਭਾਈ, ਪਰ ਚੱਕਰੇ ਆ ਸਾਡੀ ਫੁੱਟ ਜਿਹੜੀ ਸਿਰੇ 'ਤੇ ਰਹੀ ਆ, ਭਾਵੇਂ ਅਸੀਂ ਕਿੰਨੀ ਵੀ ਪ੍ਰਾਪਤੀ ਕਰ ਚੁੱਕੇ ਹਾਂ, ਇੱਕ ਪਰਿਵਾਰ 'ਚ ਫੁੱਟ ਹੋਵੇ, ਆਪਾਂ ਪਰਿਵਾਰਾਂ ਵਾਲੇ ਹਾਂ, ਉਹ ਪਰਿਵਾਰ ਦੀ ਕੋਈ ਬੁਖਤ ਨਹੀਂ ਰਹਿੰਦੀ, ਉਹ ਪਰਿਵਾਰ ਬਰਬਾਦ ਹੋ ਜਾਂਦੇ ਆ।
जिस पिंड च कतलां दे वैर हो पिंड बर्बाद होंदे आ ते जिहड़ियां लहरां जिहड़ियां फुट पै जे लहरां बर्बाद हो जांदियां। सो मैं सारे वीरां नूं बुलारिआं नूं इहो बेनती करनी अखीर आ कि आपां ज्ञानी ना बनीए आत्मक ज्ञानी बनीए, आपां सारिआं नाल लै के चलना। ये जिहड़ी फुट आ बहुत माड़ी आ ते किसी के खिलाफ बोलन की खेचल ना करिए। मैं टाइम ही इसे करके लिया क्योंकि आपां इहदी प्राप्ति करनी आ, क्योंकि जिहड़ा कोई भी आ सानू हर एक नूं जी आया कहना पैना वाहिगुरु जी का खालसा वाहिगुरु जी की फतह। वाहिगुरु बहुत बहुत धन्यवाद भाई अमरजीत सिंह जी बंचड़े जी का। सो हुण मैं बेनती करदा बीबी परमजीत कौर जी नूं कि उह स्टेज ते आ के संगतां नूं संबोधन करन जी। सो अपने विचकार शहीद भाई रसाल सिंह हरफ के जो कि 1984 दे विच दरबार साहब दे विच शहीद होए सी, उहनां दे पोतरे भाई जोरावर सिंह जी अपने विचकार पहुंचे ने अपने जथे समेत। सो उन्हां दा भी विशेष तौर पर धन्नवाद करदे आ, जी आयां नूं आख्या जांदा है। सो हुण मैं बेनती करदा बीबी परमजीत कौर जी नूं। गुरु प्यारी साध संगत जी वाहिगुरु जी का खालसा वाहिगुरु जी की फतेह। साध संगत दे चरणां च बेनती आ कि ये भगवंत मान उदों बीबिया ने आता मैं 1000-1000 रुपया दऊँ। मैं वो नहीं गल करती लैन की, मैं नहीं भी आ बीबिया ने 1000-1000 रुपया देन दिया, मावं तो भैणों सड़क से सवाया ही कि अपनी माँ साडे नाल घर हाँ इतने दस दिन भी साढ़े न सौवें तो तेन पता हो माँ भैन की चीज़ आ। मैनू तो जापदा भी शराब ना रज के सौ रहा, उन्हें कोई पता ही नहीं माँ भैन की चीज़ आ। जे उन्हें सार हो मावं भैन मैं आह गल आना, मैं मावं भैन की इज्जत करना, उदों आंदा कोई बेबती ना होगी कि भैन की इज्जत ना लुट्टी जाऊगी। अज तो तू आप ही सड़कों के लोगों ने सवाउन दिया आ, पहला अं दिल्ली सुते सड़कों के, फिर अं मोहाली सुते, हुण सानू इन्हें इत्थे सवाया है। कोई शर्म नूं हथ मार ला की आ, इन्हां भैन मावं भैन को की लैना है, क्यों इन्हों का वह गल लहू निचोड़न दिया आ। तू किन्ने दिन हो गए भुखियां बैठिया ने बेचारियां, कि उन्होंने कोई अन्न नहीं मूँह नूं ला के वेखिया, हड्ड निचोड़न दिया ना उन्होंने। उदों आंदा मेरा हरियापिया नहीं चलूगा जी दुनिया दे विच, कोई धरना नहीं लगूगा, कोई इत्थे मां बाहर नहीं जाऊगा, मैनूं जापदा बाहर जाण जोगे इन्हें रहन ही नहीं देने, उतरा ही नशियां ने जाड़ देने, घर भी जाड़ दिते ने ते बच्चे भी साढ़े मार दिते ने। एक वारी तो दसे भी मैनूं किहड़ी गल्लों फड़ के अंदर दिता है, कि उहनूं खतरा सी उहदा जदों अजनाले कांड दा नाल आउंदा है, अजनाले कांड च वी असीं नाल ही सां, कोई उहने बंब नहीं लाकना बद्दा, कोई उहने किसे नूं उत्थे गोली नहीं मारी, जां कोई उसने हथियार नहीं चलाया। एक इन्हें अजनाले का हउआ बना लिया है भी अजनाले इन्हें कांड किया, अजनाले इन्हें आह किया, इन्हें जे किया, किन्ने के साडे ने बच्चे फड़ के नजायज जेलों के सुट दिते ने, किन्ने के यह नहीं पता इन्हें जो ना भी दसे या नहीं दसे पता ही नहीं, कोई लापता भी बेचारे जे आए भी नहीं गए घर चो गए ने। तो मैं इन्हों इन यह दसना चाहनी हाँ कि मेरा वह तेरा पंडाला ही काम रहा है, ये तो तू वह कलाकार ही चंगा, तेन मंत्री तो बना लिया असी एवें ही, कोई नहीं। पर गांह मैं यही आनी हाँ ना भी गांह अगे भी तो इन्हें आना ही आना, फिर इन्होंने ये गल करा जो आके मंगूगा वोटा, फिर उन्होंने गल करा भी लिया तू भगवंत मान लो साढ़े जो इतने लिया, फिर अं उन्होंने आने भी तेन वोटा पाने हाँ। तो कोई नहीं इस तरह ही इन्हें फिर सूत्र तो साढ़े ने इदा करता है ना, तो कितना साढ़े को वोटा लै लूगा। इन्हें तो एक पंजाब का बेड़ा ही गर्क कर दिता है, किन्ना कहने नशा कबाब इतने लै आता है, किन्ने कहने घर जाड़ दिते ने, ते साडे ते गुरु पंथ खालसे ते गुरु रामदास दे आसरे नाल ही बैठे हाँ। महाराज का बोलबाला है दिल्ली तख्त पर बहेगी आप गुरु की फौज, छतर चुलेगा सीस पर बड़ी करेगी मौज। वो तो सानू सतगुरु ने देना ही देना है तख्त, वो तो सानू मिलना ही मिलना है, खालसा राज आपे सतगुरु ने देना है सानू। पर इनू मैं यो लानता पाउनी हाँ भी एक बारी तू कि वेख ला सुन ला की माड़ा तेरा कर दिता अं भैणा बीबिया ने, तेन वोटा पा के तेन बंदर नू अपना मंत्री बना लिया है, कुर्सी ते बहा लिया है, जे बहा लिया है ना इनू तो लाउणा भी जानदे आ, लावांगे भी फिर असी, जिसे तरह इनू बहाया है उस तरह ही ये लथेगा। होर इनू की आख लैना किसी ने,
ਕੋਈ ਉੱਥੇ ਸਾਡੀ ਵਾਹ ਨਹੀਂ ਜਾਂਦੀ, ਕੋਈ ਪੇਸ਼ ਨਹੀਂ ਜਾਂਦੀ ਵੀ ਅਸੀਂ ਕਿਹੜਾ ਵੇਲਾ ਆਪਣੇ ਹੱਥਾਂ ਨੂੰ ਦੰਦੀਆਂ ਵੜਦੀਆਂ, ਕਾਹਨੂੰ ਇਹਨੂੰ ਵੋਟਾਂ ਪਾਤੀਆਂ, ਅਸੀਂ 1000 ਰੁਪਈਏ ਨੇ ਇਹਦੇ ਨੂੰ ਅੱਗ ਲਾਉਂਦੇ ਹਾਂ, ਰੁਪਈਏ 1000 ਦੀ ਕਿਹੜੀ ਗੱਲ ਜੇ ਨਹੀਂ ਬੀਬੀਆਂ ਨੂੰ ਦੇਣ ਡਿਆ, 2 ਸਾਲ ਹੋ ਗਿਆ ਭੁੱਖੀਆਂ ਤਾਂ ਨਹੀਂ ਮਰ ਗਈਆਂ, ਖਾ ਨਹੀਂ ਡਏ ਆ ਨਾ, ਉਹ ਜਿਹੜਾ ਮਹਾਰਾਜ ਨੇ ਸਾਡਾ ਲਿਖਿਆ ਉਹ ਤਾਂ ਸਾਨੂੰ ਇਹਨੇ ਦੇ ਦੇਣਾ, ਸਤਿਗੁਰੂ ਨੇ ਰੋਟੀ ਦੇਣੀ ਆ, ਪਰ ਇਹ ਕੁਛ ਤਾਂ ਸੋਚਦਾ ਨਾ ਧੀਆਂ ਭੈਣਾਂ ਬਾਰੇ ਵੀ ਮੈਂ ਭਾਈ ਕੀ ਕਰਨ ਲੱਗਾ, ਕਿਸੇ ਦੀ ਇੱਜ਼ਤ ਨਹੀਂ, ਕੋਈ ਪਾਤ ਨਹੀਂ, ਇੱਥੇ ਚੋਰ ਉਹ ਲੁੱਟੀ ਜਾਂਦੇ, ਦਿਨ ਦਿਹਾੜੇ ਮਾਰੀ ਜਾਂਦੇ, ਕੁੱਟੀ ਜਾਂਦੇ ਲੋਕਾਂ ਨੂੰ, ਆਹ ਇਹਦੀ ਸਰਕਾਰ ਆ, ਸਰਕਾਰ ਕਾਹਦੀ ਹੈ ਇਹਦੀ, ਇਹ ਤਾਂ ਗਦਾਰ ਆ, ਲੋਕ ਕਹਿੰਦੇ ਭਗਵੰਤ ਮਾਨ ਆ, ਮੈਂ ਨਹੀਂ ਇਹ ਭਗਵੰਤ ਸ਼ੈਤਾਨ ਆ, ਇਹ ਸ਼ੈਤਾਨ ਤੋਂ ਬਚੋ ਜਿੰਨਾ ਵੀ ਬਚਿਆ ਜਾ ਸਕਦਾ ਆ, ਇਹ ਨਹੀਂ ਜੇ ਕਿਸੇ ਦੀ ਵੱਸ, ਇਹ ਕੁਰਸੀ ਇਹਦੀ ਹੈ, ਜੇ ਅਸੀਂ ਨਿਭਾਇਆ ਵੀ ਹੈ ਨਾ ਤੇ ਲਾਵਾਂਗੇ ਵੀ ਇਸੇ ਤਰ੍ਹਾਂ, ਜਿਸ ਤਰ੍ਹਾਂ ਦੂਜਿਆਂ ਨੂੰ ਭਜਾਇਆ ਹੈ ਨਾ ਉਸੇ ਤਰ੍ਹਾਂ ਹੁਣ ਇਹਨੂੰ ਵੀ ਭਜਾਵਾਂਗੇ, ਵਾਰੀ ਇਹਦੀ ਵੀ ਆਉਣੀ ਆ, ਫਿਰ ਕੀ ਕਰ ਲੂਗਾ, ਸਾਨੂੰ ਵੇਖ ਲਾਂਗੇ ਨਾ ਭਲਾ ਇਹ ਕੀ ਕਰਦਾ ਆ, ਕਿਸ ਤਰ੍ਹਾਂ ਇਹ ਬਣ ਜਾਂਦਾ ਆ, ਦੁਨੀਆਂ ਹੀ ਇਹਨੂੰ ਬਣਾਉਣ ਵਾਲੀ ਆ, ਇੱਕ ਇੱਕ ਵੋਟ ਕਰਕੇ ਤੇ ਦੁਨੀਆਂ ਹੀ ਹੁਣ ਇਹਨੂੰ ਲਾਉਣ ਵਾਲੀ ਆ, ਕੋਈ ਗੱਲ ਨਹੀਂ, ਇਹ ਸਾਡੇ ਸਤਿਗੁਰੂ ਦੇ ਜਿਹੜੇ ਬਚਨੇ ਉਹ ਤਾਂ ਪੂਰੇ ਹੀ ਹੋਣੇ ਆ ਨਾ, ਕਬੀਰ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਮੋਹ ਮਰਨੇ ਕਾ ਚਾਉ ਹੋਏ, ਮਰੇ ਤੋ ਹਰ ਕੇ ਦਵਾਰ, ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ, ਮਾਰ ਗੋਲੀ ਆ ਤੈਨ ਮੈਂ ਆਂਦੀ ਵੀ ਜੋ ਮਰਜ਼ੀ ਸਾਨੂੰ ਗਾੜੀ ਲਾ ਲਓ, ਵੀਰੋ ਭਰਾਓ ਤੁਸੀਂ ਨਹੀਂ ਤੁਰਦੇ ਡਰਦੇ, ਜਿਹੜੇ ਘਰਾਂ 'ਚ ਬੈਠੇ ਜਿਹੜੀ ਸੰਗਤ ਆਈ ਆ ਉਹਦਾ ਸਤਿਕਾਰ ਆ, ਜਿਹੜੇ ਆਏ ਆ ਸਤਿਕਾਰ ਯੋਗ ਆ, ਜਿਹੜੇ ਨਹੀਂ ਆਉਂਦੇ ਡਰਦੇ ਘਰਾਂ 'ਚ ਵੜੇ ਆ, ਫਿਰ ਅਸੀਂ ਆਪ ਹੀ ਉਹ ਮਾਤਾ ਭਾਗੋ ਦੀਆਂ ਵਾਰਸਾਂ ਆ, ਅਸੀਂ ਆਪ ਹੀ ਹਥਿਆਰ ਚੁੱਕ ਕੇ ਗਾੜੀ ਲਾ ਕੇ ਆਪਣੇ ਬੱਚਿਆਂ ਦੇ ਆਪਣੇ ਵੀਰਾਂ ਦੇ ਤੁਰ ਪਵਾਂਗੇ, ਮਾਰ ਲਈ ਭਗਵੰਤ ਮਾਨ ਨਾ ਜਿੰਨੀਆਂ ਆਪਣੀਆਂ ਮਾਵਾਂ ਭੈਣਾਂ ਨੂੰ ਮਾਰਨਾ ਹੋਊਗਾ, ਸਾਨੂੰ ਕੋਈ ਪਰਵਾਹ ਨਹੀਂ ਹੋ ਮਰਨ ਦੀ, ਕੋਈ ਮੌਤ ਦਾ ਸਾਨੂੰ ਡਰ ਨਹੀਂ ਹੋ, ਤੈਨੂੰ ਇੰਨੀ ਕਿਆਸ ਦਿੱਤਾ ਈ, ਕੋਈ ਗੱਲ ਨਹੀਂ ਆ, ਇਹ ਤਾਂ ਪਤਾ ਲੱਗੂ ਜਦੋਂ ਤੇਰੀਆਂ ਵੋਟਾਂ ਲੈਣ ਆਉਣਗੇ ਨਾ ਤੇਰੇ ਨੁਮਾਇੰਦੇ ਵੋਟਾਂ ਮੰਗਣ, ਉਦੋਂ ਤੈਨੂੰ ਰਾਏ ਪਾਵਾਂਗੇ, ਬਾਕੀ ਸੰਗਤ ਦੇ ਮੈਂ ਜੇ ਕੋਈ ਮੇਰੇ ਕੋਲ ਵੱਧ ਘੱਟ ਬੋਲਿਆ ਗਿਆ ਹੋਵੇ ਖਿਮਾ ਦੀ ਜਾ ਚੁੱਕਿਆ, ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ, ਸਾਡੇ ਜਿਹੜੇ ਬੱਚੇ ਉੱਥੇ ਨੇ, ਜਿਹੜੇ ਸਾਡੇ ਵੀਰ ਭਰਾ ਬੈਠੇ ਆ ਉਹਨਾਂ ਨੂੰ ਸਤਿਗੁਰੂ ਬਾਜਾਂ ਵਾਲਾ ਕਿਰਪਾ ਕਰੇ, ਚੜ੍ਹਦੀ ਕਲਾ ਦੇ ਪਹਿਰੇ ਬਖਸ਼ੇ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਸ਼ਹੀਦ ਸਿੰਘ ਆ ਉਹਨਾਂ ਨੂੰ ਸ਼ਹੀਦਾਂ ਸਿੰਘਾਂ ਦੇ ਪਹਿਰੇ ਬਖਸ਼ੇ, ਇੱਥੇ ਸਾਡੀਆਂ ਮਾਵਾਂ ਭੈਣਾਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਮਿਹਰ ਕਰੇ ਤੇ ਤੰਦਰੁਸਤੀਆਂ ਦੀਆਂ ਦਾਤਾਂ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੀਬੀ ਪਰਮਜੀਤ ਕੌਰ ਜੀ ਦਾ। ਸੋ ਹੁਣ ਮੈਂ ਬੇਨਤੀ ਕਰਦਾ ਸਰਦਾਰ ਚੈਂਚਲ ਸਿੰਘ ਜੀ ਧੌਲ ਜੀ ਨੂੰ ਕਿ ਉਹ ਅੱਗੇ ਆ ਕੇ ਸੰਗਤਾਂ ਨੂੰ ਸੰਬੋਧਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਕਰਮਾਂ ਭਾਗਾਂ ਵਾਲੇ ਵੀ ਹਾਂ ਕਿ ਗੁਰੂ ਕੀ ਨਗਰੀ ਦੇ ਵਿੱਚ ਅਸੀਂ ਬੈਠੇ ਹਾਂ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਬੜ ਜੋਧਾ ਬਹੁ ਪਰ ਪੁਕਾਰੀ, ਜਿਨ੍ਹਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ, ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਤੇ ਇਹ ਅਕਾਲ ਤਖ਼ਤ, ਅਕਾਲ ਪੁਰਖ ਵਾਹਿਗੁਰੂ ਦਾ ਇੱਕ ਤਖ਼ਤ ਤਿਆਰ ਕੀਤਾ, ਜਿਹਨੇ ਦਿੱਲੀ ਦੇ ਤਖ਼ਤ ਦੇ ਨਾਲ ਲੋਹਾ ਲਿਆ। ਦਿੱਲੀ ਦਾ ਤਖ਼ਤ ਜੋ ਜ਼ਾਲਮਾਨਾ ਹਥਿਆਰ ਵਰਤ ਕੇ ਜੋ ਸਾਡੇ ਤੇ ਜਬਰ ਜ਼ੁਲਮ ਕਰਦਾ ਸੀ, ਉਸ ਨੂੰ ਰੋਕਣ ਵਾਸਤੇ ਇੱਥੇ ਅਕਾਲ ਤਖ਼ਤ ਬਣਾਇਆ। ਉਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਾਡਾ ਕਸੂਰ ਕੋਈ ਨਹੀਂ ਹੈ, ਸਾਨੂੰ ਬੇਦੋਸ਼ਿਆਂ ਨੂੰ, ਸਾਡੇ ਬੱਚਿਆਂ ਨੂੰ ਫੜਿਆ ਜਾ ਰਿਹਾ ਹੈ। ਤੇ ਭਾਈ ਅੰਮ੍ਰਿਤਪਾਲ ਸਿੰਘ ਜੀ, ਜੋ ਇਹਨਾਂ ਨੂੰ ਚੰਗਾ ਨਹੀਂ ਲੱਗਾ, ਕਾਰਨ ਇਹੋ ਸੀ ਵੀ ਜੇ ਇਹਨੇ ਇਸ ਤਰ੍ਹਾਂ ਹੀ ਮੁਹਿੰਮ ਚਲਾਈ ਰੱਖੀ ਤੇ ਸਾਲ 6 ਮਹੀਨਿਆਂ ਦੇ ਵਿੱਚ ਜਿੰਨੀ ਵੀ ਨੌਜਵਾਨੀ ਹੈ
वो नशियां दी दलदल विच्चों निकल के अमरधारी हो जाऊगी। अमरधारी हो गए, नाम जपन लग पे, बाणी पढ़न सुन लग पे, अपना सिख कौम दा, अपने पंथ दा इतिहास पढ़न लग पे, फिर इन्हां विच जागृति आ जानी आ। जे जागृति आ गई इन्हां विच ते फिर जिहड़ा कूड़ तूफान दा जिहड़ा जिहड़ा साडा राज असीं चलाई बैठे हाँ ये इन्हां ने रहण नहीं देना। सो इन्हां नूं महक आ गई सी भी जिस तरह भाई अमृतपाल सिंह जी तुरे ने ते जिस तरह नौजवान इन्हां दे मगर लग तुरे ने ते जिस तरह ये वहीर चला रहे ने पिंड पिंड नगर नगर जाके बड़े बड़े शहरां चो जाके अमृत संचार कर रहे ने ते लोग इन्हां दे मगर बहुत हमा हमा के चल पए ने। सो इन्हां नूं चंगा ना लगा, इन्हां ने 60,000 दी फौज लै के घेरा पाया जिवें कि कोई बड़ा खूंखार अतवादी होवे। आपां सब जाणदे हाँ कि भाई अमृतपाल सिंह जी वहीर दे विच सौंदे सी जिथे किते टका हुंदा सी, जां फिर वह अमृतपाल सिंह जी जिद्दण नहीं सी उन्हां नूं वहीर दा मौका मिलदा बाहर किते रहण दा ते अपने घर विच सौंदे सी, उन्हां नूं समन भेज के कोई SHO भेज के कोई DSP भेज के कोई वड्डा अफसर आला अफसर भेज के उन्हां दा दोष दस के उन्हां नूं गिरफ्तार कर सकदे सी, पर एड्डा वड्डा हो हिला क्यों कीता? 60,000 दी फौज जड़ी घेरा पाया उन्हूं ते उन्हूं फड़न वास्ते ये सिर्फ हिंदुस्तान दी सरकार नूं ते हिंदुस्तान दी जड़ी जनता है उसनूं ये विखावा इन्हां ने करना सी भी आही वेखो खूंखार अतवादी जिहड़ा बड़ा वड्डा खालिस्तानी बनिया फिरदा है इसनूं असीं फड़ लिया है ते अपनी वाहवा खट्टण वास्ते अपने हिंदुस्तान दीआं जिहड़ियां हिंदू वोटां नूं उन्हां नूं पोलराइजेशन करन वास्ते इन्हां ने सारा कार्ज कीता है। सो भाई आपां नूं इकट्ठे होना चाहीदा, रोज़ आउण दा मौका भी मिलदा, बोलण दा भी मौका मिलदा, रोज़ उही विचार तुहानूं कहने पैंदे आ, फिर कहना पैंदा है कि भाई घरां विच ना बहिए, अज लोड़ है सानूं इत्थे कट्ठे रूप विच एकत्रता करन दी सारी जथेबंदियां नूं। फिर मैं रोज़ दी तरह अज भी बेनती करदा सारियां संपर्दावां नूं हाथ जोड़ के उन्हां दे अगे बिने बेनती है, तरला है, मिन्नत है, अर्ज है, बेनती है कि भाई साडा सारिआं दा फर्ज बनदा है। जदों उन्हां दी दस्तारबंदी होई सी ते रोडे पिंड विच किते तिल सुट्टिआं पुंजे नहीं सी डिगदा, उत्थों रोडे पिंड दे लोग कहिंदे सी भी धन पा गया कोई सूरमा उठिआ वा ते अपनी नौजवानी नूं नाल लै के तुरिआ, अपने पंथ दे दर्द नूं समझिआ इसने ते इह नाल लै के तुर के ते अपने कौम दा कोई भला करेगा, पंथ दा कोई भला होण वाला है। ते उह बड़ियां सानूं वधाइयां देंदे सन भी अज असीं संतां दे पूरे होण तों बाद शहीद होण तों बाद अज पहली वारां जिहड़ा एड्डा वड्डा जिहड़ा अपना इकट्ठ वेख्या संगतां दा, ते बड़ी आस सी सानूं, बड़ी आस दी किरण जागी सी भी साडे नौजवान अज सुधर जाणगे, नशियां दी दलदल विच्चों निकल जाणगे ते गुरु महाराज दे वारस बन जाणगे। सो बजुर्ग हाँ, 70-72 सालां दी उम्र हो गई है, कृपान मैं चुक नहीं सकदा, बेनतियां जरूर कर सकदा हाँ संगतां नूं, नगर निवासियां नूं, बाकी सारे लागे लागे दे जिहड़े अमृतसर दे लागे लागे नगर निवासी ने उन्हां दे चरणां विच बेनती करदा वी भाई साडी गिणती सारिआं नालों घट है, आ मालवे दे लोग साडे नालों ज़्यादा इत्थे आ रहे ने जिन्हां नूं दूर दराडा पैंदा है, दूर दराडे तों इत्थे आण के लोग अपनी संगतां दे विच हाजरी भर के अपना जो हक बनता है पंजाब दे पंथ दे हकां दी राखी करन वास्ते इत्थे जुटे होए ने। ते सानूं की गल है, सानूं नगर निवासियां नूं अमृतसर दे खास करके रहण वालियां नूं मैं सारिआं नूं बेनती करदा घरां विच ना बैठिया करो, इत्थे मोर्चे विच हाजरी लवाओ तां कि आ जिहड़ी बोली कन्नी अन्नी बोली सरकार है इस दे कन्नां विच जूं सिरके इहनूं पता लगे भी साडे नाल धोखा हो रिहा है, साडे ते जुल्म हो रिहा है, साडे अत्याचार हो रिहा है। आ बीबी भैण मेरी आ जो गल्लां कह के गई आ, मेरे हिसाब नाल इहनूं शर्म नाल मर जाणा चाहीदा इह भगवंत मान नूं, इहदे अपने हिरदे दे गहरे तल तों इन्ने ने बदमावां निकल रहीआं ने इहनां परिवारां दीआं, इह जो इह अपने सच्ची लड़ाई लड़ रहे ने, हक्कां दी लड़ाई लड़ रहे ने, इन्हां दे ना बच्चियां दा कसूर ना इन्हां दा कोई कसूर, सानूं फिर भुखड़ ताल ते क्यों इन्ने भुखे भाणे भाया वा, इन्ने दिनां तों असीं इंसाफ मंग रहे हां
पर इन्हां नूं कोई पता नहीं लगता, ये अपने रात नूं शराब प्याले दे विच पी के धुत हो के लगता भी सौ जांदा है, इहनूं कोई शर्मसार नहीं हैगी। सो मैं दो चार लाइनां जिहियां लिखियां सी भाई अमृतपाल सिंह जी बारे, जां जिस तरह का माहौल सिरजिया है, मैनू कुछ लिखण दा जज्बाती है मन, किसे वेले को गुरु महाराज दे अगे हाथ जोड़ के बिने बेनती करिए तो लिखण दी भी तफीक दे दे दिंदा, तो फिर बोलण दी भी गाउण दी भी कह दिंदा, अपना खुशी दे दिंदा वा। सो मैं गल कर रहा कारोबार जो करदे ने नशियां दा, हो कारोबार जो करदे ने चिट्टियां दा, लख लानता ऐसे गंदियां नूं, जवान पुत्तां दी अर्थी नूं दियो मोडा, मजबूर कर देने बुढ़े बंदियां नूं। जे कदे चिट्टा ना होवे इत्थे किसे दी जुरत हैगी आ भी अपने तिना तिना पुत्तां दे अर्थियां नूं मोढ़िआं ने मोढ़े दित्ते ने कई बजुर्गां ने चिट्टियां दे करके, एक मरिया दूजे नूं भी लुत्त ला गया, तीजे नूं लुत्त ला गया, ते इस तरह साडे घरां दे घर खाली हो रहे। इहनूं शर्म आउणी चाहीदी, जिहड़ा कम इहने करना सी उह भाई अमृतपाल सिंह जी ते उहदे साथी कर रहे ने, ते जो इह वी इहनां नूं चंगा नहीं लगा, हद होई आ। अगे लिखिया जी, नशे बंद करदा सिंह सजाई जावे, हो नशे बंद करदा सिंह सजाई जावे, तरत पंजाब ते अमृत पाल आया, लगा चंगा ना पंथ दे दोखियां नू, केरा पाया जेवें बन के काल आया। इन्हां नू इंजी लगा भी जेवें साडी इह मौत दा समान लै के आ गया, एवें 60,000 बंदियां दी फौज दे धाड़वी बन के इन्हां ने उन्हूं घेरा पाया। पर शर्म वाली गल, इन्हां दी फौज वास्ते 60,000 बंदियां दे उन्हां ते लानता ने, और फिर भी भाई अमृतपाल सिंह नूं फड़ नहीं सके। नौजवानी नूं जो ने गर्क कर दे, मनुखवाद दा कर दे ने कान लोको, वग दे वेण चों पुत बचा लऊगा, अमृतपाल ते सानू है माण लोको, वग दे वेण चों हो वग दे वेण चों पुत बचा लऊगा, अमृतपाल ते सानू है माण लोको। देखो इतिहास इस गल का गवाह है, लोग भावें 85% कहन भावें 90% कहन, पर मैं घटा के भी बेनती करा इदों थले नहीं, साडियां कुरबानियां 80% तो वध कुरबानियां असी दित्तियां ने, सिख कौम दे सिंघां ने सिर लाए ने 80%। 113 बंदियां नूं फांसी की सज़ा हुई, जिहदे विचों 93 सिख सन, 2600 बंदियां नूं काले पानी की सज़ा हुई, उहदे विचों 2100 सिंघ जिहड़े सी उह गुरू दे सिख सन। आ जिहड़ा इत्थे 1300 बंदे का घाण होया जलियां वाले बाग दे विच, उहदे विचों भी तकरीबन 750 बंदा जिहड़ा सीगा सिख भाईचारे नाल संबंध रखदा सी। जे असीं इन्नियां कुरबानियां दित्तियां ने, असीं गुलाम हो जे असल विच सही माणियां विच तुसीं समझ सच करके जाणियो,
ਵੀ ਸਨ 47 ਤੋਂ ਬਾਅਦ ਅਸੀਂ ਪੂਰੇ ਗੁਲਾਮ ਹੋ ਗਏ ਹਾਂ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਸਮਝਦੇ ਹਾਂ ਉਦੋਂ ਅਸੀਂ ਅੱਧੇ ਕੁ ਗੁਲਾਮ ਸੀ ਅਤੇ ਅੱਧੇ ਆਜ਼ਾਦ ਸੀ, ਪਰ ਜਦੋਂ ਸਨ 47 ਤੋਂ ਅਸੀਂ ਇਹਨਾਂ ਨੂੰ ਕੁਰਬਾਨੀਆਂ ਕਰਕੇ ਇਹਨਾਂ ਨੂੰ ਦੇਸ਼ ਆਜ਼ਾਦ ਕਰ ਦਿੱਤਾ ਅਤੇ ਇਹਨਾਂ ਕਾਲੇ ਅੰਗਰੇਜ਼ਾਂ ਨੂੰ ਜਦੋਂ ਦਾ ਅਸੀਂ ਭਾ ਦਿੱਤਾ ਇੱਥੇ ਉਦੋਂ ਦੇ ਅਸੀਂ ਸਮਝ ਲਓ ਵੀ ਅਸੀਂ ਪੂਰੇ ਤਰ੍ਹਾਂ ਗੁਲਾਮ ਹੋ ਗਏ ਹਾਂ। ਸਾਨੂੰ ਬੇਦੋਸ਼ੀਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਸਾਡੇ ਗਲਾਂ 'ਚ ਟਾਇਰ ਪਾ ਪਾ ਕੇ ਸਾਨੂੰ ਸਾੜਿਆ ਗਿਆ, ਜਦੋਂ ਕਿ ਸਾਡਾ ਕੋਈ ਦੋਸ਼ ਹੀ ਕੋਈ ਨਹੀਂ ਸੀ। ਦਿੱਲੀ ਕਾਂਡ ਬਕਾਰੋ ਅਤੇ ਹੋਰ ਦੇਸ਼ ਦੇ ਹਿੱਸਿਆਂ ਵਿੱਚ ਦੇਖੋ ਸਾਡਾ ਕਿਤਨਾ ਸ਼ਰੇਆਮ ਸਾਡਾ ਕਤਲੋ ਗਾਰਤ ਕੀਤਾ ਗਿਆ। ਜੇ ਕਿਸੇ ਭਾਈ ਨੇ ਗੁਰਸਿੱਖ ਵੀਰ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਮੜੀਆਂ ਦੇ ਅੰਕੜੇ ਲਏ RTI ਪਾ ਕੇ ਅਤੇ ਉੱਥੇ 25,000 ਲਾਵਾਰਸ ਲਾਸਾਂ ਜਿਹੜੀਆਂ ਇਹਨਾਂ ਨੇ ਆਪਣੇ 8-10 ਸਾਲਾਂ ਦੇ ਵਿੱਚ 25,000 ਲਾਵਾਰਸ ਲਾਸਾਂ ਛਾੜੀਆਂ। ਉਹ ਕਿੰਨਾਂ ਦੀਆਂ ਲਾਸ਼ਾਂ ਸੀ? ਆਪਣੇ ਸਿੱਖ ਯੋਧੇ ਸੀ, ਆਪਣੇ 10-15 ਸਾਲ ਤੋਂ 30-30 ਸਾਲ ਦਾ ਨੌਜਵਾਨ ਇਹਨਾਂ ਨੇ ਛੱਡਿਆ ਨਹੀਂ 10-15 ਸਾਲਾਂ ਦੇ ਵਿੱਚ, ਅਤੇ ਸਾਡੇ ਨਾਲ ਇਹਨਾਂ ਨੇ ਕੀ ਨਹੀਂ ਕੀਤਾ। ਸੋ ਲਿਖਿਆ ਜੀ, ਦੇਸ਼ ਕਾਮਲੀ ਅਸਾਂ ਨੇ ਸਿਰ ਵਾਰੇ, ਉਹ ਦੇਸ਼ ਕਾਮਲੀ ਅਸਾਂ ਨੇ ਸਿਰ ਵਾਰੇ, ਕੌਮੀ ਪਰਵਾਨੇ ਹਾਂ ਅਸੀਂ ਇਨਸਾਨ ਲੋਕੋ, ਹੋਇਆ ਜਿਨ੍ਹਾਂ ਦਾ ਕਦੇ ਨਾ ਵਾਲ ਵਿੰਗਾ, ਸਤਾ ਮੱਲ ਬੈਠੇ ਇਹ ਸ਼ੈਤਾਨ ਲੋਕੋ, ਹੋਇਆ ਜਿਨ੍ਹਾਂ ਦਾ ਕਦੇ ਨਾ ਵਾਲ ਵਿੰਗਾ, ਸਤਾ ਮੱਲ ਬੈਠੇ ਇਹ ਸ਼ੈਤਾਨ ਲੋਕੋ। ਅੱਜ ਸਾਨੂੰ ਰਾਸ਼ਟਰ ਗੈਰ ਰਾਸ਼ਟਰ ਵਿਰੋਧੀ ਅੱਤਵਾਦੀ ਐਕਸਟ੍ਰੀਮਿਸਟ ਟੈਰਰਿਸਟ ਪਤਾ ਨਹੀਂ ਜਿਹੜੇ ਜਿੰਨੇ ਵੀ ਇਹਨਾਂ ਕੋਲ ਮਾੜੇ ਲਫ਼ਜ਼ ਨੇ ਨਾ, ਮਾੜੇ ਲਫ਼ਜ਼ ਨੇ ਉਹ ਸਾਡੇ 'ਤੇ ਟਕਾਉਂਦੇ ਨੇ, ਸਾਨੂੰ ਮਾੜਾ ਕਹਿੰਦੇ ਨੇ, ਹਾਲਾਂਕਿ ਆਪ ਇਹ ਗੈਰ ਰਾਸ਼ਟਰਵਾਦੀ ਨੇ, ਅੱਤਵਾਦੀ ਇਹ ਨੇ ਜਿਨ੍ਹਾਂ ਨੇ 3 ਦਿਨਾਂ ਦੇ ਵਿੱਚ 3,000 ਆਪਣਾ ਬੇਦੋਸ਼ਾ ਸਿੱਖ ਦਿੱਲੀ ਦੇ ਵਿੱਚ ਹੀ ਮਾਰ ਦਿੱਤਾ। ਅਤੇ ਇਹ ਅੱਤਵਾਦੀ ਨਹੀਂ, ਇਹ ਰਾਸ਼ਟਰਵਾਦੀ ਅਜੇ ਵੀ ਬਣੇ ਰਹਿੰਦੇ ਨੇ, ਬਣੇ ਫਿਰਦੇ ਨੇ। ਅਤੇ ਜਿਹੜੇ ਕਤਲ ਹੋਏ ਹਾਂ ਅਸੀਂ, ਸਾਨੂੰ ਟੈਰਰਿਸਟ ਅਤੇ ਅੱਤਵਾਦੀ ਕਹਿ ਰਹੇ ਨੇ। ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਇਹੀ ਕਸੂਰ ਸੀਗਾ ਵੀ ਬੱਚੇ ਜਵਾਨੀ ਬਚਾਉਣੀ ਹੈ, ਬੱਚੇ ਬਚਾਉਣੇ ਨੇ, ਆਪਣੀ ਨਸਲ ਨੂੰ ਬਚਾਉਣਾ ਹੈ, ਇਹੀ ਕਸੂਰ ਸੀਗਾ ਉਹਦਾ, ਜਿਸ ਕਰਕੇ ਉਹਨੂੰ ਵੀ ਡਿਬੜੂ ਜੇਲ੍ਹ ਵਿੱਚ ਭੇਜਿਆ ਗਿਆ ਹੈ। ਉੱਥੇ ਵੀ ਉਹਦੇ ਨਾਲ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ, ਗੈਰ ਸੰਵਿਧਾਨਕ ਜਿਹੜਾ ਉੱਥੇ ਵਿਹਾਰ ਕੀਤਾ ਜਾ ਰਿਹਾ ਹੈ, ਉੱਥੇ ਹਿਡਨ ਕੈਮਰੇ ਲਾ ਕੇ ਉਹਨਾਂ ਨੂੰ ਜਲੀਲ ਕਰਨ ਵਾਸਤੇ, ਉਹਨਾਂ ਦੀਆਂ ਨੰਗਿਆਂ ਦੀਆਂ ਫੋਟੋ ਜਾਂ ਕਿਸ ਤਰ੍ਹਾਂ ਦੀਆਂ ਫੋਟੋ ਉਹਨਾਂ ਦੀਆਂ ਲੈਣ ਵਾਸਤੇ, ਉਹਨਾਂ ਨੂੰ ਜਲੀਲ ਕਰਨ ਵਾਸਤੇ ਇਹਨਾਂ ਨੇ ਸਭ ਜਿਹੜੇ ਪ੍ਰਪੰਚ ਰਚੇ ਨੇ। ਸੋ ਇਸ ਜਬਰ ਨੂੰ, ਜ਼ੁਲਮ ਨੂੰ, ਅੱਤਿਆਚਾਰ ਨੂੰ ਠੱਲ ਪਾਉਣ ਵਾਸਤੇ ਅਤੇ ਉਹਨਾਂ ਦੇ ਪਰਿਵਾਰਾਂ ਨੇ ਜੋ ਇੱਥੇ ਭੁੱਖ ਹੜਤਾਲ 'ਤੇ ਬੈਠੇ ਨੇ 12-13 ਦਿਨ ਤੋਂ, ਇਹਨਾਂ ਨੂੰ ਇਸ ਜਿਹੜੀ ਸਰੀਰਕ ਤੌਰ 'ਤੇ ਵੀ ਇਹ ਕਮਜ਼ੋਰ ਹੋ ਚੁੱਕੇ ਨੇ, ਇਸ ਜ਼ੁਲਮ ਜਬਰ ਅੱਤਿਆਚਾਰ ਦੇ ਖਿਲਾਫ ਖੜਨ ਵਾਸਤੇ ਸਾਰੇ ਭੈਣ ਭਰਾਵਾਂ ਨੂੰ, ਸਾਰੀਆਂ ਸੰਪਰਦਾਵਾਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ, ਖਾਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਮੈਂ ਬੇਨਤੀ ਕਰਾਂਗਾ ਵੀ ਇਹ ਸਮਝੋ ਵੀ ਤੁਸੀਂ ਕਿਸ ਮਹਾਨ ਪਦਵੀ 'ਤੇ ਬੈਠੇ ਹੋ। ਜੇ ਤੁਸੀਂ ਨਹੀਂ ਸਾਡੇ ਦਰਦ ਨੂੰ ਸਮਝੇ ਤਾਂ ਹੋਰ ਕਿਹੜਾ ਸਮਝੂਗਾ? ਤੁਸੀਂ ਕੋਈ ਇੱਥੋਂ ਵੱਡੀ ਕਾਲ ਦਿਓ ਸਾਨੂੰ, ਸਿੱਖ ਸਮੂਹ ਸੰਪਰਦਾਵਾਂ ਨੂੰ, ਸਮੂਹ ਜਥੇਬੰਦੀਆਂ ਨੂੰ, ਸਮੂਹ ਪੰਥ ਨੂੰ, ਸਮੂਹ ਕੌਮ ਨੂੰ ਇੱਕ ਸੰਦੇਹ ਦਿਓ, ਅਸੀਂ ਕਿਉਂ ਨਹੀਂ ਮਰਨ ਮਿਟਣ ਲਈ ਤਿਆਰ ਹੋਵਾਂਗੇ, ਅਸੀਂ ਇਕੱਠੇ ਹੋ ਕੇ ਮੋਰਚਾ ਲੜਾਂਗੇ। ਆਹ ਜਿਹੜੀ ਗੱਲ ਆ ਇਹ ਤਾਂ ਸਾਡੇ ਵਾਸਤੇ ਦਿਨਾਂ ਦੀ ਖੇਡ ਆ, ਕੁਛ ਦਿਨਾਂ ਵਿੱਚ ਹੀ ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਜਿਹੜੇ ਇੱਥੇ ਪੰਜਾਬ ਦੇ ਜੇਲ੍ਹਾਂ ਵਿੱਚ ਸਾਡੇ ਬੰਦ ਨੇ ਸਿੰਘ ਬੇਦੋਸ਼ੇ, ਇਹਨਾਂ ਨੂੰ ਛਡਾਉਣ ਵਾਸਤੇ ਜੇ ਕੋ ਭਾਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਾਰ ਵਾਰ ਇਹੀ ਬੇਨਤੀ ਹੈ, ਮੈਂ ਤਾਂ ਰੋਜ਼ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਆਪਾਂ ਰੋਜ਼ 5-5 ਜਾਂ 10-10 ਦੇ ਸਿੰਘ ਇੱਥੋਂ ਜਥੇ ਬਣਾ ਕੇ ਭਾਈ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਮਹਾਨ
जथेदार ने साडे उच्च पदवी के मालक ने उन्हां दे अगे जथे बन जथे रूप में जाके रोज बेनती करिया करिए ताकि उन्हां नूं कुछ साड़ी के लज्जा आवे उन्हें धर्म की राखी वास्ते कोई निकल बार कोई कौम नूं संदेशा देन पंथ नूं संदेशा देन ये मोर्चे नूं सफल करिए ते इन्हां जिहड़े बेदोशे सिंह ने इन्हां नूं जेलां चों बाहर कराइए ते NSA वर्गियां जिहड़ियां बिल्कुल नाजायज जिहड़ियां गैर डेमोक्रेटिक गैर लोकराजी जिहड़ियां साडे ते धरामां लाईआं गईआं ने इन्हां तों अपने सिंघां नूं बचाइए। सो इन्नीआं बेनतीआं करदा होइआ मैं सारिआं तों माफ़ी का जाचक हाँ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਨਾਰੇ ਮੈਂ ਬੁਲੰਦ ਕਰਾਂਗਾ ਤੁਸੀਂ ਮਗਰ ਜਿੰਨੀ ਜੇ ਤਾਂ ਮੇਰੀ ਆਵਾਜ਼ ਵਿੱਚ ਦਮ ਜ਼ਿਆਦਾ ਹੋਇਆ ਤਾਂ ਉਨੀ ਹੀ ਦਮ ਦੇ ਨਾਲ ਤੁਸੀਂ ਉਸ ਨਾਰੇ ਦਾ ਜਵਾਬ ਦੇਣਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ राज करेगा आकी रहे ना कोई आकी रहे ना कोई। सो बेनती करदा हां सारिया संगतां दा धन्नवाद है तुसीं आण के बैठे हो भावें थोड़े हो पर है सच्चे सुच्चे हो धर्म वाले हो तुहाडा सारिया दा आया दा स्वागत है। वाहिगुरु जी का खालसा श्री वाहिगुरु जी की फतेह जी। बहुत बहुत धन्यवाद सरदार चंचल सिंह जी धौल जी का जो पहले दिन तो इतने साडे नाल मोढे नाल मोढा ला के खड़े ने पंथ का दर्द रखते ने परिवार नाल पंथ नाल खड़े ने। सो फिर धन्यवाद करदे आ। हुण मैं बेनती करदा भाई हरदीप सिंह जी जो राजस्थान तो अपने विचकार पहुंचे ने जथे समेत वो स्टेज ते अगे आके संगतां नूं अपने विचार पेश करना उस तो बाद एक दो बुलारे होर ने उस तो बाद आपां चंडी दी बार बाणी दा जाप करके स्टेज दी समाप्ति करांगे। सो हुण मैं बेनती करदा भाई हरदीप सिंह जी राजस्थान जी। वाहेगुरु जी का खालसा वाहेगुरु जी की फतेह। संगतां दा बहुत बहुत धन्नवाद इत्थे पहुंचण ते पर संगत जिनी आनी चाहिए थी उन्नी नहीं आई। इतने बेनती करते हैं असी मालवा एरिया राजस्थान तो आए हुए हैं इतों मन के चलो भी 300-250 किलोमीटर पैंता तो तुम इतों को उठ के नहीं आ सकते बड़ी शर्म वाली गल आई। ये बेनती करते हैं जमीर जगाओ तो वध तो वध इतो तो भाई साहब का तुम्हें पता ही है भी नशा छड़ा रहे थी खाल अमृत छका रहे थे खालसे सजा रहे थे ते उन्हां दा करके उन्हां ते NSA लग्या हैगा उन्हां दा कोई किड्डा कसूर सी किड्डी गल सी कोई NSA उन्हां ते बंदा ही नहीं सी पहली गल तां ते जे लाता तां हुण आपां इकट्ठे हो गए एक एक निशान थले इकट्ठे हो गए आपां संघर्ष लड़ गए ते आपां उन्हां नूं बाहर कढ गए छेती तों छेती। ते वाहिगुरू जी का खालसा वाहिगुरू जी की फतेह। जी वाहिगुरू खालसा वाहिगुरू जी की फतेह। तो यार एक असी बस बैठे से है ना कहते बोलना तो हूँ समझ नहीं आती भी की बोलना बस एकदम ही हो गया तो असी यही सी आपके विचार रखते सी चलो जो कर लग गया ना गल्ला भी साड़िया नज़रों के बच्चे ये साढ़े सारे दे भी संगत की गल दस दें जो असी जिहड़ी चीज़ भाफ रहे हैं भी जिहड़ा फील कर रहे हैं तो साढ़े आप का भी थोड़ा जिहा इहदे विच भी जिहड़ा आपां हुण बैठे हाँ इहदा साडे मुताबक भी रत्ती भर भी नहीं फर्क पै रहा सरकार ते है ना कोई जूं ही नहीं सरक रही ना उन्होंने कोई मीटिंग मूटिंग कोई इत्थों दा प्रशासन भी नहीं कोई आ रहा है ना कोई ना आपां देखी नहीं हैगा कोई भी छोटे तो छोटा तां करके असी परिवार मूहरे भी ये भी बेनती करते हैं भी तुसीं इह चीज़ां नूं ध्यान च रखो जिहड़ी चीज़ संगत चाहुंदी है भी संगत नाल भी ये चीज़ गल की जाए क्योंकि ये साढ़े आपदे भी विचार है तो साढ़े सारिया के तो संगत दे विच भी हरेक बंदा यही गल करता है भी कोई एक्शन भी परिवार वालों कोई लिखा जाए भी जिदे नाल थोड़ा मोटा सरकार के कन्ना ते जू सरके है ना भी थोड़ा मोटा पता लैन पे जे भी एक होर गल क्लीयर कर दें भी किसी भी साढ़े तो मनसा इदा नहीं हैगी भी कोई मोर्चे ढा लग जाए जा होर
पर असल जिहड़ा असी आपदा आगू का भी करैक्टर किरदार संभाल के रखना है। भाई अमृतपाल सिंह दा जिदा किरदार है वो साडा फर्ज बनता है भी ओदा ही असी करिए ते असी भी उन्होंने जथेबंदी के वारस पंजाब के जथेबंदी के मैंबर फिर ही अपने आप नूं मन्नांगे भी जे कोई थोड़ा मोटा जिवें उन्होंने दस्सिया कॉल दी आपां तो उह तों थोड़ा मोटा असर करिए तो यही बेनती सीगियां है ना भी बह के संगतां नाल गल की जाए यह रोस है सरकारां दा तां सुनो पति उन्हां कोई एक परसेंट भी इधर ध्यान नहीं है बस उन्होंने आए हैं बस बैठे हैं ठीक है वो तुम देख ही लिया उन्होंने सच इत जो बंदे बैठे आ ना सच लिए बैठे आ सारी संगत सच में तो उन्होंने एक पासे करता वो तुम इन्होंने हम वायरल हो जाए वीडियो भगवंत मान दियाँ तो वह कि उत्थे मान लो आपस में है ना किमें वह कि लैंगो तो उतरे हुए भी मुख्यमंत्री हो गए तो गाहले भी वह भी वो गाहले कि सच्चे आ गाहले गाहले ने जो कुछ किया हो करके उदा लैंगो वरत रहे ना गाहले हो जे आ तो जे ये भी हो जे आ सारी बस दले मली है सिस्टम तो बस असी तो कोई यह एक्शन असी तो खड़े हाँ परिवार के नाल खड़े हाँ परिवार सानू कोई यह वधिया कोई एक्शन जिहड़ा वो खड़े भी साढ़े तो कोई जिमें जिमें होगी देखी जाऊगी असी परिवार के नाल खड़े हाँ कोई एक्शन देन कॉल देन कोई असी यही बेनती करते हैं। वाहिगुरु जी का खालसा वाहिगुरु जी फतेह। गुरु प्यारी साध संगत जी फतेह दी सांझ पाईए वाहेगुरु जी का खालसा वाहेगुरु जी की फतेह। सारे ही नौजवानों के अंदर एक जज्बा भी कुछ करके दिखाइए लेकिन जो परिवार सानू हुक्म करूंगा असी उहदे चलना है। कुछ साडे नौजवान लीडर उरे कट्ठ लेके आउंदे ने उदों मुड़ के दिखाई भी नहीं दिंदे असी उहनां नूं आवाज मारदे आ भाई लखा सिंह सदाणा भाई भाना सिद्धू भाई भाने सिद्धू जदों तैनूं पुलिस चाके लै गई सी असी अड्डियां चाके जोर ला सकदी तैनूं छड़ाउण वास्ते ना असी जानां दी परवाह करी ते ना अगे करिए लेकिन अज सानूं जरूरत है सारे नौजवानां दी इत्थे मोर्चे च आपां एकजुट होईए ते इक वड्डी कॉल दित्ती जावे जिन्हें उस दिन दिती सी संगरूर भगवंत मान की कोठी घेरन की। सारे भरावां नूं परविंदर सिंह साडा झोटा बई वह भी छे तो छेती सारे कट्ठे हो गए पहुंचो बई झोटे दे जथे दे बंदे उरे पक्के पहरे दे ने लेकिन अज एकजुट होण की जरूरत है कितने और ना हो गए तुम किसानी मोर्चे उत्तर 100% दे जावो इतने 1% भी ना देना। जे किसी शरीर का नुकसान हो गया सोनू एक गल कहना अगे हो गए फिर किसी मजे देना अख जरो ड्रामा ना करो इतने आगे आना अज खड़ना अज खड़ो अज जरूरत है बाद च जो किसी सिंह का नुकसान हो जाता जो भाई दीप सिद्धू ने सोनू जगाने की कोशिश की अखा मीच के रखी कन्न बंद रखे जो इस सिंह ने इस जालम सरकार ने कोई कोई शहीद किया तो सोनू दिखाया गया एक्सीडेंट तुम वो सच मन लिया ने जेड़े दर्दी से जिन्होंने सच का पता सी संस्कार दे भी बहुत ज्यादा रहे तो गुरु साहब ने एक गल कही
ਵੀ ਗੁਰੂ ਸਾਹਿਬ ਸਾਡੇ ਕਤਲੋਂ ਬੁਲਾਵੋ। ਅੱਜ ਉਹ ਸੰਗਤ ਕਿੱਥੇ ਹੈ? ਬਹੁਤ ਵੱਡਾ ਕੱਟ ਸੀ, ਤਿੰਨ ਸਿੱਟੂ ਨੂੰ ਵੀ ਜਗ੍ਹਾ ਨਹੀਂ ਸੀ। ਉਹ ਸੰਗਤ ਕਿੱਥੇ ਹੈ? ਤੁਸੀਂ ਕਿਸੇ ਸਰੀਰ ਦਾ ਨੁਕਸਾਨ ਹੀ ਚਾਹੁੰਦੇ ਹੋ ਤਾਂ ਸਾਨੂੰ ਦੱਸ ਦੋ, ਅਸੀਂ ਤੁਹਾਨੂੰ ਖੂਨ ਭੇਟ ਕਰ ਦਾਂਗੇ। ਜੇ ਤੁਸੀਂ ਖੂਨ ਡੋਲਣ ਦੀ ਜਗਣਾ ਤਾਂ ਅਸੀਂ ਸ਼ਹੀਦੀ ਦੇਣ ਨੂੰ ਤਿਆਰ ਹਾਂ। ਲੇਕਿਨ ਜੇ ਕਿਸੇ ਮਾਤਾ ਦੀ ਨੁਕਸਾਨ ਹੋ ਗਿਆ ਜਾਂ ਜੇਲ੍ਹ 'ਚ ਬੈਠੇ ਕਿਸੇ ਵੀ ਸਿੰਘ ਦਾ ਨੁਕਸਾਨ ਹੋ ਗਿਆ ਤਾਂ ਫਿਰ ਉੱਥੇ ਰਾਜਨੀਤੀ ਕਰਨਾ ਜੀ, ਇਹ ਸਾਰਿਆਂ ਨੂੰ ਤਾੜਨਾ ਕਰਨਾ। ਅੱਜ ਖੜੋ, ਜਿਉਂਦੇ ਨਾਲ ਖੜੋ, ਤੁਹਾਨੂੰ ਕੋਈ ਫਾਂਸੀ ਨਹੀਂ ਲਾਉਂਦਾ। ਮਰਨਾ ਸੱਚ ਹੈ, ਇਹ ਮੌਤ ਦੇ ਭੈਣ ਤੋਂ ਮੁਕਤ ਹੋਣਾ ਪੈਣਾ। ਐਵੇਂ ਬੇਨਤੀਆਂ ਮਨਜ਼ੂਰ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪੂਰਾ ਗੱਜ ਕੇ ਜਗਾਰਾ ਵੀ ਲਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਿੰਘ ਸਾਹਿਬ ਭਾਈ ਸੁਖਮੀਤ ਸਿੰਘ ਜੀ ਪਹਿਲਾਂ ਵੀ ਇੱਥੇ ਹਾਜ਼ਰੀ ਭਰਦੇ ਨੇ, ਹੁਣ ਵੀ ਇੱਕ ਕਵਿਤਾ ਲਾਉਣੀ ਹੈ ਗੋਲਦਮਾਲੇ, ਤੇ ਉਸ ਤੋਂ ਬਾਅਦ ਚੰਡੀ ਦੀ ਵਾਰ ਬਾਣੀ ਦਾ ਜਾਪ ਹੋਵੇਗਾ ਜੀ। ਸੋ ਧਿਆਨ ਨਾਲ ਕਵਿਤਾ ਸੁਣਨਾ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। ਸੂਰਾ ਸੂਰਾ ਚੱਲਿਆ ਸੋਨਰ ਦੀਨ ਕਹੇ ਤਾਂ ਪੁਰਜਾ ਪੁਰਜਾ ਕੱਟ ਮੇਰਾ ਕਬਹੂ ਨਾ ਛੱਡ ਖੇਤ ਗਗਨ ਦਾ ਮਾਬਾ ਬਾਜਿਓ ਪਰੇ ਨਿਸ਼ਾਨੇ ਅਣਖੀ ਤੇ ਅਣਖੀਲੇ ਕਲਗੀ ਤਰਦੇ ਸਾਜੇ ਨੇ ਪੌ ਖੰਡੇ ਦੀ ਦੇ ਕੇ ਰੇਤ ਨਾਲ ਨਵਾਜੇ ਨੇ, ਪੌ ਖੰਡੇ ਦੀ ਦੇ ਕੇ ਰੇਤ ਨਾਲ ਨਵਾਜੇ ਨੇ। ਉਹ ਤੀਸਰਾ ਪੰਥ ਸਜਾਤਾ ਸਤਿਗੁਰ ਬਾਜਾ ਵਾਲੇ ਨੇ, ਖਾਲਸਿਆਂ ਤੇ ਸਿਰ ਤੇ ਪੱਬਦੇ ਗੋਲਦ ਮਾਲੇ ਨੇ, ਨੀਲੇ ਬਾਣਾਂ ਉੱਤੇ ਫੱਬਦੇ ਗੋਲਦ ਮਾਲੇ ਨੇ ਜੀ। ਅਣਖੀ ਤੇ ਅਣਖੀਲੇ ਕਲਗੀ ਤਰਦੇ ਸਾਜੇ ਨੇ, ਪੌਖਨੇ ਦੀ ਦੇ ਕੇ ਰੈਪ ਨਾਲ ਨਵਾਜੇ ਨੇ, ਪੌਖਨੇ ਦੀ ਦੇ ਕੇ ਰੈਪ ਨਾਲ ਨਵਾਜੇ ਨੇ। ਉਹ ਤੀਸਰਾ ਪੰਥ ਸਜਾਤਾ ਸਤਿਗੁਰ ਬਾਜਾਂ ਵਾਲੇ ਨੇ, ਖਾਲਸਿਆਂ ਤੇ
ਸਾਹਿਬ ਦੇ ਗੋਲ ਦਮਾਲੇ ਨੇ, ਨੀਲੇ ਬਾਰਿਆਂ ਉੱਤੇ ਬਾਬ ਦੇ ਗੋਲ ਦਮਾਲੇ ਨੇ, ਉਹ ਦੀਨ ਧਰਮ ਦੇ ਤੱਕ ਰਹਿਮਤਾਂ ਵਿੱਚ ਲਪੇਟੇ ਨੇ, ਦਸ਼ਮੇਸ਼ ਪਾਤਸ਼ਾਹ ਆਖਾ ਸਾਹਿਬ ਕੌਰ ਦੇ ਬੇਟੇ ਨੇ, ਕਲਗੀ ਤਰਜੀ ਆਖਾ ਸਾਹਿਬ ਕੌਰ ਦੇ ਬੇਟੇ ਨੇ, ਉਹ ਚੰਗੀ ਸ਼ਸਤਰ ਬਸਤਰ ਤੇ ਮਾਰਾਂ ਦੇ ਤਾਲੇ ਨੇ, ਖਾਲਸਿਆਂ ਤੇ ਸਿਰ ਤੇ ਫਬ ਦੇ ਗੋਲਦ ਮਾਲੇ ਨੇ, ਖਾਲਸਿਆਂ ਤੇ ਸਿਰ ਤੇ ਫਬ ਦੇ ਗੋਲਦ ਮਾਲੇ ਨੇ, ਸਵਾ ਲੱਖ ਨਾ ਤੱਲੇ ਲੜ ਜਾਂਦੇ, ਚਾਰੀ ਮਰਦ ਬਹਾਦਰ ਲੱਖਾਂ ਅੱਗੇ ਖੜ ਜਾਂਦੇ, ਟਿੱਡੀ ਦਲ ਨੂੰ ਮਰਦਾ ਮਰਦਾ ਟਿੱਡੀ ਦਲ ਨੂੰ ਮਰਦਾ ਕਰੜੇ ਹੱਥ ਵਿਖਾਲੇ ਨੇ, ਖਾਲਸਿਆਂ ਤੇ ਸਜਦੇ ਫਿਰ ਦੇ ਖੂਬ ਮਾਲੇ ਨੇ, ਨੀਲੇ ਤਾਰਿਆਂ ਉੱਤੇ ਫਬਦੇ ਗੋਲਦ ਮਾਲੇ ਸੋਇਤਨੀ ਹਾਜ਼ਰੀ ਪਰਿਵਾਰ ਕਰਨੀ ਸੰਗਤ ਜੀ ਅਰਜ ਕਾਰਾਂ ਰਾਹੀਂ ਹਾਜ਼ਰੀ ਭਰੀਏ, ਫਿਰ ਚੰਡੀ ਦੀ ਵਾਰ ਦਾ ਪਾਠ ਜੋ ਆਪ ਜੀ ਨੂੰ ਸਰਵਣ ਕਰਾਇਆ ਜਾਵੇਗਾ, ਉਹ ਸ਼ਹੀਦਾਂ ਸੰਬੰਧ ਵਿੱਚ ਕਾਰਾਂ ਸ਼ਹੀਦਾਂ ਨੂੰ ਸਮਰਪਿਤ ਧੰਨਵਾਦ ਸਿੰਘ ਸਾਹਿਬ ਦਾ, ਕਿਉਂਕਿ ਜੋ ਢਾਡੀ ਤੇ ਕਵੀਸਰੀ ਹੁੰਦੇ ਆ ਨਾ, ਇਹ ਮਰਦਾਂ ਵਿੱਚ ਮਰਦਾਂ ਦੀ ਮਰਦਾਨਗੀ ਵੰਗਾਰਦੇ ਨੇ, ਮ੍ਰਿਤਕਾਂ ਦੇ ਵਿੱਚ ਜਾਨ ਪਾ ਦਿੰਦੇ ਨੇ। ਸੋ ਬੜੀ ਸੋਹਣੀ ਕਵਿਤਾ ਵੀਰ ਨੇ ਗਾਈ ਸੀ, ਲੂ ਕੰਡੇ ਖੜੇ ਕਰ ਦਿੱਤੇ। ਸੋ ਆਪਣੇ ਵਿਚਕਾਰ ਭਾਈ ਬਸੰਤ ਸਿੰਘ ਜੀ ਖਾਲਸਾ ਜੋ ਡਿਬੜੂਗੜ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਛੋਟੇ ਭਰਾ ਭਾਈ ਗੁਰਪਿਆਰ ਸਿੰਘ ਜੀ ਨੇ ਆਪ ਜੀ ਅੱਗੇ ਕੁਝ ਵਿਚਾਰ ਪੇਸ਼ ਕਰਨੇ ਨੇ। ਸੋ ਧਿਆਨ ਨਾਲ ਸੁਣਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿੰਨੀਆਂ ਵੀ ਸੰਗਤਾਂ ਭਾਈ ਇਸ ਮੋਰਚੇ ਦੇ ਵਿੱਚ ਪਹੁੰਚੀਆਂ ਹਨ। ਸੋ ਅੱਗੇ ਵੀ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮੋਰਚੇ ਦੇ ਵਿੱਚ ਪਹੁੰਚਿਆ ਕਰੋ। ਸੋ ਬੇਨਤੀ ਹੈ ਭਾਈ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਦ ਭਾਈ ਸਾਹਿਬ ਜੀ ਬਾਹਰ ਸਨ, ਅਤੇ ਉਸ ਸਮੇਂ ਜਿੰਨੇ ਵੀ ਪੰਥਕ ਜਥੇਬੰਦੀਆਂ ਦੇ ਆਗੂ ਹਨ, ਉਸ ਸਮੇਂ ਗੱਡੀਆਂ 'ਤੇ ਚੜ੍ਹ ਚੜ੍ਹ ਕੇ ਫੋਟੋਆਂ ਖਿਚਵਾਉਂਦੇ ਸਨ, ਅਤੇ ਜਿਸ ਦਿਨ ਭਾਈ ਸਾਹਿਬ ਦੀ ਗ੍ਰਿਫਤਾਰੀ ਹੋ ਗਈ ਹੈ, ਉਸ ਦਿਨ ਜਿੰਨੇ ਵੀ ਪੰਥਕ ਆਗੂ ਹਨ, ਇਹਨਾਂ ਸਾਰਿਆਂ ਨੇ ਹੀ ਭਾਈ ਫੋਟੋਆਂ ਡਿਲੀਟ ਕਰਵਾਤੀਆਂ ਕਿ ਕਿਤੇ ਸਾਨੂੰ ਨਾ ਪਰਚਾ ਪੈ ਜਾਵੇ। ਸੋ ਜਿਸ ਕਰਕੇ ਭਾਈ ਦਾਸ ਨੇ ਬੋਲਣਾ ਤਾਂ ਨਹੀਂ ਸੀਗਾ, ਸੋ ਇਸ ਕਰਕੇ ਭਾਈ ਦਾਸ ਵੀ ਇਸ ਕਰਕੇ ਹਾਜ਼ਰੀ ਭਰਨ ਲੱਗਾ ਹੈ। ਸੋ ਭਾਈ ਸਾਰਿਆਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਜਿੰਨੀਆਂ ਵੀ ਸੰਗਤਾਂ ਭਾਈ ਪਹੁੰਚ ਸਕਦੀਆਂ ਮੋਰਚੇ ਦੇ ਵਿੱਚ ਪਹੁੰਚਿਆ ਕਰੋ। ਸੋ ਕਿਉਂਕਿ ਪੰਥ ਭਾਈ ਆਪਣੇ ਇਕੱਲਿਆਂ ਦਾ ਤਾਂ ਹੈ ਨਹੀਂ ਗਾ, ਸਭ ਸੰਗਤ ਦਾ ਸਾਂਝਾ ਹੀ ਹੈ। ਸੋ ਇਸ ਕਰਕੇ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੇ ਵੀ ਭਾਈ ਮੋਰਚੇ ਦੇ ਵਿੱਚ ਪਹੁੰਚ ਸਕਦੇ ਆ, ਕਿਉਂਕਿ ਭਾਈ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਹੈ। ਸੋ ਭਾਈ ਇੱਥੋਂ ਦੇ ਤਾਂ ਕੋਈ ਵੀ ਨਹੀਂ, ਜ਼ਿਆਦਾਤਰ ਕੋਈ ਜ਼ਿਆਦਾ ਹੀ ਕੋਈ ਵੀ ਨਹੀਂ ਪਹੁੰਚਦਾ, ਕਿਉਂਕਿ ਦੂਰ ਦੁਰਾਡੇ ਤੋਂ ਬਹੁਤ ਹੀ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ। ਸੋ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਕਿ ਵੱਧ ਤੋਂ ਵੱਧ ਇਸ ਮੋਰਚੇ ਦੇ ਵਿੱਚ ਹਾਜ਼ਰੀ ਭਰਿਆ ਕਰੋ। ਸੋ ਸਭ ਨੂੰ ਪਤਾ ਹੀ ਹੈ ਕਿ ਜਿਸ ਦਿਨ ਭਾਨਾ ਸਿੱਧੂ ਫੜਿਆ ਗਿਆ ਸੀ, ਸੋ ਕਿਸਾਨ ਉਸ ਦਿਨ ਕਿੰਨੇ ਵੱਧ ਤੋਂ ਵੱਧ ਉਸ ਜਗ੍ਹਾ 'ਤੇ ਪਹੁੰਚੇ ਸਨ ਉਹਨਾਂ ਨੂੰ ਛਡਾਉਣ ਵਾਸਤੇ, ਅਤੇ ਜਿਸ ਦਿਨ ਤੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ, ਸਭ ਚੁੱਪ ਚਾਪ ਹੀ ਬਹਿ ਗਏ ਹਨ। ਕਿਉਂ? ਕਿਉਂਕਿ ਕਿਸੇ ਨੂੰ ਡਰ ਹੈ, ਸਭ ਨੂੰ ਡਰ ਹੈ ਕਿ ਕਿਤੇ ਅਸੀਂ ਨਾ ਫੜੇ ਜਾਈਏ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਭਾਨੇ ਸਿੱਧੂ ਨੂੰ ਵੀ ਖਾਸ ਕਰਕੇ ਬੇਨਤੀ ਹੈ, ਲੱਖੇ ਸਿਧਾਣੇ ਨੂੰ ਵੀ ਬੇਨਤੀ ਹੈ ਕਿ ਤੁਸੀਂ ਬੁੱਤ ਬਣ ਕੇ ਨਾ ਬੈਠੋ, ਮੋਰਚੇ ਦੇ ਵਿੱਚ ਪਹੁੰਚਿਆ ਕਰੋ। ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜਿਕਰੇ ਜਾਵੇ ਨਿਹਾਲੋ ਜਾਵੇ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਭਾਵੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।